ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਿੱਤਰਾਂ ਦੇ ਪੋਡਕਾਸਟ ਜੀ ਕੋ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਨੇ ਇਟਲੀ ਵਾਲਾ ਬਾਈ ਤੇ ਜਿੱਦਾਂ ਹਰ ਵਾਰ ਦੀ ਤਰ੍ਹਾਂ ਆਪਾਂ ਫਿਰ ਲੇਟ ਆ ਆਪਾਨੂੰ 2 ਹਫ਼ਤੇ ਹੋ ਗਏ ਪੋਡਕਾਸਟ ਲਾਸ਼ ਕੀਤੇ ਨੂੰ ਤੇ ਪਹਿਲਾਂ ਮੈਂ ਭਰਾ ਨੂੰ ਕਹੂੰਗਾ ਕਿ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਦੇ ਤੋਂ ਉਸ ਤੋਂ ਬਾਅਦ ਆਪਾਂ ਸ਼ੁਰੂ ਕਰੀਆ ਇਸ ਦਾ ਪੋਡਕਾਸਟ ਹਾਂਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਸਾਰੇ ਮੇਰੇ ਭੈਣ ਭਰਾਵਾਂ ਦਾ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਹੁਣ ਕਿੱਥੋਂ ਦੱਸ ਸਕਣ ਕਮੈਂਟ ਕਰਕੇ ਦੱਸ ਸਕਦੇ ਹੈ ਨਾ ਭਰਾ ਇਹ ਕਿਹੜਾ ਲਾਈਵ ਚੱਲ ਰਿਹਾ ਹੈ ਬਿਲ ਹੂੰ ਕੋਈ ਕਮੈਂਟ ਕਰਕੇ ਮੈਨੂੰ ਦੱਸ ਦੇ ਨਾ ਮੇਰੇ ਭੈਣ ਭਰਾ ਕੀ ਹਾਲ ਚਾਲ ਹੈ ਉਹਨਾਂ ਦਾ ਸਿਹਤ ਅਤੇ ਵਿੱਤ ਕੈਸੀ ਹੈ ਨੇ ਤੇ ਫਰੈਸ਼ੀ ਤੂੰ ਸੁਣਾ ਕੀ ਹਾਲ ਚਾਲ ਹੈ ਤੇਰਾ ਵਾਲ ਕਟਾਏ ਨੇ ਮੇਰੇ ਭਰਾ ਨੇ ਇਦਾਂ ਲੱਗ ਰਿਹਾ ਮੈਨੂੰ ਜਿੱਦਾਂ ਵਾਲ ਕਟਾਏ ਨੇ ਉੱਤੋਂ ਵਾਲ ਕਟਾਏ ਨੇ ਮੈਂ ਦਾੜੀ ਰੱਖ ਰਿਹਾ ਭਾਜੀ ਮੈਨੂੰ ਘਰੋਂ ਕੱਲ ਗਾਲਾਂ ਵੀ ਪਈਆਂ ਕਹਿੰਦੇ ਆ ਕੀ ਹੈ ਨਾ ਵੱਖਰੇ ਜਿਹਾ ਸਟਾਈਲ ਰੱਖੀ ਜਾਂਦਾ ਕਿ ਦਾੜੀ ਉਧਾਈ ਹੈ ਨਾ ਉਹ ਤੋਂ ਵਾਲ ਛੋਟੇ ਰੱਖੇ ਤੇ ਹੁਣ ਮੈਂ ਸ਼ਾਇਦ 2-3 ਦਿਨਾਂ ਚ ਜਾਊਂਗਾ ਕਟਵਾਉਣ ਦਾੜੀ ਵੀ ਥੋੜੀ ਛੋਟੀ ਕਰਨ ਉਗੀ ਘਰੋਂ ਗੱਲ ਬਈਆਂ ਡੀਜੇ ਖੈਲੜ ਲੱਗਣ ਡਿਆ ਕਹਿੰਦੇ ਆਹੋ ਡੀਜੇ ਖਾਲੇ ਦੇ ਬਿਲਕੁਲ ਤੁਸੀਂ ਮੈਨੂੰ ਕਿਹਾ ਸੀ ਨਾ ਤੇ ਪਾਜੀ ਵੈਸੇ ਮੈਂ ਨਾ ਮੈਂ ਤੁਹਾਨੂੰ ਸਲਾਹ ਕਰਨੀ ਸੀ ਕਿ ਸਾਰੇ ਸਾਹਮਣੇ ਗੱਲ ਕਰ ਲੈਨੇ ਆਪਾਂ ਤੁਹਾਡਾ ਭਰਾ ਆਮ ਆਦਮੀ ਪਾਰਟੀ ਜੁਆਇਨ ਕਰਨ ਲੱਗਾ ਆਮ ਆਦਮੀ ਪਾਰਟੀ ਜਿੰਦਾਬਾਦ ਮੈਂ ਵੀ ਸਹੀ ਪਾਜੀ ਕਰ ਲਏ ਮੈਂ ਕਿਹਾ ਪਾਜੀ ਸੁੱਖ ਸਹੂਲਤਾਂ ਹੀ ਬੜੀਆਂ ਨੇ ਠੀਕ ਆ ਇੱਕ ਤਾਂ ਜਿੱਥੇ ਖੜ ਗਏ ਸੀਟ ਤੁਹਾਡੀ ਪੱਕੀ ਹੈ ਇਸ ਟਾਈਮ ਪੰਜਾਬ ਚ ਠੀਕ ਆ ਉਤੋਂ ਜਿੱਥੋਂ ਤੁਹਾਡੀ ਸੀਟ ਤੁਹਾਨੂੰ ਮਿਲ ਗਈ ਹੈ ਉਸ ਤੋਂ ਬਾਅਦ 3-4 ਮਹੀਨੇ 6-7 ਮਹੀਨੇ ਬਾਅਦ ਜਿੱਥੋਂ ਮਰਜੀ ਕੁੜੀ ਪਸੰਦ ਕਰਕੇ ਜਿਹੋ ਜੀ ਮਰਜੀ ਲੈ ਕੇ ਆਓ ਅਗਲੇ ਜਿਹੜੇ ਕਹਿੰਦੇ ਆਮ ਆਦਮੀ ਦਾ ਲੀਡਰ ਹੈ ਦੇ ਦਿੰਦੇ ਆ ਕੁੜੀ ਦੇ ਜਾਣੇ ਯਾਰ ਮੇਰੀ ਮੇਰੀ ਫੇਵਰੇਟ ਹੀਰੋਇਨ ਲੈ ਗਿਆ ਵਿਆਹ ਕੇ ਮੈਨੂੰ ਤਾਂ ਬੜਾ ਦੁੱਖ ਆ ਮੈਂ ਤਾਂ ਨਿਕ ਜੌਨਸ ਦਾ ਸੰਡੂ ਬੰਨਣਾ ਸੀ ਪਰ ਹੁਣ ਬਨ ਨਹੀਂ ਸਕਦਾ ਨਿਕ ਜੌਨਸ ਪੰਜਾਬ ਪੰਜਾਬ ਦਾ ਸੰਡੂ ਬਣ ਗਿਆ ਹੈ ਆਹ ਵਾਹ ਦੇ ਲੋ ਹਾਲੀਵੁੱਡ ਤੋਂ ਪੰਜਾਬ ਰ ਆ ਗਿਆ ਛੱਡੇ ਨੇ ਕਰਤਾ ਕੰਮ ਤੇ ਰਗਵ ਛੱਡਾ ਪੰਜਾਬੀ ਫਰਸ਼ੀ ਭਾਜੀ ਸ਼ਰਮ ਹੀ ਚੁੰਮੀਆਂ ਲੈ ਯਾਰਿਆ ਸੀ ਮੈਂ ਵੇਖਿਆ ਉਹਦੀਆਂ ਆਹੋ ਉਹ ਤਾਂ ਚਲੋ ਅੱਜਕੱਲ ਟ੍ਰੈਂਡ ਆ ਅੱਜਕੱਲ ਤਾਂ ਆ ਜਿਹੜੇ ਦੂਜੇ ਵੀ ਕਰਦੇ ਨੇ ਕੀ ਕਹਿੰਦੇ ਪ੍ਰੀ ਵੈਡਿੰਗ ਚ ਵੀ ਜਨਤਾ ਲਈ ਉਹ ਤੇ ਗੱਲ ਗੁੱਲ ਤੇ ਕਰ ਲੈਣੇ ਚਲੋ ਠੀਕ ਹੈ ਉਹ ਤੇ ਸ਼ਰਮ ਹੀ ਸਮਝ ਤੂੰ ਗਈ ਹੈ ਕਿੱਥੇ ਕਰਨ ਡਿਆ ਸੀ ਚੁੰਮੀ ਲੈ ਸਮਝ ਗਿਆ ਮੈਂ ਸਮਝ ਗਿਆ ਸਮਝ ਗਿਆ ਅਗਲੇ ਨੂੰ ਸਮਝ ਨਹੀਂ ਆ ਰਹੀ ਇਹ ਪ੍ਰੀਨੀਤੀ ਚੋਪੜਾ ਮੇਰੇ ਨਾਲ ਕਿੱਥੇ ਮੈਂ ਚੈਟਰਡ ਅਕਾਊਂਟੈਂਟ ਕਹਿੋ ਜੀ ਚੀਜ਼ ਮੇਰੀ ਵੈਸੇ ਭਾਈ ਦੇਖੋ ਨਾ ਕਿ ਉਹ ਆਪਾਂ ਜਿਹੜੀ ਗੱਲ ਮਜ਼ਾਕ ਚ ਕਰ ਰਹੇ ਆ ਪਰ ਦੇਖੀ ਜਾਵੇ ਤੇ ਜਿਦਾਂ ਸੁਖਵੀਰ ਬਾਦ ਜਿਹੜੀ ਗੱਲ ਕਰਦਾ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਨੇ ਇਹ ਇਸੇ ਜਲਦੀ ਜਲਦੀ ਵਿਆਹ ਕਰਾਈ ਜਾਂਦੇ ਨੇ ਕਿ ਇੱਕ ਵਾਰੀ ਜਿੱਤ ਗਏ ਆ ਬਾਜ਼ ਨਹੀਂ ਜਿੱਤਿਆ ਜਾਣਾ ਆਹੋ ਯਾਨੀ ਇਹਨਾਂ ਇਹਨਾਂ ਦੇ ਵਾਕਏ ਸਹੀ ਗੱਲ ਹੈ ਇਹਨਾਂ ਦੇ ਪਹਿਲਾ ਭਗਵਾਨ ਤਾਂ ਮਾਨੇ ਵਿਆਹ ਕਰਾਇਆ ਹੈ ਫੇਰ ਹੁਣ ਰਗ ਵਿੱਚ ਡੱਡਾ ਤਾਂ ਗਿਆ ਹੈ ਫਿਰ ਪਿੱਛੇ ਜੇ ਹਰਜੋਤ ਬੈਂਸ ਸਿੱਖਿਆ ਮੰਤਰੀ ਕੋਈ ਨਾ ਉਹਨੇ ਕਰਾਇਆ ਬਿਲਕੁਲ ਤੇ ਦੋਕ ਦੋਕ ਨਾ ਇਹਨਾਂ ਦੇ ਇੱਕ ਕੁੜੀ ਤੇ ਇੱਕ ਬੰਦਾ ਵੇ ਆਮ ਆਦਮੀ ਪਾਰਟੀ ਦੇ ਨਾ ਉਹਨਾਂ ਨੇ ਵੀ ਕਰਾਇਆ ਮਤਲਬ ਕਿ ਲਗਭਗ 5 6 ਇਹਨਾਂ ਦੇ ਐਮ ਐਲ اے ਨੇ ਜਿਹੜੇ ਇਸ ਟਾਈਮ ਵਿਆਹ ਕਰਾ ਚੁੱਕੇ ਨੇ ਮੈਂ ਨਾਮ ਲਿਖ ਦਾਂਗਾ ਇੱਥੇ ਸਾਰੇ ਫੋਟੋ ਫੋਟੋ ਲਾ ਦਾਂਗੇ ਆਪਾਂ ਤੇ ਜਰੂਰ 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 5 6 ਬੰਦਿਆਂ ਨੇ ਫ੍ਰੈਸ਼ ਭਾਜੀ ਵਿਆਹ ਕਰਾ ਲਏ ਨੇ ਇਹਨਾਂ ਦੇ ਨੇ ਬਦਲਾਵ ਕਿੰਨੇ ਬਦਲਾਵ ਆਪਣੇ ਘਰੇ ਲਈ ਜਾਂਦੇ ਨੇ ਲੋਕਾਂ ਦੇ ਘਰੇ ਬਦਲਾਵ ਆਇਆ ਨਹੀਂ ਬਦਲਾਵ ਆਪਣੇ ਕਰ ਲਈ ਜਾਂਦੇ ਨੇ ਬਦਲਾਵ ਤੇ ਜਲੰਧਰ ਵਾਲੇ ਜਲੰਧਰ ਵਾਲੇ ਬਦਲਾਵ ਕਰਤਾ ਕਹਿੰਦੇ ਕਿ ਉਧਰ ਆਹੋ ਆਹ ਮਾਦੀਮੀ ਪਾਰਟੀ ਜੀ ਜਲੰਧਰ ਤੂੰ ਤੇ ਵੇਖ ਲੈ ਨੀਟੂ ਛਟਰਾਲਾ ਉਹ ਵੀ ਰੋਈ ਰਹੁੰਦਾ ਪਿਆ ਸੀ ਉਹ ਕਹਿੰਦਾ ਮੇਰੀ ਅਦਕੀ ਫਿਰ ਹਾਰ ਹੋ ਗਈ ਤੇ ਮੈਂ ਦੇਵ ਚ ਸੋਚਣ ਦੇ ਮੈਂ ਕਿਹਾ ਮਮਾ ਕਿੱਥੇ ਤੈਨੂੰ ਤੇਰੇ ਘਰ ਦੇ ਵੋਟਾਂ ਨਹੀਂ ਸੀ ਪੰਦੇ ਹੁੰਦੇ ਤੇ ਐ ਦੀ ਕਿ ਉਹਨੂੰ ਵੋਟਾਂ ਪਈਆਂ 4599 ਵੋਟ ਪਈ ਉਹਨੂੰ ਸਾਢੇ 4000 ਵੋਟ ਪੈ ਗਈ ਬਾਜੀ ਕਿਸੇ ਨਹੀਂ ਆਜਾਦ ਉਮੀਦਵਾਰ ਨਾਲੋਂ ਟੌਪ ਤੇ ਹੈ ਨੀਊ ਟੂ ਸ਼ਟਰ ਵਾਲਾ ਕਿਸੇ ਹੋਰ ਆਜਾਦ ਉਮੀਦਵਾਰ ਨਾਲੋਂ ਵੇਹ ਲੋ ਤੇ ਨਾਲੇ ਸੋਚ ਫਰੈਸ਼ ਯੂ ਕਿਹੜਾ 4.5 ਹਜ਼ਾਰ ਬੰਦਾ ਹੋਏਗਾ ਜਿਨੇ ਨੀਊ ਟੂ ਸ਼ਟਰ ਵਾਲੇ ਤੇ ਭਰੋਸਾ ਕਰ ਲਿਆ ਹੈ ਉਹ ਮੈਂ ਉਹਦੀ ਜਦੋਂ ਨਾ ਚੋਣ ਕੈਂਪੇਨ ਚ ਜਾਂਦਾ ਸੀ ਨਾ ਲੋਕੀਓ ਨੂੰ ਆ ਮਿਲ ਰਹੇ ਨੇ ਬੜੇ ਬਾਜੀ ਸਾਡੇ ਘਰ ਦਾ ਆ ਮੁੱਦਾ ਹੈ ਸਾਡੇ ਘਰ ਦਾ ਆ ਮੁੱਦਾ ਹੈ ਮਲਕੀ ਜਨਤਾ ਇਨੀ ਡਿਪਰੈਸਡ ਹੋ ਗਈ ਆ ਜਨਤਾ ਇਨੀ ਸਰਕਾਰ ਤੋਂ ਅੱਕੀ ਹੋਈ ਆ ਕਿ ਉਹ ਕਿਸੇ ਨੂੰ ਵੀ ਆਪਣੇ ਮੁੱਦੇ ਦੱਸਣ ਨੂੰ ਰੈਡੀ ਨਹੀਂ ਕਿ ਕੁਝ ਕਰਦੇ ਹੁਣ ਉਹਨੂੰ ਨੀਡਰ ਸ਼ਟਰ ਵਾਲੇ ਨੂੰ ਮੁੱਦਾ ਦੱਸ ਰਹੀ ਇੱਕ ਕੁੜੀ ਆ ਕੇ ਹਨਾ ਕਿ ਸਾਡੇ ਘਰ ਦਾ ਜਿਹਦਾ ਕਹਿੰਦੇ ਘਰ ਪਵਾ ਕੇ ਦੇਣਾ ਹੈ ਸਰਕਾਰ ਨੇ ਕਹਿੰਦੇ ਹੀ ਪਹਿਲਾਂ ਘਰ ਪਵਾ ਲਓ ਬਾਅਦ ਤੁਹਾਨੂੰ ਪੈਸੇ ਮਿਲ ਜਾਣਗੇ ਸਾਨੂੰ ਪੈਸੇ ਨਹੀਂ ਮਿਲਣੇ ਨੀਟੂ ਭਾਜੀ ਕਹਿੰਦੇ ਕੋਈ ਨਾ ਮੈਂ ਕੱਲ ਹੀ ਵੇਨਾ ਤਰਨੇ ਦੇ ਤਾੜਾ ਕੱਲ ਹੀ ਤਰਨੇ ਦੇ ਤੇ ਵੇਨਾ ਮਲਕੀ ਲੋਕਾਂ ਹੀ ਦੱਸਣਾ ਚਾਹੁੰਦੇ ਨੇ ਪਰ ਜਿਹੜੇ ਜਿਹੜੇ ਅੱਜ ਕੱਲ ਜਿਹੜੇ ਪਹਿਲਾਂ ਆਮ ਆਦਮੀ ਬਣਦੇ ਸੀ ਉਹ ਆਮ ਆਦਮੀ ਅੱਜ ਕੱਲ ਘਰਾਂ 'ਚ ਨਹੀਂ ਜਾਂਦੇ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਸਾਨੂੰ ਸਿਕਿਉਰਟੀ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਆਮ ਆਦਮੀ ਆ ਦੋ ਬੰਦੇ ਸਾਡੇ ਨਾਲ ਹੋਣਗੇ ਉਹ ਅੱਜ ਕੱਲ 400 400 ਬੰਦਾ ਲੈ ਕੇ ਘੁੰਮਦੇ ਨੇ ਤੇ ਫਿਰ ਬੰਦਾ ਕਿਹਨੂੰ ਦੱਸੇ ਆਪਣੀਆਂ ਦੁੱਖ ਤਕਲੀਫਾਂ ਬਿਲਕੁਲ ਫਰੈਸ਼ੀ ਪਾਜੀ ਗੱਲ ਤੇਰੀ ਵਾਲੀ ਸਹੀ ਹੈ ਨਹੀਂ ਮੋਕਾ ਚਲੋ ਕੋਈ ਨਹੀਂ ਕਹਿੰਦੇ ਨੇ ਬੰਦਾ ਡਿਗ ਡਿਗ ਕੇ ਜਵਾਨ ਹੁੰਦਾ ਬੱਚਾ ਤੇ ਉਹ ਵੇਖੀ ਸਹੀ ਇਹ ਨਿੰਡੂ ਛਟੜਾ ਵਾਲੇ ਕਿਸੇ ਨਾ ਕਿਸੇ ਦਿਨ ਕਾਮਯਾਬ ਹੋਏਗਾ ਜਿਸ ਹਿਸਾਬ ਨਾਲ ਫਰੈਸ਼ੀ ਪਾਜੀ ਉਹ ਲੱਗਾ ਹੈ ਨਾ ਅੱਛਾ ਫਰੈਸ਼ੀ ਪਾਜੀ ਵਿਆਹ ਵਿਆਹ ਦੀ ਗੱਲਾਂ ਬਾਤਾਂ ਚ ਤੇ ਵਿਆਹ ਦੀ ਗੱਲ ਪਤਾ ਤਾ ਤੁਹਾਨੂੰ ਗੱਲ ਯਾਦ ਆਈਏ ਅੱਛਾ ਅੱਜ ਕੱਲ ਵਿਆਹ ਦਾ ਫੋਟੋ ਸ਼ੂਟ ਹੁੰਦਾ ਨਾ ਜਦੋਂ ਵਿਆਹ ਹੋਵੇ ਫੋਟੋ ਸ਼ੂਟ ਹੁੰਦਾ ਤੇ ਜਦੋਂ ਬੱਚਾ ਹੋਵੇ ਉਦੋਂ ਵੀ ਫੋਟੋ ਸ਼ੂਟ ਹੁੰਦਾ ਤੂੰ ਕਦੀ ਸੁਣਿਆ ਡਿਵੋਰਸ ਹੋਏ ਤੇ ਫੋਟੋ ਸ਼ੂਟ ਹੋਇਆ ਹੋਵੇ ਸੁਣਿਆ ਕੀ ਮੈਂ ਦੇਖਿਆ ਪਿੱਛੇ ਜੇ ਕੁੜੀਆਂ ਦਾ ਦੇਖਿਆ ਵੀਡੀਓ ਵਾਦ ਨੂੰ ਫੋਟਵਾਂ ਜੀ ਉਹਦੀਆਂ ਦੇਖੀ ਦੇਖੀ ਆਹ ਵਧੀਆ ਫੋਟਵਾਂ ਪਾੜ ਪੁੜ ਕੇ ਡਿਵੋਰਸ ਬਣਾਇਆ ਨਾਲ ਉਹ ਲੈ ਕੇ ਪੈਰਾਂ 'ਚ ਰੱਖ ਕੇ ਮੁੰਡੇ ਨੂੰ ਡਿਵੋਰਸ ਬਣਾਇਆ ਆਹ ਹਰ ਚੀਜ਼ ਦਾ ਟ੍ਰੈਂਡ ਆ ਗਿਆ ਦੇਖੋ ਤੁਸੀਂ ਦੇ ਲੋ ਡਿਵੋਰਸ ਦਾ ਵੀ ਟ੍ਰੈਂਡ ਹੈ ਪ੍ਰੀ ਵਿਡਿੰਗ ਸ਼ੂਟ ਤਾਂ ਹੁੰਦਾ ਹੈ ਡਿਵੋਰਸ ਦਾ ਵੀ ਫੋਟੋ ਸ਼ੂਟ ਇਹ ਜਿਹੜੀ ਕੁੜੀ ਨੇ ਕੀਤਾ ਨਾ ਇਹ ਐਕਟਰ ਨਹੀਂ ਹੈ ਟੀਵੀ 2 ਵੀ ਫਿਲਮਾਂ ਚਾਂਦੀ ਹੈ ਇਹਦਾ ਸੀਰੀਅਲ ਸੀ ਮੁੱਲਮ ਮਲਾ ਰੂਮ ਇਦਾਂ ਕੁ ਤਾਮਲ ਤੁਮਲ ਵਾਲਦਾ ਸੀ ਕੋਈ ਤੇ ਉਹ ਨਾਟਕ ਸੀ ਜੜੀ ਕੇ ਇਹਦਾ ਪਹਿਲਾ ਤੇ ਇਹਦਾ ਘਰ ਵਾਲਾ ਸੀ ਫਰੈਸ਼ ਭਾਜੀ ਰਿਆਜ਼ ਇਹਦੇ ਚੋਂ ਇੱਕ ਬੱਚੀ ਵੀ ਦੀ ਤੇ ਕਾਫੀ ਸਾਲਾਂ ਬਾਅਦ ਜਿਹੜੀ ਕਿਹੜਾ ਦਾ ਤਲਾਕ ਹੋਇਆ ਤੇ ਬੜੇ ਖੁਸ਼ ਸੀ ਤਲਾਕ ਦੇ ਤੇ ਜਿਹੜੀ ਸ਼ਾਦੀ ਦੀ ਫੋਟੋ ਇਹਨੇ ਇਦਾਂ ਕਰਕੇ ਪਾੜੀ ਫੋਟੋ ਸ਼ੂਟ ਚ ਤੇ ਫੇਰ ਆਪਣੀ ਇੱਕ ਵਿਆਹ ਦੀ ਸ਼ਾਦੀ ਦੀ ਜਿਹੜੀ ਤਸਵੀਰ ਸੀ ਉਹਨੂੰ ਪੈਰਾਥਲੇ ਨੇ ਵੇਖਿਆ ਕੁੱਚਲਦੀ ਪਈ ਟੋਲਿਆ ਹੋਈ ਫੋਟੋਸ਼ੂਟ ਜਿਆ ਕੀਤਾ ਤੇ ਨਾਲੇ ਜਿੱਦਾਂ ਲੋਕੀ ਜਸਟ ਮੈਰਿਡ ਵਾਲਾ ਫੜਦੇ ਹੱਥ 'ਚ ਉਹਨੇ ਡਿਵੋਰਸ ਵਾਲਾ ਫੜਿਆ ਅਸੀਂ ਲਿਖ ਕੇ ਤੇ ਦੇਖੋ ਭਾਈ ਟ੍ਰੈਂਡ ਆ ਗਿਆ ਨਾਲੇ ਫੋਟੋਗ੍ਰਾਫਰਾਂ ਵਾਲੀ ਕੰਮ ਵੱਧ ਗਿਆ ਹਰ ਚੀਜ਼ ਦੀ ਫੋਟੋ ਫੋਟੋਸ਼ੂਟ ਹੋਇਆ ਕਰਨਗੇ ਪ੍ਰੀ ਵੈਡਿੰਗ ਹੁੰਦੇ ਸੀ ਪੋਸਟ ਵੈਡਿੰਗ ਹੋਣ ਸ਼ੁਰੂ ਹੋ ਗਏ ਨੇ ਹੁਣ ਅੱਜਕੱਲ੍ਹ ਅੱਜਕੱਲ੍ਹ ਐਨੀਵਰਸਰੀਆਂ ਤੇ ਵੀ ਸ਼ੂਟ ਹੋਣ ਲੱਗ ਪਏ ਨੇ ਪਹਿਲਾਂ ਪ੍ਰੀ ਵੈਡਿੰਗ ਚਾ ਜਾ ਗਏ ਬੜੀ ਜਨਤਾ ਨੇ ਕਿਹਾ ਹੋਰ ਵੀ ਪ੍ਰੀ ਇ ਫਰਸ਼ੀਪਾ ਜੀ ਫਰਸ਼ੀਪਾ ਜੀ ਸੋ ਚੱਤ ਨੂੰ ਮੈਂ ਇੱਕ ਗੱਲ ਦੱਸਾਂ ਆਪਾਂ ਗੱਲ ਵੈਸੇ ਇਹਨਾਂ ਦੀ ਨਹੀਂ ਕਰਨੀ ਤੈਨੂੰ ਮੈਂ ਉਹ ਗੱਲ ਦੱਸਾਂ ਲਗਾਵਾ ਵੀ ਜ਼ੈਦ ਨੂੰ ਬੁਖਾਰ ਚੜ ਗਿਆ ਯਾਰ ਜ਼ੈਦ ਨਹੀਂ ਹਸਪਤਾਲ ਦਾਖਲ ਹੈ ਆ ਵਾਹ ਸਹੀ ਗੱਲ ਆ ਭਾਜੀ ਆਪਣਾ ਮਾੜੀ ਹੈ ਚਲੋ ਹਣਾ ਉਹਨਾਂ ਦੇ ਘਰੇ ਖੁਸ਼ੀਆਂ ਆਈਆਂ ਸੀਆਂ ਤੇ ਹੁਣ ਦੁਬਾਰਾ ਸਾਰੇ ਸੈਡ ਹੋਏ ਪਏ ਨੇ ਪਰ ਜ਼ੈਦ ਨੂੰ ਜੇ ਬੁਖਾਰ ਚੜਿਆ ਹੈ ਤੇ ਉਹਦਾ ਵਲੌਗ ਬਣਾ ਕੇ ਲੋਕਾਂ ਨੂੰ ਦੱਸਣਾ ਕਿ ਜ਼ੈਦ ਨੂੰ ਬੁਖਾਰ ਚੜਿਆ ਹੈ ਜ਼ਰੂਰੀ ਹੈ ਦੱਸਾ ਤੁਰੀ ਹੈ ਬੋਲੋ ਬੋਲੋ ਕਹਿੰਦਾ ਕਹਿੰਦਾ ਦੁਆ ਕਰੋ ਜ਼ਾਇਦ ਜਲਦੀ ਘਰ ਆ ਜਾਏ ਦੁਆਵਾਂ ਸਾਡੀਆਂ ਬਰਾਦਰ ਨਾਲ ਨੇ ਠੀਕ ਆ ਤੇ ਪਰ ਗੱਲ ਹੈ ਕਿ ਜਦੋਂ ਭਾਈ ਆਹ ਚੀਜ਼ ਪੰਜਾਬੀ ਬਲੌਗਰ ਨੇ ਤੁਸੀਂ ਪਹਿਲਾਂ ਇਹ ਮੁੱਦਾ ਚੱਕਿਆ ਸੀ ਨਾ ਜਦੋਂ ਆਪਣੇ ਘਰ ਵਾਲੀ ਦਾ ਬੱਚੇ ਦਾ ਬਿਮਾਰ ਦਾ ਵਲੌਗ ਬਣਾਇਆ ਕਿ ਐਂਬੂਲੈਂਸ ਕਾਲ ਕੀਤੀ ਆ ਕਿ ਤੁਹਾਡੇ ਘਰੇ ਨਵਾਂ ਹਜੇ ਦਾ ਚਲੋ ਪੰਜਾਬੀ ਬਲੌਗਰ ਦਾ ਮੁੰਡਾ ਫੇਰ ਵੀ ਥੋੜਾ ਵੱਡਾ ਸੀ ਇਹ ਤਾਂ ਹਜੇ ਕੁਝ ਦੇਣ ਹੀ ਹੋਏ ਨੇ ਉਹ ਬਿਮਾਰ ਪਈ ਹੋਵੇ ਤੇ ਤੁਸੀਂ ਕੈਮਰਾ ਚੱਕ ਕੇ ਉੱਤੇ ਕੈਮਰਾ ਮਾਰ-ਬਾਰ ਕੇ ਕਿ ਆਹ ਦੇਖੋ ਸਾਡੇ ਬੱਚੇ ਬਿਮਾਰ ਨੇ ਸਾਡੇ ਬੱਚੇ ਇਹ ਨੇ ਯਾਰ ਇਹ ਚੰਗੀਆਂ ਗੱਲਾਂ ਨਹੀਂ ਲੱਗਦੀਆਂ ਤੇ ਨਾ ਕਿਸੇ ਵੱਲ ਸੋਭਾ ਦਿੰਦੀਆਂ ਨੇ ਤੇ ਉਧਰ ਆਪਾਂ ਇੱਕ ਹੋਰ ਵਧਾਈ ਦੇ ਦਈਏ ਕਹਿੰਦੇ ਪ੍ਰਭ ਕੋਰ ਭਾਬੀ ਦੇ ਵੀ ਹਨਾ ਘਰੇ ਨਵੀਂ ਉਲਾਦ ਆਈ ਹੈ ਹਾਂ ਹਾਂ ਬਿਲਕੁਲ ਬਿਲਕੁਲ ਉਹਨੇ ਵੀ ਪੋਸਟ ਜੀ ਪਾਈ ਹੀ ਕਹਿੰਦੇ ਪਤਾ ਨਹੀਂ ਕਿਹੜੇ ਇੱਕ ਮਿੰਟ ਮੈਂ ਤੈਨੂੰ ਨਾਲ ਦਾਂ ਜੀ ਤੇ ਨਾ ਆਇਆ ਕਹਿੰਦੇ ਜੀ ਪਹਿਲਾ ਖਰਜੀ ਆਇਆ ਕਹਿੰਦੇ ਉਹਦੇ ਤੇ ਨਾਂ ਦੱਸੋ ਬੜੇ ਲੋਕਾਂ ਨੇ ਕਮੈਂਟ ਕੀਤਾ ਗੁਰਬਾਜ਼ਰਾ ਹਲੋ ਹੋਰ ਵੀ ਕਈ ਨਾਂ ਸੀ ਦਿੱਤੇ ਸੁਜੈਸ਼ਨ ਪ੍ਰਭਜੀਤ ਕਰ ਭਾਬੀ ਜਾਨੀ ਕਿ ਮੰਗ ਰਹੀ ਸੀ ਸੁਜੈਸ਼ਨ ਆਪਣੇ ਸਬਸਕ੍ਰਾਈਬਰ ਕਰੋ ਵੀ ਜੀਤ ਨਾ ਆਇਆ ਤੇ ਦੱਸੋ ਕੋਈ ਨਾਮ ਮੇ ਦੱਸੋ ਬੱਚੇ ਦਾ ਨਹੀਂ ਸਬਸਕ੍ਰਾਈਬਰ ਤਾਂ ਬਈ ਫੈਮਿਲੀ ਮੈਂਬਰ ਨੇ ਪਰ ਸ਼ਕਲ ਲਗਾ ਕੇ ਜ਼ਰੂਰ ਫੋਟੋ ਪਾਉਣੀ ਹੁੰਦੀ ਹੈ ਸਬਸਕ੍ਰਾਈਬਰ ਵੈਸੇ ਫੈਮਿਲੀ ਮੈਂਬਰ ਨੇ ਸਾਡੀ ਫੈਮਿਲੀ ਵਿੱਚ ਅੱਛਾ ਫਰਿਸ਼ ਭਾਜੀ ਆਪਾਂ ਇਸ ਤੋਂ ਪਹਿਲਾਂ ਕਿ ਗੱਲ ਹੋਰ ਹੀ ਸ਼ੁਰੂ ਕਰੀਏ ਧੋਪਕ ਹਾਂਜੀ ਤੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ ਫਰਿਸ਼ ਭਾਜੀ ਪਾਇਲ ਦੇ ਨ ਪਾਇਲ ਦੇ ਲੰਗਸ ਚ ਨਾ ਇੱਥੇ ਲੰਗਸ ਚ ਪ੍ਰੋਬਲਮ ਆ ਗਈ ਯਾਰ ਆਕਸੀਜਨ ਦੀ ਓਹੋ ਬੜੀ ਸੀਰੀਅਸ ਗੱਲ ਹੈ ਠੀਕ ਹੈ ਚਲੋ ਐਨੀਵੇ ਅੱਛਾ ਫਰਸ਼ੀ ਭਾਜੀ ਗੱਲ ਮੈਂ ਤੈਨੂੰ ਇਹ ਆਪਾਂ ਅੱਜ ਦੇ ਟੌਪਿਕ ਤੋਂ ਸ਼ੁਰੂ ਕਰੀਏ ਪਹਿਲਾ ਟੌਪਿਕ ਇਹ ਵੇ ਕਿ ਉਹ ਜਿਹੜੀ ਇੱਕ ਭੰਗੜੇ ਵਾਲੀ ਕੁੜੀ ਨਹੀਂ ਸੀ ਜਿਹੜੀ ਭੰਗੜਾ ਪਾਉਂਦੀ ਸੀ ਆਪਣੇ ਭਰਾ ਨਾਲ ਬੜਾ ਸੁਣ ਭੰਗੜਾ ਲੀਸ਼ਸ ਆਹੋ ਆਪਾਂੜਾ ਉਹ ਫਰਸ਼ੀ ਭਾਜੀ ਮੈਨੂੰ ਕੁੜੀ ਅੱਜਕੱਲ ਨਜ਼ਰ ਨਹੀਂ ਆ ਰਹੀ ਅੱਜ 24ਵੇਂ ਦਿਨ ਨੇ ਧਰਨੇ ਤੇ ਬੈਠੇ ਗਿਆ ਕੁੜੀਆਂ ਨੂੰ ਜਿਹੜੀਆਂ ਕੁੜੀਆਂ ਇਨਸਾਫ ਮੰਗ ਰਹੀਆਂ ਦਿੱਲੀ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦਾਦਾ ਦਿੱਲੀ ਧਰਨੇ ਉੱਤੇ ਬੈਠੀ ਪਹਿਲਾਂ ਕਿਸਾਨ ਬੈਠੇ ਨਾ ਦਿੱਲੀ ਧਰਨੇ ਉੱਤੇ ਹੁਣ ਬੈਠੀਆਂ ਕੁੜੀਆਂ ਜਿਹੜੀਆਂ ਕੁੜੀਆਂ ਰੈਸਲਰ ਪਤਾ ਖੇਡ ਖੇਡਦੀਆਂ ਇਕ ਤੇ ਉਹ ਕੁੜੀਆਂ ਇੰਡੀਆ ਵਾਸਤੇ ਮੈਡਲ ਜਿੱਤੇ ਆ ਉਹਨਾਂ ਨੇ ਨਾ ਦੋ ਤਿੰਨ ਕੁੜੀਆਂ ਨੇ ਉਹਨਾਂ ਜਦੋਂ ਕੁੜੀਆਂ ਖੇਡਦੀਆਂ ਸੀ ਨਾ ਗਰਾਊਂਡ 'ਚ ਜਾ ਕੇ ਤੇ ਉਹਨਾਂ ਦਾ ਜਿਹੜਾ ਕੋਚ ਸੀ ਨਾ ਉਹ ਮਾੜੀਆਂ ਹਰਕਤਾਂ ਕਰਦਾ ਸੀ ਕੁੜੀਆਂ ਨਾਲ ਤੇ ਕੁੜੀਆਂ ਨੇ ਹੁਣ ਧਰਨੇ ਤੇ ਬੈਠੀਆਂ ਨੇ ਕਿ ਉਹ ਜਿਹੜਾ ਸਾਡਾ ਕੋਚ ਹੈ ਜਿਹੜਾ ਸਾਡੇ ਨਾਲ ਮਾੜੀਆਂ ਹਰਕਤਾਂ ਕਰਦਾ ਇਹਨੂੰ ਜੇਲ੍ਹ 'ਚ ਪਾਓ ਤੇ ਕੋਈ ਵੀ ਜਾਣੀ ਕਿ ਹਾਲਾਂਕਿ ਕੁੜੀਆਂ ਨੇ ਮੈਡਲ ਜਿੱਤੇ ਨਾ ਇੰਡੀਆ ਵਾਸਤੇ 올림픽 'ਚ ਗਈਆਂ ਨੇ ਹੋਰ ਬਹੁਤ ਨਾਂ ਰੋਸ਼ਨ ਕੀਤਾ ਹੈ ਤੇ ਇੰਨੇ ਉੱਚੇ ਲੈਵਲ ਤੇ ਹੋ ਕੇ ਵੇਖ ਲੈ ਕੁੜੀਆਂ ਦਾ ਕੁੜੀਆਂ ਦੀ ਕੋਈ ਗੱਲਬਾਤ ਨਹੀਂ ਸੁਣ ਰਹੀ ਤੇ ਫਰੈਸ਼ ਭਾਜੀ ਜਿਹੜੀ ਇੱਕ ਆਮ ਕੁੜੀ ਏ ਇੱਕ ਆਮ ਘਰ ਦੀ ਕੁੜੀ ਜੇ ਉਹਨੂੰ ਕੋਈ ਮੁੰਡਾ ਤੰਗ ਕਰਦਾ ਜਾਂ ਉਹਦਾ ਘਰ ਵਾਲਾ ਤੰਗ ਕਰੇਗਾ ਉਹ ਰਿਪੋਰਟ ਜਾ ਕੇ ਲਿਖਾਏਗੀ ਤੇ ਉਹ ਫਰੈਸ਼ ਭਾਜੀ ਕਿੱਥੋਂ ਪੁਲਿਸ ਉਹਦੀ ਸੁਣੇਗੀ ਇੱਕ ਆਮ ਆਦਮੀ ਦੀ ਸੁਣਦੀ ਤੇ ਉਹ ਤੇ ਕੁੜੀਆਂ ਫਿਰ ਵੀ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਆਈਆਂ ਨੇ ਉਹਨਾਂ ਦੀ ਵੇਖ ਲਓ ਕੋਈ ਗੱਲਬਾਤ ਨਹੀਂ ਸੁਣ ਰਹੀ ਸਿਰਫ ਇਹ ਕਿ ਉਹ ਕਿ ਜਿਹੜਾ ਉਹ ਕੋਚ ਏ ਉਹ ਭਾਜਪੀ ਨਾਲ ਉਹਦੇ ਤੱਲਕ ਨੇ મોદી ਰਨ ਨਾਲ ਉਹਦੀ ਉੱਤਰੀ ਬੈਣੀ ਹੈ ਇਸ ਕਰਕੇ ਉਹਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ ਤੇ ਕੁੜੀਆਂ ਨੂੰ ਅੱਜ 24ਵਾਂ ਦਿਨ ਨੇ ਤਰਨੇ ਤੇ ਬੈਠੀਆਂ ਨੂੰ ਤੇ ਮੈਨੂੰ ਕੋਈ ਨਹੀਂ ਦੇ ਸਰੀ ਜੜੀਆਂ ਰੋਲਾ ਪਾਉਂਦੀਆਂ ਹੁੰਦੀਆਂ ਫੈਮਿਨਿਜ਼ਮ ਦਾ ਮੈਂ ਵੇਖ ਕਰ ਰਿਹਾ ਸੀ ਜੀ ਉਹਨਾਂ ਨੂੰ ਟਾਈਮ ਮਿਲੇ ਮੁੰਡਿਆਂ ਖਿਲਾਫ ਹੇਟ ਫਲੋਅ ਦਾ ਇੰਟਰਨੈਟ ਤੋਂ ਉਹਨਾਂ ਨੂੰ ਉਹ ਚੀਜ਼ ਤੋਂ ਟਾਈਮ ਮਿਲੇ ਤੇ ਫੇਰ ਹੀ ਇਹਨਾਂ ਚੀਜ਼ਾਂ ਦੇ ਬੋਲਣ ਉਹਨਾਂ ਦਾ ਟਾਈਮ ਤਾਂ ਸਾਰਾ ਇਹੋ ਜਿਹੀ ਚੀਜ਼ ਨਿਕਲ ਜਾਂਦਾ ਫੈਮਿਨਿਸਟ ਜਿਹੜੀਆਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਕੋਈ ਮੁੰਡਾ ਇੰਟਰਨੈਟ ਤੇ ਆ ਕੇ ਕੋਈ ਇਹੋ ਜਿਹੀ ਬਕਵਾਸ ਕਰੇ ਕਿ ਕੁੜੀਆਂ ਨੂੰ ਥੱਲੇ ਲਾ ਦੋ ਤਾਂ ਆ ਤੇ ਔਰਤ ਪ੍ਰਧਾਨ ਜੀ ਦਾ ਇਹ ਇਕਵਲ ਰਾਈਟ ਦੇ ਪਿੱਛੇ ਤਾਂ ਭੈਦੀ ਨਹੀਂ ਗੀ ਇਹ ਤਾਂ ਔਰਤ ਪ੍ਰਧਾਨ ਸਮਾਜ ਬਣਾਉਣਾ ਚਾਹੁੰਦੇ ਨੇ ਤੇ ਜਿੱਥੇ ਲੋਡ ਐ ਬੋਲਣ ਦੀ ਉੱਥੇ ਇਹਨਾਂ ਨੇ ਬੋਲਣਾ ਨਹੀਂ ਕਿਉਂਕਿ ਉੱਥੋਂ ਬੋਲ ਕੇ ਵੀਊ ਨਹੀਂ ਆਉਣੇ ਭਾਜੀ ਹੁਣ ਜਦੋਂ ਤੁਸੀਂ ਆਹ ਗੱਲ ਦੱਸੀ ਹਨਾ ਕਿ ਜੋ ਧਰਨੇ ਤੇ ਬੈਠੀਆਂ ਨੇ ਜਦ ਖੱਲੀ ਨੇ ਵੀ ਸ਼ਰ ਪੋਸਟ ਪਾਈ ਸੀ ਨਾ ਸ਼ਰ ਖੱਲੀ ਨੇ ਵੀ ਪੋਸਟ ਬੜੇ ਬੜੇ ਆਏ ਨੇ ਉਹ ਆ ਪਿੱਛੇ ਹਾਂ ਤੇ ਉਹ ਬਈ ਬੰਦੇ ਨੇ ਭਾਜੀ ਤੇ ਕਈਆਂ ਨੂੰ ਭਈ ਜਿਹੜੀਆਂ ਫੈਮਿਨਿਸਟ ਤੁਸੀਂ ਗੱਲ ਕਰ ਰਹੇ ਜਿਹੜੀ ਬੰਦੇ ਦੀ ਗੱਲ ਕੀਤੀ ਉਹਨੂੰ ਸ਼ਾਇਦ ਪਤਾ ਵੀ ਨਹੀਂ ਹੋਣਾ ਇਹ ਚੀਜ਼ ਦਾ ਕਿਦਾਂ ਦੀ ਕੋਈ ਚੀਜ਼ ਹੋ ਰਹੀ ਹੈ ਹਣ ਜੋ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਤਾਂ ਇੰਟਰਨੈਟ ਤੇ ਜ਼ਿਆਦਾ ਉਹੀ ਚੱਲਦਾ ਹੈ ਕਿ ਮੁੰਡਿਆਂ ਨੂੰ ਕੁੜੀ ਬਾਰੇ ਬੋਲ ਦੋ ਜਾਂ ਕੋਈ ਤੀਜਾ ਏਜੰਡਾ ਜਿਹੜਾ ਬਣ ਰਿਹਾ ਹੈ ਉਹਦੇ ਬਾਰੇ ਬੋਲ ਦੋ ਜਾਂ ਉਹ ਸਾਡੇ ਬਾਰੇ ਬੋਲ ਦੇਣ ਇਹਦੀ ਚੀ ਫੈਮਿਲੀਸਮ ਨੇ ਉਹਨਾਂ ਨੇ ਦਿਖਦਾ ਹੈ ਬਸ ਤੇ ਉਹੀ ਇਹਨਾਂ ਨੇ ਕਰਨਾ ਹੈ ਤੇ ਜਾਂ ਫਿਰ ਲੋਕਾਂ ਦੇ ਚੈਨਲਾਂ ਤੇ ਸਟ੍ਰਾਈਕਾਂ ਭੇਜਣੀਆਂ ਨੇ ਆਪਣੇ ਟਿਕਟੌਕ ਵੀ ਸ਼ੋਅ ਕਰ ਕਰ ਕੇ ਬਿਲਕੁਲ ਅੱਛਾ ਫ੍ਰੈਸ਼ੀ ਭਾਜੀ ਹਾਂ ਹੀ ਉਹਨਾਂ ਗੱਲਾਂ ਬਤਾ ਚੱਲ ਰਹੀਆਂ ਨੇ ਤੇ ਉਹ ਡਬੋਸ ਵਾਲੀ ਪਾ ਪਹਿਲਾਂ ਨਹੀਂ ਸੀ ਗੱਲ ਕਰਦੇ ਵੇ ਉਹਦੇ ਤਾਂ ਮੈਨੂੰ ਗੱਲ ਜ਼ਿਆਦਾ ਇਹ ਉਹ ਜਿਹੜੀ ਨੂਰਾ ਸਿਸਟਰ ਹੈ ਅੱਜ ਕੱਲ ਉਹਨਾਂ ਦਾ ਕੀ ਰੋਲਾ ਚੱਲ ਰਿਹਾ ਯਾਰ ਦੋਨਾਂ ਭੈਣਾਂ ਦੀ ਮੈਨੂੰ ਸਮਝ ਨਹੀਂ ਆਂਦੀ ਚਲ ਦੋਨਾਂ ਭੈਣਾਂ ਦਾ ਤਾਂ ਨਹੀਂ ਕਸੂਰ ਕਸੂਰ ਤੇ ਚਲੋ ਕਿਸੇ ਦਾ ਵੀ ਨਹੀਂ ਪਰ ਜਿਹੜੀ ਜੋਤੀ ਏ ਉਹ ਹਰ ਹਾਂ ਜਿਹੜੀ ਉਹਨਾਂ ਚ ਜੋਤੀ ਏ ਇੱਕ ਦਿਨ ਸੁਲਤਾਨਾ ਹੈ ਨਾ ਹਾਂ ਜਿਹੜੀ ਗੋਲ ਜੇ ਸ਼ਕਲ ਵਾਲੀ ਉਹ ਤੇਰਾ ਸੁਲਤਾਨਾ ਮੇਰਾ ਖਿਆਲ ਹੈ ਤੇ ਜਿਹੜੀ ਪਤਲੀ ਜਿਹਨੀ ਆ ਉਹਦੇ ਨਾਲ ਜੋਤੀ ਏ ਤੇ ਜਿਹੜੀ ਜੋਤੀ ਨਹੀਂ ਹੈ ਉਹ ਹਰ 6 ਮਹੀਨੇ ਬਾਅਦ ਦੂਜਾ ਕੋਈ ਮਸਲਾ ਖੜਾ ਉਹਨੇ ਕੀਤਾ ਹੁੰਦਾ ਪਹਿਲਾਂ ਉਹਨੇ ਭੱਜ ਕੇ ਵਿਆਹ ਕਰਾਇਆ ਸੀ ਕੁਨਾਲ ਦੇ ਨਾਲ ਪਤਾ ਹੈ ਅੱਜ ਤੂੰ ਕੋਈ 7-8 ਸਾਲ ਪਹਿਲਾਂ ਕੁਨਾਲ ਨਾਲ ਨਾਲ ਭੱਜ ਕੇ ਵਿਆਹ ਮੈਨੂੰ ਨਹੀਂ ਪਤਾ ਇਹ ਨਹੀਂ ਨੌਲੇਜ ਨਹੀਂ ਹੈਗੀ ਇਹ ਚੀਜ਼ ਬਈ ਅੱਛਾ ਇੱਕ ਉਹਦਾ ਘਰ ਵਾਲਾ ਆਇਆ ਕੁਨਾਲ ਹੀ ਉਹਦਾ ਨਾਮ ਉਹਨੇ 8 ਸਾਲ ਪਹਿਲਾਂ ਨਾ ਭੱਜ ਕੇ ਲਵ ਮੈਰਿਜ ਕਰਾਈ ਸੀ ਇਸ ਮੁੰਡੇ ਨਾਲ ਠੀਕ ਆ ਠੀਕ ਆ ਤੇ ਮੁੜ ਕੇ ਹੁਣ ਮਹੀਨਾ ਕੋ ਗਿਆ ਹੁਣ ਦੁਬਾਰਾ ਗੱਲਬਾਤ ਚੱਲ ਰਹੀ ਏ ਕਿ ਉਹਨੇ ਕੁਨਾਲ ਨੂੰ ਛੱਡ ਦਿੱਤੇ ਤੇ ਹੁਣ ਇੱਕ ਮੁੰਡਾ ਨਵਾਂ ਵੇ ਉਹ ਉਸਮਾਨ ਚੀਕਾ ਤੇ ਉਹਦੇ ਨਾਲ ਅੱਜਕੱਲ੍ਹ ਘੁੰਮਦੀ ਫਿਰਦੀ ਤੇ ਇਹਨਾਂ ਦੋਨਾਂ ਪੰਡਾਂ ਚ ਮੇਰੇ ਖਿਆਲ ਹੈ ਅੱਜਕੱਲ੍ਹ ਪਾੜ ਵੀ ਪੈ ਗਈ ਏ ਜਾਨੀ ਕਿ ਹੁਣ ਇਹਨਾਂ ਦਾ ਇੱਕ ਜੋਕੇ ਚ ਸ਼ੋਅ ਲਾ ਕੇ ਆਈਆਂ ਨੇ ਕਹਿੰਦੇ ਲਾਸਟ ਸ਼ੋਅ ਸੀ ਉਹ ਇਸ ਤੋਂ ਬਾਅਦ ਇਹਨਾਂ ਦੀ ਜੋੜੀ ਖਿੱਲਰ ਗਈ ਨਹੀਂ ਪਰ ਉੱਥੇ ਸ਼ੋਅ ਤੋਂ ਬਾਅਦ ਪਈ ਇੰਟਰਵਿਊ ਉਹਨਾਂ ਨੇ ਦਿੱਤੀ ਸੀ ਕਹਿੰਦੇ ਸਾਡਾ ਡਰੇਕ ਨਾਲ ਕੋਲਾਬੋਰੇਸ਼ਨ ਆ ਰਹੀ ਹੈ ਕਿ ਡਰੇਕ ਨੇ ਸਪੈਸ਼ਲ ਸਾਡੇ ਗਾਣੇ ਦੇ ਵਰਸ ਮੰਗਾਈਆਂ ਨੇ ਕਿ ਉਹ ਗਾਣਾ ਡਰੇਕ ਲੈ ਰਿਹਾ ਆਪਣੇ ਗਾਣੇ ਚ ਤੇ ਮੈਂ ਤਾਂ ਜਿੱਕੇ ਚੱਲ ਬੜੀ ਵਧੀਆ ਗੱਲ ਹੈ ਕਿ ਇੱਥੇ ਤੇ ਅਗਰ ਪਹੁੰਚਣਾ ਹੈ ਪਰ ਆ ਤੂੰ ਨਵਾਂ ਮਸਲਾ ਦੱਸਦਾ ਇਹਨਾਂ ਦਾ ਜ ਮੈਂ ਫਰੇਜੀ ਪਾਜੀ ਸੋਸ਼ਲ ਮੀਡੀਆ ਤੇ ਕਮੈਂਟ ਪੜ੍ਹ ਰਿਆ ਸੀ ਖਾਸ ਕਰਕੇ ਸਾਰੇ ਜੋਤੀ ਨੂੰ ਹੀ ਮਾੜਾ ਕਹਿ ਰਹੇ ਸੀ ਵੀ ਤੂੰ ਕੁੜੀਏ ਤੈਨੂੰ ਟੱਕੇ ਨਹੀਂ ਬਹਿਣਿਆ ਆਂਦਾ ਤੂੰ ਪਹਿਲਾਂ ਵੀ ਵਿਆਹ ਕੀਤਾ ਕੋ ਨਾਲ ਦੇ ਨਾਲ ਉਹਦੇ ਵੀ ਘਰਦਿਆਂ ਦੀ ਤੂੰ ਮਿੱਟੀ ਪਲੀਤ ਕੀ ਕੀਤੀ ਹੈ ਪੂਰੇ ਪੰਜਾਬ ਚ ਉਹਨਾਂ ਨੂੰ ਜਲੀਲ ਕੀਤਾ ਪਤਾ ਭੱਜ ਕੇ ਨੇ ਭੱਜ ਕੇ ਕੋਡ ਮੈਰਿਜ ਕੀਤੀ ਸੀ ਨਾ ਉਹਦੇ ਬਾਰੇ ਮੈਨੂੰ ਇਹ ਚੀਜ਼ਾਂ ਮੈਨੂੰ ਨਹੀਂ ਪਤਾ ਹੈਗਾ ਜਿਹੜਾ ਤੁਸੀਂ ਗੱਲ ਕੀ ਕਨਾਲ ਭੱਜ ਗਏ ਤੇ ਸ਼ਾਇਦ ਤੁਹਾਨੂੰ ਪਤਾ ਹੋਵੇ ਹਾਂ ਨਹੀਂ ਨਹੀਂ ਉਹ ਵੇਖੀ এবੀਪੀ ਸਾਂਝਾ ਤੇ ਪਈ ਇਹ ਸਾਰੀ ਨਾ ਇੰਟਰਵਿਊ ਇਦੋਂ ਭੱਜੀ ਸੀ 8 ਸਾਲ ਪਹਿਲਾਂ ਤੇ ਉਦੋਂ ਇਹ ਜਾ ਕੇ ਰਹੇ ਸੀ ਚੰਡੀਗੜ੍ਹ ਨਾ ਮਾਪੇ ਉਹ ਤੁਰਦੇ ਤੁਰਦੇ ਉਹ ਮਹੀਨਾ ਕ ਲਾਇਆ ਸੀ ਜੋਤੀ ਨੇ ਤੇ ਦੇ ਘਰ ਵਾਲੇ ਕੋਨਾਲ ਨੇ ਤੇ ਵੇਖ ਲਾ ਉਹ ਮੁੰਡਾ ਅਜੇ ਵੀ ਇਹਦੇ ਨਾਲ ਹੀ ਏ ਜਾਨੀ ਕਿ ਹੁਣ ਉਹ ਉਹਦੇ ਘਰ ਦੇ ਨਾਲ ਰਹਿ ਰਿਹਾ ਏ ਇਹਦੀ ਜਿਹੜੀ ਵੱਡੀ ਭੈਣ ਏ ਉਹਨੂੰ ਸਪੋਰਟ ਕਰ ਰਿਹਾ ਮੇਰਾ ਖਿਆਲ ਏ ਤੇ ਇਹਦੀ ਜਿਹੜੀ ਜੋਤੀ ਉਹ ਸਮਝਦੀ ਏ ਕਿ ਮੇਰਾ ਜਿਹੜਾ ਘਰ ਵਾਲਾ ਕੋਨਾਲ ਏ ਉਹਦੀ ਸੈਟਿੰਗ ਏ ਮੇਰੀ ਭੈਣ ਦੇ ਨਾਲ ਉਹ ਇਦਾਂ ਸਮਝਦੀ ਏ ਹਮ ਸਮਝ ਗਏ ਗੱਲ ਉਹ ਕਹਿੰਦੀ ਤੂੰ ਸਾਡਾ ਘਰ ਜਾੜ ਦਿੱਤਾ ਪੱਟ ਦਿੱਤਾ ਉਹ ਮੇਰੀ ਭੈਣ ਨੂੰ ਵੀ ਫਸਾ ਲਿਆ ਤੇ ਹੁਣ ਜਿਹੜੀ ਜੋਤੀ ਉਹ ਅੱਜ ਕੱਲ ਉਹਨੇ ਨਵਾਂ ਬਾਇਫਰੈਂਡ ਲੱਭੀ ਆਪਣਾ ਜੀਵਨ ਸਾਥੀ ਉਸਮਾਨ ਤੇ ਉਹ ਜਦੋਂ ਲਾਈਵ ਆਏਗਾ ਜੋਤੀ ਨਾਲ ਉਹ ਇਹੀ ਗੇਗਾ ਮੇਰੇ ਟਿੱਡਾ ਮੇਰਾ ਟਿੱਡਾ ਮੇਰਾ ਟਿੱਡਾ ਮੇਰੇ ਟਿੱਡੇ ਨੂੰ ਮੇਰੇ ਟਿੱਡੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਮੇਰੇ ਟਿੱਡੇ ਨੂੰ ਤਤੀਵਾ ਨਹੀਂ ਲੱਗਣੀ ਚਾਹੀਦੀ ਮੇਰੇ ਟਿੱਡੇ ਨੇ ਕੀ ਖਾਦਾ ਅੱਛਾ ਮੈਂ ਟਿੱਡੇ ਨੂੰ ਹੁਣ ਸਾਰੇ ਜਨੇ ਸਾਸਿਕਾ ਬੁਲਾ ਲ ਦੋ ਮੇਰਾ ਟਿੱਡਾ ਮੇਰਾ ਟਿੱਡਾ ਮੇਰਾ ਟਿੱਡਾ ਬਸ ਭਾਜੀ ਕੋ ਟਿੱਡੇ ਤੋਂ ਇਲਾਵਾ ਕੋਈ ਗੱਲ ਨਹੀਂ ਆਂਦੀ ਐ ਨਾ ਇੱਕ ਕਤਲ ਹੋਇਆ ਹੈ ਇੰਗਲੈਂਡ ਦੇ ਵਿੱਚ ਨਾ ਆਪਣੇ ਸਿੱਖ ਮੁੰਡੇ ਦਾ ਅਫਗਾਨੀ ਅਫਗਾਨਿਸਤਾਨ ਤੋਂ ਸੀ ਆਇਆ ਨਾ ਵਿਚਾਰਾ 16 ਸਾਲਾਂ ਦਾ ਸੀ ਇਹ ਗੱਲ ਹੈ 2020 ਦੀ 24 ਨਵੰਬਰ 2021 ਦੀ ਗੱਲ ਹੈ ਸੱਚ 24 ਨਵੰਬਰ 2021 ਦੀ ਗੱਲ ਹੈ ਅੱਛਾ ਗੱਲ ਇਦਾਂ ਹੋਈ ਫਰੈਸ਼ੀ ਪਾਜੀ ਇੱਕ ਸੀ ਮੁੰਡਾ ਸਿੱਖ ਠੀਕ ਹੈ ਆਪਣੇ ਵਰਗਾ ਸਿੱਖ ਮੁੰਡਾ ਸੀ ਉਹ ਰਹਿੰਦਾ ਸੀ ਅਫਗਾਨਿਸਤਾਨ ਅਫਗਾਨਿਸਤਾਨ ਦਾ ਸਿੱਖ ਸੀ ਤੇ ਉਹਦੀ ਉਹ ਆਇਆ ਇੰਗਲੈਂਡ ਆਪਣੀ ਮੰਮੀ ਤੇ ਦਾਦੀ ਨਾਲ ਕੁਕੂ ਦਾ ਜਿਹੜਾ ਡੈਡੀ ਸੀ ਨਾ ਉਹਨੂੰ ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਨੇ ਕਿਡਨੈਪ ਕਰ ਲਿਆ ਸੀ ਤੇ ਧੱਕੇ ਨਾਲ ਕਹਿੰਦੇ ਸੀ ਇਸਲਾਮ ਕਬੂਲ ਕਰ ਇਸ ਕਰਕੇ ਉਹਦੇ ਡੈਡੀ ਨੇ ਇਸਲਾਮ ਨਹੀਂ ਕਬੂਲ ਕੀਤਾ ਤੇ ਉਹਦੇ ਡੈਡੀ ਨੂੰ ਤਾਲਿਬਾਨਾਂ ਨੇ ਮਾਰ ਦਿੱਤਾ ਫਿਰ ਉਹ ਮੁੰਡਾ ਤੇ ਉਹਦੀ ਮਾਂ ਤੇ ਉਹਦੀ ਦਾਦੀ ਬੱਚੇ ਤੇ ਬਚਾਉਂਦੇ ਇੰਗਲੈਂਡ ਪਹੁੰਚ ਗਏ ਇੰਗਲੈਂਡ ਦੀ ਗਵਰਨਮੈਂਟ ਨੇ ਉਹਨਾਂ ਨੂੰ ਪੇਪਰ ਦੇ ਦਿੱਤੇ ਤੈਨੂੰ ਪਤਾ ਮਿਲ ਜਾਂਦਾ ਹੈ ਨਾ ਰੈਫਿਊਜੀਆ ਨੂੰ ਹਾਂ ਬਿਲਕੁਲ ਤੇ ਉਹ ਫ੍ਰੈਂਚੀ ਭਾਜੀ ਨੇ ਪੇਪਰ ਲੈ ਲਏ ਸੋਹਣੀ ਜ਼ਿੰਦਗੀ ਵਿਚਾਰਿਆਂ ਦੀ ਨਿਕਲ ਰਹੀ ਸੀ ਹੈ ਕੱਲਾ ਕੱਲਾ ਮਾਦਾ ਪੁੱਤ ਤੇ ਇੱਕ ਦਿਨੋਂ ਪਾਰਕ 'ਚ ਬੈਠਾ ਪਾਰਕ 'ਚ ਬੈਠਾ 16 ਸਾਲ ਦੀ ਉਮਰ ਪਾਰਕ 'ਚ ਬੈਠਾ ਤੇ ਦੋ ਮੁੰਡੇ ਆਏ ਭੱਜੇ ਭੱਜੇ ਇੱਕ ਦਾ ਨਾਮ ਬਾਲਾ ਕ੍ਰਿਸ਼ਨ ਤੇ ਇੱਕ ਦਾ ਨਾ ਸੁਲੇਮਾਨ ਦੋਨੇ ਜਿਹਨੇ ਆਏ ਤੇ ਫਰੈਸ਼ੀ ਭਾਜੀ 30 ਸਕਿੰਟ 30 ਸਕਿੰਟ ਵੀ ਨਹੀਂ 27 ਸਕਿੰਟਾਂ ਦੇ ਵਿੱਚ 15 ਚਾਕੂ ਮਾਰੇ ਮੁੰਡੇ ਦੇ ਉਹਨਾਂ ਨੇ 15 ਚਾਕੂ 27 ਸਕਿੰਟਾਂ ਦੇ ਵਿੱਚ ਤੇ ਮੁੜ ਕੇ ਦੋਨੇ ਜਿਹੜੇ ਭੱਜ ਗਏ ਯੋਨ ਸਟੈਬਿੰਗ ਕਹਿ ਦਿੰਦੇ ਆ ਕੇਸ ਦਾ ਮਾਮਲਾ ਜਿਹੜੇ ਕੀ ਸਟੈਬ ਕਰਤਾ ਤੇ ਫਿਰ ਚ ਭਾਜੀ ਮੁੜ ਕੇ ਨਾ ਉਹ ਦੋਨੇ ਜਿਹਨੇ ਭੱਜ ਗਏ ਤੇ ਮੁੰਡਾ ਮੁੰਡੇ ਦਾ ਨਾਮ ਸੀ ਰਿਸ਼ਮੀਤ ਸਿੰਘ ਵਿਚਾਰਾ ਉੱਥੇ ਮਰ ਗਿਆ ਤੇ ਮੁੜ ਕੇ ਨਾ ਥੋੜੇ ਕਿ ਦਿਨਾਂ ਬਾਅਦ ਨਾ ਇਹ ਵਿੱਚੂ ਇੱਕ ਬਾਲਾ ਕ੍ਰਿਸ਼ਨ ਸੀ ਜਿਹੜਾ ਆਹ ਜਿਹੜਾ ਬਾਲਾ ਕ੍ਰਿਸ਼ਨ ਸੀ ਨਾ ਉਹਨੇ ਕੀ ਕੀਤਾ ਜਿਹੜਾ ਚਾਕੂ ਨਾਲ ਉਹਨੂੰ ਰਿਸ਼ਮੀਤ ਨੂੰ ਮਾਰਿਆ ਸੀ ਨਾ ਉਹਦੀਆਂ ਫੋਟੋਆਂ ਖਿੱਚ ਕੇ ਨਾ ਉਹਨੇ ਪਬਲਿਕ ਸੋਸ਼ਲ ਮੀਡੀਆ ਤੇ ਪਾਈਆਂ ਇੰਸਟਾਗ੍ਰam ਤੇ ਪਾਈਆਂ ਠੀਕ ਤੇ ਨਾਲ ਨਾ ਉਹ ਗੈਂਗਸਟਰ ਵਾਲੇ ਰੈਪ ਲਿਖਦਾ ਸੀ ਰੈਪ ਲਿਖਦਾ ਆਪਣੀ ਨਾ ਨੋਟਬੁੱਕ ਦੇ ਵਿੱਚ ਕੰਪਿਊਟਰ 'ਚ ਨਾ ਉਹਨੇ ਗਾਣੇ ਲਿਖੇ ਸੀ ਵੀ ਅੱਜ ਮੈਂ ਕਤਲ ਕਰਕੇ ਆਇਆ ਤੇ ਮੇਰਾ ਜਿਹੜਾ ਖੂਨ ਸੀ ਚਾਕੂ ਸੀ ਚੋਂਦਾ ਪਿਆ ਸੀ ਖੂਨ ਦੇ ਨਾਲ ਇਦਾਂ ਦੇ ਨਾ ਉਹਨੇ ਗੀਤ ਬਣਾ ਕੇ ਲਿਖਿਆ ਤੇ ਬਾਅਦ 'ਚ ਜਦੋਂ ਪੁਲਿਸ ਨੇ ਫਿਰ ਸੀਸੀਟੀਵੀ ਕੈਮਰੇ ਫਰੋਲੇ ਲੱਗ ਗਿਆ ਪਤਾ ਵੀ ਕੌਣ ਹੈ ਪਹਿਲਾਂ ਇੱਕ ਬੰਦਾ ਫੜਿਆ ਉਹਨਾਂ ਨੇ ਠੀਕ ਹੈ ਬਾਲਾ ਕ੍ਰਿਸ਼ਨ ਤੇ ਮੁੜ ਕੇ ਬਾਅਦ 'ਚ ਉਹਨਾਂ ਨੇ ਸੁਲੇਮਾਨ ਫੜਿਆ ਤੇ ਸੁਲੇਮਾਨ ਵੀ ਭੱਜ ਚਲਾ ਹੀ ਦੂਸਰੇ ਦੇਸ਼ ਨਾ ਇਹ ਦੇ ਛੱਟ ਕੇ ਭੱਜ ਲਾ ਜਦੋਂ ਨੂੰ ਪਤਾ ਲੱਗਾ ਨਾ ਮੇਰਾ ਦੋਸਤ ਬਾਲਾ ਕ੍ਰਿਸ਼ਨ ਫੜਿਆ ਗਿਆ ਉਹਦਾ ਕੰਪਿਊਟਰ ਵੀ ਫੜਿਆ ਗਿਆ ਉਹਦੇ ਵਿੱਚ ਫੋਟੋਆਂ ਵੀ ਫੜੀਆਂ ਗਈਆਂ ਨੇ ਚਾਕੂ ਸ਼ਾਕੂ ਫੜਿਆ ਗਿਆ ਤੇ ਹੁਣ ਪੁਲਿਸ ਮੇਰੇ ਹਲ ਆ ਰਹੀ ਤੇ ਇਹ ਇਹਦੀ ਮੰਮੀ ਨੇ ਨਾ ਭੱਜ ਕੇ ਮਿਸਿੰਗ ਰਿਪੋਰਟ ਲਖਾਤੀ ਸੁਲੇਮਾਨ ਦੀ ਨੇ ਕਿ ਮੇਰਾ ਪੁੱਤਰ ਤੇ ਗਵਾਚ ਗਿਆ ਆਇਆ ਨਹੀਂ ਘਰ ਤੇ ਆ ਬਾਹਰ ਘੱਟ ਲਾ ਪਰ ਪੁਲਿਸ ਨੇ ਫੜ ਲੇ ਦੋਨਾਂ ਨੂੰ ਫੜ ਲੇ ਤੇ YouTube ਤੇ ਪੂਰੀ ਵੀਡੀਓ ਪਈ ਜੱਜ ਨੇ ਜਦੋਂ ਸੁਣਵਾਈ ਜਦੋਂ ਫੈਸਲਾ ਸੁਣਾਇਆ ਨਾ ਜੱਜ ਨੇ ਕਿ ਕਿੰਨੇ ਕਿੰਨੇ ਸਾਲ ਦੀ ਸਜ਼ਾ ਹੋਣੀ ਹੈ ਤੇ ਪੂਰੀ YouTube ਤੇ ਵੀਡੀਓ ਪਈ ਤੁਸੀਂ ਵੀ ਦੇਖਿਓ ਜੱਜ ਨੇ ਫੈਸਲਾ ਸੁਣਾਇਆ ਕਿ ਬਾਲਾ ਕ੍ਰਿਸ਼ਨ ਜਿਹਨੇ ਚਾਕੂ ਮਾਰੇ ਤੇ ਜਿਹਨੇ ਗੀਤ ਲਿਖਿਆ ਹੈ ਉਹਨੂੰ 24 ਸਾਲ ਦੀ ਸਜ਼ਾ ਤੇ ਜਿਹੜਾ ਸੁਲੇਮਾਨ ਜਿਹੜਾ ਭੱਜ ਲਾ ਸੀ ਉਹਦਾ ਵੀ ਕਸੂਰ ਤੇ ਨਹੀਂ ਨਾ 21 ਸਾਲ ਦੀ ਉਹਨੂੰ ਸਜ਼ਾ ਠੀਕ ਹੈ ਭਾਈ ਠੀਕ ਪਰ ਵਿਚਾਰੇ ਦੀ ਮਾਂ ਬੜੀ ਰੋਂਦੀ ਸੀ ਰਿਸ਼ਮੀਤ ਦੀ ਯਾਰ ਕਹਿੰਦੀ ਮੇਰਾ ਪਹਿਲਾ ਘਰ ਵਾਲਾ ਇਦਾਂ ਤਾਲਿਬਾਨਾਂ ਨੇ ਮਾਰ ਦਿੱਤਾ ਤੇ ਹੁਣ ਮੇਰਾ ਇੱਕ ਪੁੱਤਰ ਸੀ ਇੱਕੋ ਇੱਕ ਪੁੱਤਰ ਸੀ ਵਿਚਾਰਾ ਮੈਨੂੰ ਸਰਾਜੀ ਪਾਜੀ ਕਸਮੀ ਲੱਗੇ ਨਾ ਹੋਰ ਤਰਾ ਹੋਇਆ ਨਾ ਉਹ ਖਬਰ ਸੁਣ ਕੇ ਨਹੀਂ ਪਾਜੀ ਕੋਈ ਰੀਜ਼ਨ ਦੱਸਿਆ ਉਹ ਬੰਦੇ ਨੇ ਜਾਂ ਰੀਜ਼ਨ ਕੋਈ ਹੋਰ ਹੈਗਾ ਉਦੋਂ ਹੀ ਫਸ ਫੁਕਰੀ ਪਾਜੀ ਅੱਛਾ ਰੀਜ਼ਨ ਆ ਰੀਜ਼ਨ ਆ ਸਰਾਜੀ ਪਾਜੀ ਇਹ ਵੇ ਕਿ ਉਹਨਾਂ ਨੂੰ ਲੱਗਾ ਕਿ ਇਸ ਉਹ ਐਸੀ ਮੁੰਡੇ ਗੈਂਗ ਆਪਣੀ ਗੈਂਗ ਬਣਾਈ ਸੀ ਇਹਨਾਂ ਨੇ ਨਾ 16 17 ਸਾਲਾਂ ਦੇ ਮੁੰਡੇ ਉਹ ਵੀ 16 17 ਸਾਲਾਂ ਦੇ ਮੁੰਡੇ ਹੀ ਹੁਣ 18 ਸਾਲਾਂ ਦੇ ਹੋਏ ਸੋ ਸੁਲੇਮਾਨ ਤੇ ਆ ਜਿਹੜਾ ਬਾਲਾ ਕ੍ਰਿਸ਼ਨ ਉਹਨੇ 18 ਸਾਲਾਂ ਦੇ ਹੋਏ ਨੇ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਇਹਨਾਂ ਨੇ ਸਮਝਿਆ ਕਿ ਹਰੇ ਸਾਡੀ ਜਿਹੜੀ ਆਪੋਜ਼ਿਟ ਗੈਂਗ ਨਹੀਂ ਹੈ ਉਹਦਾ ਬੰਦਾ ਬੈਠਾ ਵਾ ਇਥੇ ਠੀਕ 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 ਹਾਂ ਗਲਤ ਆਇਡੈਂਟੀਫਿਕੇਸ਼ਨ ਚ ਮਿਸ ਅੰਡਰਸਟੈਂਡਿੰਗ ਚ ਤੇ ਉਹਨਾਂ ਨੇ ਰਿਸ਼ਮੇਤ ਨੂੰ ਵਿਚਾਰੇ ਨੂੰ ਮਾਰ ਦਿੱਤਾ ਭਾਜੀ ਇਹ ਕਲਪਤ ਹੋਈ ਇਹ ਮਾੜੀ ਗੱਲ ਹੋਈ ਭਾਜੀ ਇਹ ਗੱਲ ਬਾਤ ਸੀ ਤੇ ਭਾਜੀ ਲੜਨ ਵਾਲੀ ਜਿੱਦਾਂ ਤੁਸੀਂ ਹੋਣੇ ਕਿਹਾ ਕਿ ਜਿੱਦਾਂ ਦੋਵੇਂ ਜਣੇ ਆਪਸ ਚ ਲੜ ਕੇ ਇਦਾਂ ਦਾ ਮਾਰਤਾ ਜਾਂ ਮਿਸ ਅੰਡਰਸਟੈਂਡਿੰਗ ਚ ਮਾਰਤਾ ਹੁਣ ਮੁੰਡੇ ਨੂੰ ਤੇ ਆਪਣੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਵੀ ਇੱਕ ਲੜਾਈ ਬੜੀ ਵਾਇਰਲ ਹੋ ਰਹੀ ਪਿੱਛੇ ਜੇ ਹਨਾ ਦੀਪ ਮਠਾਰੂ ਜਿਹੜਾ ਆਪਣਾ ਪਿੱਛੇ ਜੇ ਜਿਹਦੇ ਘਰੇ ਬੱਚੀ ਹੋਈ ਆ ਦੀਪ ਮਠਾਰੂ ਦੇ ਤੇ ਉਹਦੇ ਨਾਲ ਇੱਕ ਬਈ ਬੰਦਾ ਦੇਖਿਆ ਹਣਾ ਤੁਸੀਂ ਬੜੀ ਵਾਰ ਦੇਖਿਆ ਹਣਾ ਗੋਪੀਖ ਪੜਖੇੜੀ ਨਾਮ ਆਉਦਾ ਸ਼ਾਇਦ ਤੁਸੀਂ ਦੇਖਿਆ ਹੋਵੇ ਤੇ ਉਹ ਭਾਜੀ ਆਪਸ ਹੀ ਲੜੀ ਜਾਂਦੇ ਨੇ ਕਿ ਦੂਜੇ ਨੂੰ ਕੋਈ ਉਹ ਤੇ ਹੋਲ ਝਾਮ ਲਾਈ ਜਾਂਦਾ ਕੋਈ ਉਹ ਤੇ ਹੋਲ ਝਾਮ ਲਾਈ ਜਾਂਦਾ ਤੁਹਾਨੂੰ ਪਤਾ ਉਹ ਚੀਜ਼ ਦਾ ਕਿ ਮੈਂ ਤੁਹਾਨੂੰ ਸੁਣਾਵਾਂ ਕਿ ਕੀ ਗੱਲ ਹੋਈ ਹੈ ਨਹੀਂ ਮੈਨੂੰ ਸੱਚੀ ਨਹੀਂ ਪਤਾ ਫਿਰ ਜੀ ਭਾਜੀ ਕੀ ਗੱਲ ਹੋਈ ਜੀ ਉਹ ਭਾਜੀ ਦੀਮ ਮਠਾਰੂ ਭਾਜੀ ਤੇ ਖੋਪੀ ਖੱਪੜ ਖੇੜੀ ਨਾ ਵੱਖ-ਵੱਖ ਪਹਿਲਾਂ ਵਲੌਗ ਬਣਾਉਣ ਲੱਪੇ ਤੇ ਇੱਕ ਦੂਜੇ ਨੂੰ ਬਣਾਉਣਾ ਮਿਲੋਣਾ ਚਲਾਣਾ ਬੰਦ ਕਰਤਾ ਦੋਵਾਂ ਨੇ ਤੇ ਲੋਕੀ ਤੁਹਾਨੂੰ ਪਤਾ ਹੀ ਇਹ ਕਹਿੰਦੇ ਕਿ ਭਾਜੀ ਗੋਪੀ ਜੀ ਤੁਹਾਡੇ ਘਰੇ ਨਹੀਂ ਆਉਂਦੇ ਹੁਣ ਜਾਂ ਗੋਪੀ ਨੂੰ ਕਮੈਂਟ ਕਰਨ ਤੁਸੀਂ ਉਹਦੇ ਘਰੇ ਨਹੀਂ ਜਾਂਦੇ ਤੇ ਹੌਲੀ-ਹੌਲੀ ਗੋਪੀ ਨੇ ਆਪਣੀ ਵੀਡੀਓ 'ਚ ਰਿਪਲਾਈ ਦੇਣੀ ਸ਼ੁਰੂ ਕਰ ਦਿੱਤੀ ਕਿ ਮੇਰੇ ਸ਼ਰੀਕ ਸੜਦੇ ਨੇ ਅੱਜਕੱਲ ਮੇਰੇ ਵਲੌਗ ਵੀ ਚੱਲਦੇ ਨੇ ਤੇ ਅੱਗੇ ਉਹ ਦੀਮ ਮਠਾਰੂ ਨੂੰ ਲੋਕੀ ਕਹਿੰਦੇ ਆ ਬਣ ਕੇ ਤੂੰ ਹੀ ਗੋਪੀ ਨੂੰ ਘਰ ਤਨ ਬੁਲਾਉਂਦੇ ਤੇ ਦੀਮ ਮਠਾਰੂ ਭਾਜੀ ਨੇ ਤਗੜਾ ਇਲਜ਼ਾਮ ਲ ਇਹਨੂੰ ਮੈਂ ਕਿੰਨਾ ਸਮਝਾਉਣਾ ਹੈ ਕਿ ਭਰਾਵਾ ਕੂਲ ਲਿਪਾ ਨਾ ਲਾਇਆ ਕਰ ਨਾ ਲਾਇਆ ਕਰ ਕਹਿੰਦਾ ਕਹਿੰਦਾ ਵਲੌਗ ਬਣਾਉਣ ਲੱਗਾ ਕੂਲ ਲਿਪ ਰਾਤੀ ਸੌਣ ਲੱਗਾ ਕੂਲ ਲਿਪ ਕਹਿੰਦਾ ਮੈਂ ਆਪਣੇ ਮੂੰਹੇ ਤੇ ਕੱਢਿਆ ਕਰਨੀਆਂ ਫੜ-ਫੜ ਕੇ ਕਿ ਭਰਾ ਕੂਲ ਲਿਪ ਨਾ ਲਾਇਆ ਕਰ ਕਹਿੰਦਾ ਇਹਨੂੰ ਇੰਨਾ ਸਮਝਾਇਆ ਜਦੋਂ ਇੰਨਾ ਸਮਝੋ ਤਾਂ ਬਾਅਦ ਬੰਦਾ ਨਾ ਸਮਝੇ ਤੇ ਬੰਦਾ ਕਹਿੰਦਾ ਕਿ ਚਲ ਦਫਾ ਕਰੋ ਇਹੋ ਜਿਹੇ ਨੂੰ ਬੁਲਾਉਣਾ ਹੀ ਨਹੀਂਗਾ ਤੇ ਇਹ ਗੱਲਾਂ ਭਾਜੀ ਹੋਈਆਂ ਇੰਟਰਨੈਟ ਤੇ ਤੇ ਦੇਖੋ ਕਿ ਵੈਸੇ ਤਾਂ ਪਿੱਛੇ ਜਿਹਦਾ ਜਿਹੜਾ ਦੂਜਾ ਸੀ ਗੋਪੀ ਖਪੜ ਖੇੜੀ ਉਹਨੇ ਇੱਕ ਵਾਰੀ ਨਿਕਿਤਾ ਨਾਲ ਪੰਗੇ ਲੈ ਰਿਆ ਸੀ ਉਹਦਾ ਤੁਹ ਨਿਕੀਤਾ ਪੀਵੀ ਟੱਟੀ ਵਾਲੀ ਲਿਖਦਾ ਸੀ ਉਹਦਾ ਨਾਮ ਨਿਕੀਤਾ ਪੀਵੀ ਕੱਤੀ ਵਾਲੀ ਆਪਣੇ ਵਲੌਗ ਤੇ ਹਜੇ ਤੱਕ ਲਿਖਿਆ ਪਿਆ ਹੈ ਉਹ ਉਹ ਨਾਲ ਲਾਇਓ ਥੰਬਨੇਲ ਹਾਂ ਤੇ ਇਹੋ ਜਿਹੇ ਪੰਗੇ ਆਪ ਲੈਣ ਦੇਣ ਦਾ ਬਾਈ ਬਈ ਵਲੌਗ ਚਲਾਉਣ ਵਾਸਤੇ ਹੀ ਇਹੋ ਜੀਆਂ ਖੇਡਾਂ ਕਰੀ ਜਾਂਦੇ ਨੇ ਤੇ ਹੁਣ ਬਾਈ ਭਾਜੀ ਦਾ ਨਵਾਂ ਨਵਾਂ ਵਿਆਹ ਵੀ ਹੋਇਆ ਹੈ ਅੱਛਾ ਭਾਜੀ ਬਾਕੀ ਬੰਦੇ ਘਰ ਲਈ ਦਿਖਾਉਂਦੇ ਨੇ ਦੀਮ ਮਠਾਰੂ ਘਰ ਲਈ ਦਿਖਾਉਂਦਾ ਪਰ ਗੋਪੀ ਕਪੜਾ ਕੈਰੀ ਨੇ ਇੱਕ ਹੋਰ ਤਰੀਕਾ ਅਪਣਾਇਆ ਘਰ ਵਾਲੀ ਦੀ ਸ਼ਕਲ ਨਹੀਂ ਦਿਖਾਉਣੀ ਕੰਟੈਂਟ ਸਾਰਾ ਘਰ ਵਾਲੀ ਦੇ ਰਿਲੇਟਡ ਹੈ ਅੱਜ ਮੈਂ ਇਹਨੂੰ ਕਿੱਥੇ ਲੈ ਕੇ ਚੱਲਿਆ ਅੱਜ ਆਪਾਂ ਕਿੱਥੇ ਚੱਲੇ ਅੱਜ ਆਪਾਂ ਚੱਲੇ ਰਸੋਰੀਆਂ ਤੇ ਘਰ ਵਾਲੀ ਦੇ ਮੂੰਹ ਤੇ ਮੋਜੀ ਲਾ ਦੂਗਾ ਠੀਕ ਆ ਪੂਰੀ ਘਰ ਵਾਲੀ ਦਿਖਾਊਗਾ ਮਗੇ ਸ਼ਕਲ ਨਹੀਂ ਪੂਰੀ ਬੋਡੀ ਦਿਖਾਊਗਾ ਘਰ ਵਾਲੀ ਤੁਰ ਹੀ ਜਾਂਦੀ ਆ ਮੇਰੇ ਘਰ ਲਈ ਜਾ ਰਹੀ ਆ ਪਿੱਛੋਂ ਜਾ ਰਹੀ ਆ ਅੱਗੇ ਜਾ ਰਹੀ ਆ ਸ਼ਕਲ ਨਹੀਂ ਦਿਖਾ ਰਿਆ ਕੰਮ ਉਹੀ ਕਰ ਰਿਆ ਤੇ ਕੋਲੀ ਪਤਾ ਭਾਈ ਤੇ ਇਲਜ਼ਾਮ ਲਾਤਾ ਦੀ ਮਠਰੂ ਭਾਈ ਨੇ ਗਲਤ ਗੱਲ ਆ ਭਾਜੀ ਐਦਾਂ ਨਹੀਂ ਖਤੇ ਕੋਲੇ ਪਤਾ ਇਲਜ਼ਾਮ ਲਾਉਣ ਜਿਹੜਾ ਸਿੱਧਾ ਹੀ ਕੋਲੀ ਪਲਾ ਰਿਆ ਟੰਡਰੀ ਵਾਲੇ ਦਾ ਕੀ ਸੀਨ ਪਾਇਆ ਤੁਸੀਂ ਮੈਂ ਦੇਖਿਆ ਬਾਬਾ ਜੀ ਨੇ ਮੈਗਰ ਰਪਲਾਈ ਕੀਤਾ ਤੁਹਾਨੂੰ ਕੀ ਸ਼ਰਾਬ ਦੇ ਠੇਕੇ ਤੇ ਨੱਗੇ ਜਾਣਾ ਪੈਂਦਾ ਜਾਂ ਇਮੀਰੇਟਸ ਦੇ ਵਿੱਚ ਜਦੋਂ ਆਪਾਂ 에어ਪੋਰਟ ਤੇ ਜਹਾਜ਼ ਦੇ ਵਿੱਚ ਜਾਈਦਾ ਜਪਾ ਬਾਥਰੂਮ ਵੀ ਕਰਨਾ ਫਿਰ ਵੀ ਸ਼ਰਾਬ ਦੇ ਠੇਕੇ ਦੇ ਵਿੱਚ ਜਾਣਾ ਪੈਣਾ ਉਹ ਕੀ ਸੀਨ ਹੋਇਆ ਕਿ ਤੁਸੀਂ ਜੋ ਵੀਡੀਓ ਪਾਈ ਤੇ ਬਾਬਾ ਜੀ ਨੇ ਅਗਲੇ ਦਿਨ ਹੀ ਰਪਲਾਈ ਠੋਕਤਾ ਤੁਹਾਨੂੰ ਇੰਨੀ ਛੇਤੀ ਤਾਂ ਉਹ ਨਹੀਂ ਠੋਕਦੇ ਜੇ ਆਪਣੇ ਆ ਬਲੌਗਰ ਹੀ ਰਪਲਾਈ ਕਰਦੇ ਕਿ ਰੋਸਟ ਦੇ ਜਿੰਨੀ ਛੇਤੀ ਬਾਬੇ ਨੇ ਰਪਲਾਈ ਕੀਤਾ ਓਏ ਭੋਲੇਓ ਓ ਭੋਲਿਓ ਇਹ ਤੇ ਕਰ ਉਹਸ ਭੋਲਿਓ ਉਹ ਭੋਲਿਓ ਅੱਛਾ ਤੇਰੀ ਗੱਲ ਬੀਨੂੰ ਵਧੀਆ ਲੱਗੀ ਵੀ ਭੋਲਾ ਭੋਲਾ ਕਹਿ ਗਏ ਨੇ ਤੇ ਆਪ ਬਾਬਾ ਚਲਾਕ ਬੰਦਾ ਰਹਿੰਦਾ ਹੈ ਲੋਕੜ ਭੜਾ ਭੋਲਿਓ ਭੋਲਿਓ ਤੇ ਬਾਬਾ ਤੁਸੀਂ ਤੂੰ ਚਲਾਕ ਬੜ ਰਿਓ ਸਾਡਾ ਵੇ ਬਾਬਾ ਨਾ ਉਹਦਾ ਵੀਡੀਓ ਚ ਕਹਿ ਰਿਹਾ ਕਹਿੰਦਾ ਵੀ ਮੇਰੀ ਨਾ ਗੱਲ ਤੋੜ ਮਰੋੜ ਕੇ ਪੇਸ਼ ਕੀਤੀ ਕੀ ਤੋੜ ਮਰੋੜ ਕੇ ਗੱਲ ਤੋੜ ਮਰੋੜ ਕੇ ਪੇਸ਼ ਨਹੀਂ ਕੀਤੀ ਬਾਬਾ ਜੀ ਤੁਸੀਂ ਲੰਘ ਕੇ ਜਾ ਰਹੇ ਤੁਸੀਂ ਹੱਥੀ ਆਪਣੇ ਕੈਮਰਾ ਲੈ ਕੇ ਨਾ ਇਹਨੇ ਆਪਣੇ ਹੱਥੀ ਵੀਲੋਗ ਬਣਾਇਆ ਹੁਣ ਰੋਸਟ ਵੀਡੀਓ ਚ ਬੰਦਾ ਨਾਲ ਕਲਿੱਪ ਵੀ ਦਿਖਾਉਂਦਾ ੜਾ ਇਹਦਾ ਪੋਡਕਾਸਟ ਚ ਸਮਝ ਹੀ ਨਹੀਂ ਲੱਗਣੀ ਪਰ ਚਲੋ ਗੱਲਬਾਤ ਕਰਦੇ ਆਪਾਂ ਜਿੰਨੀ ਕਹੇ ਉਹ ਫਿਰ ਅੱਜ ਭਾਜੀ ਵੇਖੋ ਹੁਣ ਬਾਬਾ ਜਾ ਰਿਹਾ ਉਹਨੇ ਆਪ ਕੈਮਰਾ ਫੜਿਆ ਮੋਬਾਈਲ ਉਹਨੇ ਆਪ ਫੜਿਆ ਆਪਣੇ ਹੱਥੀ ਪਹਿਲਾਂ ਡਿਊਟੀ ਫ੍ਰੀ ਤੇ ਅੱਗੂ ਲੰਘ ਕੇ ਗਿਆ ਤੇ ਮੈਂ ਵੀਡੀਓ ਚ ਵੀ ਕਿਹਾ ਮੈਂ ਕਹਾ ਹੋ ਸਕਦਾ ਜਦੂ ਡਿਊਟੀ ਫ੍ਰੀ ਤੇ ਅੱਗੂ ਲੰਘ ਕੇ ਗਿਆ ਦੁਕਾਨ ਦੇ ਅੱਗੂ ਸੈਸਬਾਕੇ ਲੰਘ ਗਿਆ ਹੋਵੇ ਬੰਦੇ ਨੂੰ ਨਹੀਂ ਪਤਾ ਲੱਗਦਾ ਗੱਲਾ ਗੱਲਾ ਚ ਫਲੋ ਫਲੋ ਚ ਕਹਤਾ ਹੋਵੇ ਵੀ ਇੱਥੇ दारू ਮਿਲਦੀ ਹੈ ਬਿਲਕੁਲ ਬਸ ਹੋ ਸਕਦਾ ਹੈ ਨਾ ਗਲਤੀ ਕਿ ਕੋਈ ਲ ਪਰ ਜਦੋਂ ਬੰਦਾ ਜਾ ਕੇ ਜਹਾਜ਼ ਵਿੱਚ ਬੈਠਾ ਤੇ ਜਹਾਜ਼ ਵਿੱਚ ਵੀ ਜਾ ਕੇ ਦੱਸਣ ਦੇ ਆ ਇੱਥੇ ਬਾਅਰ ਏ ਇਦਾਂ ਇੱਥੇ ਆਰਡਰ ਕਰੀਦਾ ਇੱਥੇ ਇਦਾਂ ਸ਼ਰਾਬ ਮਿਲਦੀ ਸਪੈਸੀਫਿਕ ਉਹ ਸ਼ਰਾਬ ਨਹੀਂ ਵਾਰ-ਵਾਰ ਕਹਿ ਰਹੇ ਆ ਸ਼ਰਾਬ ਨਹੀਂ ਕੋਟ ਕਰ ਰਹੇ ਆ ਇਹ ਨਹੀਂ ਕਹਿ ਰਹੇ ਵੀ ਸਰਵਿਸ ਤੇ ਖਾਣਾ ਇਦਾਂ ਮਿਲਦਾ ਹੈ ਜਬ ਕੌਫੀ ਜਾਂ ਹੈਨਾ ਪਾਣੀ ਦੀ ਐਮਰਜੈਂਸੀ ਲੋੜ ਤੁਹਾਨੂੰ ਇਥੋਂ ਲਲੋ ਪਾਣੀ ਉਹ ਸਪੈਸੀਫਿਕ ਹਰ ਵਾਰੀ ਸ਼ਰਾਬ ਕਹਿ ਰਹੇ ਸ਼ਰਾਬ ਇੱਥੇ ਮਿਲਦੀ ਮੈਂ ਇਸ ਕਰਕੇ ਰਨਾਲਡੋ ਦੀ ਐਗਜ਼ਾਮਪਲ ਦਿੱਤੀ ਹੀ ਕਿ ਫ੍ਰੈਸ਼ੀ ਪਾ ਲਈ ਰੇनाल्डੋ ਨੂੰ ਕੀ ਕੋਈ ਕੋਈ ਨੁਕਸਾਨ ਹੋ ਲੱਗਾ ਇਹੋ ਰੇनाल्डੋ ਨੂੰ ਨਹੀਂ ਉਹ ਜਿਹੜੇ ਉਹਦੇ ਅੱਗੇ ਕੋਈ ਨਹੀਂ ਹੋਣਾ ਸੀ ਉਹਨੂੰ ਨੁਕਸਾਨ ਕੋਈ ਉਹ ਉਹ ਉਹਨੂੰ ਫਾਇਦਾ ਹੀ ਸੀ ਪਰ ਫਿਰ ਵੀ ਉਹਨੇ ਸੋਚਿਆ ਕਿ ਇਹ ਕੋਕ ਦੀਆਂ ਬੋਤਲਾਂ ਵੇਖ ਕੇ ਕਿਤੇ ਬੱਚੇ ਨਾ ਸਮਝਣ ਕਿ ਰੇनाल्डੋ ਵੀ ਰੇ ਕੋਕ ਪੀਂਦਾ ਮੇਰੇ ਜਿਹੜੇ ਫੋਲੋਅਰ ਹੈ ਉਹ ਨਾ ਸਮਝਣਗੇ ਰੇनाल्डੋ ਜਿਹੜਾ ਇਹਨਾਂ ਦਾ ਹੀਰੋ ਇਹ ਵੀ ਕੋਕ ਪੀਂਦਾ ਤੇ ਅਸੀਂ ਵੀ ਕੋਕ ਲਈ ਆਈਏ ਉਹਨੇ ਤਾਂ ਹਟਾ ਦਿੱਤੀ ਕਿ ਮੈਂ ਕੋਕ ਨਹੀਂ ਪੀਂਦਾ ਤੇ ਹੁਣ ਤੁਹਾਡੇ ਤੁਸੀਂ ਨਹੀਂ ਕਹਿ ਰਹੇ ਬਾਬਾ ਜੀ ਵੀਡੀਓ ਚ ਕੇ ਸ਼ਰਾਬ ਪੀਓ ਇਸੇ ਕਰਕੇ ਮੈਂ ਰਿਨਾਲਡੋ ਦੀ ਐਗਜ਼ਾਮਪਲ ਦਿੱਤੀ ਰਿਨਾਲਡੋ ਵੀ ਨਹੀਂ ਕਹਿ ਰਿਹਾ ਕਿ ਕੋਕ ਪੀਓ ਕੋਈ ਨਹੀਂ ਕਹਿ ਰਿਹਾ ਉਸ ਵੀਡੀਓ ਚ ਕਿ ਕੋਕ ਪੀਓ ਤੇ ਉਹਨੂੰ ਕਿਉਂ ਹਟਾਏ ਨੇ ਵੀ ਕੋਈ ਵੇਖ ਕੇ ਵੀ ਕਿਸੇ ਦੇ ਦਿਮਾਗ ਤੇ ਅਸਰ ਨਾ ਹੋ ਜੇ ਦੇਖ ਕੇ ਵੀ ਕਿਸੇ ਫਾਲੋਅਰ ਦੇ ਸਾਹਮਣੇ ਰੱਖੀ ਚੀਜ਼ ਜਿਹੜੀ ਹੋਵੇ ਕਿ ਜੋ ਚੀਜ਼ ਮੈਂ ਸਾਹਮਣੇ ਰੱਖਦਾ ਆ ਮੰਨ ਲਓ ਹੁਣ ਤੁਸੀਂ ਪਾਣੀ ਪੀ ਲੇ ਜੇ ਬਿਲਕੁਲ ਹਨਾ ਤੇ ਤੁਸੀਂ ਤੁਹਾਡੇ ਫੋਲੋਅਰ ਜਿਹੜੇ ਤੁਹਾਨੂੰ ਮਾਲ ਚੋਂ ਬੰਦੇ ਦੇਖਦੇ ਨੇ ਬਾਬਾ ਜੀ ਕਹਿਣ ਕਿ ਆ ਦੇਖੋ ਜੀ ਆਪਾਂ ਆ ਖਾਣਾ ਖਾਈਦਾ ਹਨਾ ਬੰਦਾ ਗੁਰਮਤ ਮਰਿਆਦਾ ਚ ਰਹਿ ਕੇ ਇਦਾਂ ਟਰੈਵਲ ਕਰ ਸਕਦਾ ਤੁਸੀਂ ਜਹਾਜ਼ ਚ ਜੇ ਤੁਸੀਂ ਅੰਮ੍ਰਿਤਸਰ ਗਿਆ ਤੁਸੀਂ ਆ ਚੀਜ਼ਾਂ ਮੰਗਾ ਸਕਦੇ ਹੋ ਇੱਥੇ ਵੈਜੀਟੇਰਨ ਆ ਮਿਲ ਜਾਂਦਾ ਉਹ ਚੀਜ਼ਾਂ ਦਿਖਾਉਂਦਾ ਤੇ ਬਾਬਾ ਆਪਾਂ ਕਹਿਣਾ ਕਿ ਬਾਬਾ ਜੀ ਨੇ ਹਨਾ ਦਿਖਾਇਆ ਕਿ ਕਿੱਦਾਂ ਲਾਈਫ ਸਟਾਈਲ ਤੁਸੀਂ ਜੀ ਸਕਦੇ ਹੋ ਇਸ ਮਰਿਆਦਾ ਚ ਰਹਿ ਕੇ ਵੀ ਤੁਸੀਂ ਨਾਲ ਜੀ ਸਕਦੇ ਹੋ ਪਰ ਬਾਬਾ ਜੀ ਕਹ ਰਹੇ ਨੇ ਕਿ ਜਿਹੜੇ ਪੀਨ ਦੇ ਸ਼ਕੀਨ ਨੇ ਥੋੜੇ ਬਹੁਤ ਜਿਹੜੇ ਨਾ ਇੱਥੇ ਆ ਕੇ ਬੜੇ ਖੁਸ਼ ਹੁੰਦੇ ਨੇ ਬਾਬਾ ਜੀ ਤੁਹਾਨੂੰ ਕਿੱਦਾਂ ਪਤਾ ਕਿ ਪੀਨ ਦੇ ਸ਼ਕੀਨ ਉੱਥੇ ਆ ਕੇ ਖੁਸ਼ ਹੁੰਦੇ ਨੇ ਇਹ ਦੱਸ ਇਹ ਦੱਸੋ ਕਿ ਤੁਸੀਂ ਇਹ ਗੱਲਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਚਲੋ ਤੁਹਾਡਾ ਜਿਹੜਾ ਬਾਕੀਆਂ ਨਾਲ ਰੋਲਾ ਚੱਲਦਾ ਤੁਹਾਡੇ ਆਪਣੇ ਦਿਮਾਗੀ ਆਪਣਾ ਜੋ ਤੁਹਾਡੇ ਵਿਚਾਰ ਨੇ ਜੋ ਤੁਹਾਡੇ ਹਨਾ ਸੋਚ ਹੈ ਉਹ ਵੱਖਰਾ ਹੈ ਉਹਦੇ ਬਾਰੇ ਆਪਾਂ ਕੁਝ ਨਹੀਂ ਬੋਲਦੇ ਪਰ ਸਾਨੂੰ ਮੈਟਰ ਇਹ ਹੈ ਕਿ ਤੁਸੀਂ ਜੋ YouTube ਤੇ ਵਲੌਗ ਬਣਾਇਆ ਗਲਤੀ ਹਰ ਇਨਸਾਨ ਕੋ ਹੁੰਦੀ ਹੈ ਮਾੜੀ ਜੀ ਗਲਤੀ ਮੰਨ ਲੈਂਦੇ ਜਾਂ ਕਲਿੱਪ ਵਿੱਚੋਂ ਕ੍ਰੋਪ ਕਰ ਦਿੰਦੇ ਤੇ ਆਪਾਂ ਕਹਿਣਾ ਸੀ ਯਾਰ ਬਾਬਾ ਜੀ ਨੇ ਕਲਿੱਪ ਕ੍ਰੋਪ ਕਰਤੀ ਗਲਤੀ ਨਹੀਂ ਮੰਨ ਗੀ ਹਨਾ ਉਹ ਕਲਿੱਪ 'ਚ ਕੀ ਸੀ ਆ ਡਿਊਟੀ ਫ੍ਰੀ ਮੈਂ ਨਹੀਂ ਨਹੀਂ ਜੇ ਮੈਂ ਕਿ ਫਿਰ ਇਹ ਗੱਲ ਸੁਣਾਉਂਗਾ ਮਰੀਗਾ ਮੈਂ ਤੁਹੀ ਆਪਣੀ ਵਿਚਾਰ ਦਿਓ ਬਾਬਾ ਜੀ ਕਰੇ ਡਿਊਟੀ ਫਰੀ ਇੱਥੇ ਹੈਗਾ ਇੱਥੋਂ ਵੀ ਜਿਹੜੇ ਬੋਤਲ ਬਤਲ ਲੈ ਕੇ ਜਾਂਦੇ ਨੇ ਇੱਥੋਂ ਲੈ ਜਾਂਦੇ ਨੇ ਤੇ ਪਿੱਛੇ ਜੇ ਬਾਬਾ ਜੀ ਨੇ ਕਥਾ ਜੇ ਵੋਡ ਕਾਲੀ ਗੱਲ ਵੀ ਸੁਣਾਈ ਸੀ ਕਹਿੰਦੇ ਸੁਣੀ ਗੱਲ ਓੜੀ ਵੋਡ ਕਾਲੀ ਕਹਿੰਦੇ ਅਸੀਂ ਨਾ ਗਏ ਇੱਥੇ 에ਰਪੋਰਟ ਤੇ ਉਦਾਂ ਹੁਣ ਬਾਬਾ ਜੀ ਨੂੰ ਪਤਾ ਡਿਊਟੀ ਫਰੀ ਤੋਂ ਕੀ ਮਿਲਦਾ ਹੁਣ ਬਾਬਾ ਜੀ ਨੂੰ ਪਤਾ ਡਿਊਟੀ ਫਰੀ ਤੋਂ दारू ਕਿਹੋ ਜੀ ਹੁੰਦੀ ਤੇ ਕਿਹੜੀ ਕਿਹੜੀ दारू ਮਿਲਦੀ ਆ ਅੱਜ ਤੋਂ 2-3 ਮਹੀਨੇ ਪਹਿਲਾਂ ਦੀ ਕਥਾ ਉੱਚ ਕਹਿੰਦੇ ਅਸੀਂ ਗਏ ਕਦੇ ਨਾ ਆਸਟ੍ਰੇਲੀਆ ਪਤ ਨਹੀਂ ਹੁਣ ਸ਼ਹਿਰ ਦਾ ਨਾਮ ਭੁੱਲ ਗਿਆ ਉੱਥੇ ਸਾਨੂੰ ਕਿੰਨੇ ਕਹਤਾ ਕਿ ਇੱਥੇ ਨਾਰੀਅਲ ਜਿਹੜੇ ਨੇ ਨਾ ਨਾਰੀਅਲ ਨਾਰੀਅਲ ਦਾ ਤੇਲ ਬੜਾ ਵਧੀਆ ਮਿਲਦਾ ਹੈ ਤੇ ਆਪਾਂ ਸੋਚਿਆ ਨਾਰੀਅਲ ਦਾ ਤੇਲ ਲੈ ਜਾਂਦੇ 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 ਤੇ ਡਿਊਟੀ ਫਰੀ ਤੇ ਕਹਿੰਦਾ ਪੇ ਅਰਪੋਰਟ ਤੇ ਸੀ ਤਾਂ ਉੱਥੇ ਨਾਰੀਅਲ ਵਾਲੀ ਵੋਡਕਾ ਪਈ ਸੀ ਏਡੀ ਵੱਡੀ ਚਿੱਟੀ ਬੋਤਲ ਤੁਹਾਨੂੰ ਵੋਡਕਾ ਕਲੀਨ ਕਲੀਅਰ ਹੁੰਦੀ ਹੈ ਏਡੀ ਵੱਡੀ ਕਹਿੰਦੇ ਚਿੱਟੀ ਬੋਤਲ ਵੋਡਕਾ ਦੀ ਤੇ ਕਹਿੰਦਾ ਮੈਂ ਆਪਣੇ ਭਾਈ ਕਿਹਾ ਕੀ ਰੱਖੋ ਇਹਨੂੰ ਅੰਦਰ ਰੇੜੀ ਦੇ ਕਹਿੰਦਾ ਲੈ ਕੇ ਰੱਖੀ ਰੇੜੀ ਦੇ ਅੰਦਰ ਤੇ ਕਹਿੰਦਾ ਜਿਹੜਾ ਸਾਨੂੰ ਬੰਦਾ ਘਮਾ ਰਿਹਾ ਸੀ ਸ਼ਹਿਰ ਜੀ ਨੇ ਸਾਨੂੰ ਦੱਸਿਆ ਨਾਰੀਅਲ ਦੀ ਇੱਥੇ ਬਹੁਤ ਵਧੀਆ ਮਿਲਦਾ ਤੇਲ ਹਨਾ ਉਹ ਕਹਿੰਦਾ 에어ਪੋਰਟ ਤੇ ਚੈੱਕ ਇਨ ਚੁਕਿੰਗ ਕਰਾ ਕੇ ਵਾਪਸ ਆਇਆ ਤੇ ਕਹਿੰਦਾ ਬਾਬਾ ਜੀ ਆਹ ਕੀ ਤੇ ਕਹਿੰਦੇ ਇਹ ਤਾਂ ਆਪਾਂ ਉਹ ਲਿਆ ਨਾਰੀਅਲ ਦਾ ਤੇਲ ਤੇ ਕਹਿੰਦਾ ਉਹਨੇ ਸਾਨੂੰ ਸਮਝਾਇਆ ਬਾਬਾ ਜੀ ਇਹ ਤਾਂ ਵੋਡਕਾ ਹੈ ਕਹਿੰਦਾ ਉਹ ਤੋਂ ਪਤਾ ਲੱਗਾ ਅੱਛਾ ਇਹ ਵੋਡਕਾ ਹੈ ਤੇ ਕਹਿੰਦਾ ਨਹੀਂ ਤਾਂ ਲੋਕਾਂ ਨੇ ਸਮਝਣਾ ਇਹ ਸਾਡੇ ਬਾਬੇ ਵੋਡਕਾ ਪੀਂਦੇ ਨੇ ਬਾਬਾ ਜੀ ਨੂੰ ਅੱਜ ਤੋਂ 2-3 ਮਹੀਨੇ ਪਹਿਲਾਂ ਤਾਂ ਇਹ ਨਹੀਂ ਪਤਾ ਸੀ ਕਿ ਵੋਲਡ ਦਾ दारू ਤੇ ਨਾਰੀਅਲ ਦਾ ਤੇਲ 'ਚ ਫਰਕ ਕੀ ਹੁੰਦਾ ਹੈ ਅੱਜ ਬਾਬਾ ਜੀ ਕਰ ਰਹੇ ਨੇ ਡਿਊਟੀ ਫਰੀ ਤਾਂ ਉਹੀ ਮਿਲਦੀ ਹੈ ਇੱਥੋਂ ਲੈ ਸਕਦੇ ਹੋ ਤੁਸੀਂ ਜੇ ਲੈ ਕੇ ਜਾਣਾ ਚਾਹੁੰਦੇ ਹੋ ਤੇ ਐਦਾਂ ਦੀਆਂ ਭੋਲੀਆਂ ਗੱਲਾਂ ਉਹ ਭੋਲਿਓ ਇਹਦਾ ਨਾਂ ਕਰਿਆ ਕਰੋ ਠੀਕ ਆ ਸਭ ਕੁਝ ਪਤਾ ਹੈ ਸਭ ਕੁਝ ਪਤਾ ਹੈ ਪਰ ਫਿਰ ਵੀ ਜਾਣ ਬੁਝ ਕੇ ਆਪਣੇ ਆਪ 'ਚ ਸਵਾਈਆਂ ਹੁਣ ਤੁਸੀਂ ਭਾਈ ਵੀਡੀਓ 'ਚ ਗੱਲ ਕੀਤੀ ਸੀ ਕਿ ਬਾਬਾ ਜੀ ਤੁਸੀਂ ਦਿਖਾਈ ਕਿਉਂ ਆਪਣੀ ਵੀਡੀਓ 'ਚ ਤੇ ਬਾਬਾ ਜੀ ਦਾ ਜਵਾਬ ਇਹ ਹੁੰਦਾ ਹੈ ਕਿ ਅੱਪ ਜਰ ਤੁਰੇ ਜਾਂਦੇ ਆ ਤੇ 에어ਪੋਰਟ ਤੇ ਉਹ ਚੀਜ਼ ਆਉਂਦੀ ਹੈ ਉਹਨੂੰ ਤਾਂ ਭਈ ਦੁਨੀਆ 'ਚ ਹਜ਼ਾਰਾਂ ਚੀਜ਼ਾਂ ਹੁੰਦੀਆਂ ਨੇ ਨੜ ਤੇ 10000 ਚੀਜ਼ਾਂ ਹੁੰਦੀਆਂ ਸਭ ਕੁਝ ਥੋੜੀ ਆਪਾਂ ਨੜ ਤੇ ਸ਼ੇਅਰ ਕਰ ਦਿੱਤਾ ਤੇ ਆਹ ਗੱਲ ਸੀ ਹੁਣ ਤੁਸੀਂ ਆਪਣੇ ਦੱਸੋ ਤੁਸੀਂ ਕਿਹੜੇ ਵਿਚਾਰ ਦੇਣੇ ਸੀ ਵੱਡੇ ਵੱਡੇ ਜਥੇਦਾਰ ਵੀ ਉੱਥੋਂ ਹੀ ਲੰਘ ਕੇ ਜਾਂਦੇ ਨੇ ਵੱਡੇ ਵੱਡੇ ਪ੍ਰਚਾਰਕ ਵੀ ਉਸੇ ਡਿਊਟੀ ਫਰੀ ਦੇ ਅੱਗੋਂ ਲੰਘ ਕੇ ਜਾਂਦੇ ਨੇ ਓ ਪੋਲਿਓ ਬਾਬਾ ਜੀ ਉਹ ਵੱਡੇ ਵੱਡੇ ਜਥੇਦਾਰ ਤੁਹਾਡੇ ਵਾਂਗੂ ਡਿਊਟੀ ਫਰੀ ਦੇ ਅੱਗੇ ਖੜੇ ਹੋ ਕੇ ਇਹ ਨਹੀਂ ਕਹਿਣ ਲੱਗ ਪਾਉਂਦੇ ਇੱਥੇ ਦਾਰੂ ਵੀ ਮਿਲਦੀ ਏ ਚੁੱਪ ਕਰਕੇ ਅੱਗੇ ਲੰਘ ਜਾਂਦੇ ਨੇ ਮਿਲਦੀ ਤੇ ਮਿਲਦੀ ਠੀਕ ਗੱਲ ਖਤਮ ਹੈ ਤੁਹਾਡੇ ਵਹ ਖੜੇ ਹੋ ਕੇ ਮਸ਼ਹੂਰੀ ਤੇ ਨਹੀਂ ਨਾ ਉੱਥੇ ਕਰਦੇ ਵੀ ਕੀ ਯਾਰ ਕੋਈ ਲੌਜਿਕ ਦਿੱਤਾ ਬਾਬੇ ਨੇ ਕਹਿੰਦਾ ਤੂੰ ਵੱਡੇ ਵੱਡੇ ਪ੍ਰਚਾਰਕ ਵੀ ਲੰਘਦੇ ੜੇ ਉੱਥੇ ਹੀ ਜਥੇਦਾਰ ਲੰਘਦੇ ਨੇ ਤੇ ਲੰਘਦੇ ਤਾਂ ਠੀਕ ਹੈ ਨਾ ਲੰਘਣਾ ਹੀ ਹੈ ਸਾਰਿਆਂ ਨੇ ਕੀ ਪ੍ਰੋਬਲਮ ਕੀ ਅੱਛਾ ਬਾਬਾ ਆਪਣੇ ਪੈਰਾ ਤੇ ਪਾਣੀ ਨਹੀਂ ਪੈਣ ਦਿੰਦਾ ਬਾਬੇ ਨੇ ਕਦੀ ਨਹੀਂ ਕਿਹਾ ਵੀ ਮੇਰੇ ਕੋਲ ਗਲਤੀ ਹੋ ਗਈ ਬਾਬਾ ਹਰ ਵਾਰੀ ਆਏਗਾ ਵੀ ਜਦੋਂ ਕਿਸੇ ਕੋਲ ਤਰਕ ਨਹੀਂ ਹੁੰਦਾ ਫਿਰ ਮਾਰਨ ਤੇ ਆਣਗੇ ਅਸੀਂ ਤਾਂ ਕਿਸੇ ਨੂੰ ਮਾਰਨ ਤੇ ਨਹੀਂ ਗਏ ਅਸੀਂ ਤਰਕ ਵਿਚਾਰ ਨਾਲ ਗੱਲ ਕਰ ਰਹੇ ਆਂ ਵੀ ਬਾਬਾ ਜੀ ਤਰਕੀ ਦੀ ਤਿੰਨੇ ਨੂੰ ਬਾਬੇ ਦੀ ਵੀਡੀਓ ਦਿਖਾਈ ਜਾਣੇ ਅਸੀਂ ਨਹੀਂ ਕੋਈ ਬਾਬੇ ਦੀ ਮੁੰਡੀ ਕੱਟ ਕੇ ਇਹ ਤਾਂ ਕਹਿੰਦਾ ਨਾ ਬਗੇਲ ਸਿੰਘ ਹੋ ਰਹੇ ਨੇ ਹਨਾ ਚਾਚੇ ਬਗੇਲਾ ਜਿਹੜਾ ਕੁੱਤੇ ਖਾਣੀ ਵਾਲਾ ਪੀ ਉਹ ਫੋਟੋ ਐਡਿਟ ਕਰ ਦਿੰਦਾ ਐ ਇਦਾਂ ਕਰਦਾ ਐ ਅਸੀਂ ਨਹੀਂ ਫੋਟੋ ਐਡਿਟ ਕਰਦੇ ਅਸੀਂ ਥੋਡੀਆਂ ਹੀ ਕਲਿੱਪਾਂ ਚੱਕ ਕੇ ਵਰਤੀ ਦਿਆਂ ਨੇ ਤੁਸੀਂ ਕਹਿ ਰਹੇ ਹੋ ਇਹ ਤੁਮਿਲਦੀ दारू ਮੈਂ ਕਹਿੰਦਾ ਇੱਕ ਹੋਰ ਵੀ ਕਲਿੱਪ ਸੀ ਤੁਸੀਂ ਲਾਸਟ ਤੇ ਲਾਇਆ ਜਿੱਥੇ ਕਹਿੰਦਾ ਕਿ ਜੇ ਤੁਹਾਨੂੰ ਗੁਰੂ ਦਾ ਸਿੱਖ ਕੋਈ ਦਿਖ ਜੇ ਠੇਕੇ ਤੇ ਜਾਂਦਾ ਤੂੰ ਨੂੰ ਫੜੇਂ ਕਿ ਕੁੱਟੋ ਤੇ ਆਹ ਗੱਲ ਹੁਣ ਮੈਂ ਨਾ ਇੱਕ ਮੈਨੂੰ ਇੱਕ ਹੋਰ ਬੰਦੇ ਨੇ ਮੈਸੇਜ ਆਇਆ ਜਿਹਨੂੰ ਮੈਂ ਉਹ ਵੀ ਰੋਸਟ ਕੀਤਾ ਹਨਾ ਕਹਿੰਦਾ ਭਾਜੀ ਤੁਸੀਂ ਸਿਰਫ ਇਨਾ ਬਾਰੇ ਬੋਲਦੇ ਹੋ ਬਾਕੀ ਬਾਰੇ ਤਾਂ ਬੋਲਦੇ ਨਹੀਂ ਹਨਾ ਜਥੇਦਾਰ ਜਿਹੜਾ ਉੱਥੇ ਗਿਆ ਵਿਆਹ ਤੇ ਗਿਆ ਅਗਵ ਚੱਡੇ ਤੇ ਉਹਦੇ ਬਾਰੇ ਵੀ ਬੋਲੋ ਤੇ ਆਪਾਂ ਭਾਜੀ ਉਹ ਵੀ ਗੱਲ ਕਰਨੀ ਸੀ ਕਿ ਜਥੇਦਾਰ ਸਾਹਿਬ ਜਿਹੜੇ ਅੱਜ ਤੋਂ ਮਹੀਨਾ ਕੋਲ ਇੰਟਰਵਿਊ ਚ ਕਹਿ ਰਹੇ ਸੀ ਕਿ ਸਰਕਾਰ ਨੇ ਬੜਾ ਮਾੜਾ ਕੀਤਾ ਹੈ ਜਿਹੜੇ ਆਪਣੇ ਸਿੰਘਾਂ ਨੂੰ ਚੱਕ ਚੱਕ ਕੇ ਉਹਨਾਂ ਤੇ ਐਨਐਸਏ ਲਾ ਲਾ ਕੇ ਉਹਨਾਂ ਨੂੰ ਡਿਬੂਗਰ ਜੇਲ੍ਹ ਤੋਂ ਸੱਟਿਆ ਗਿਆ ਤੇ ਆਪਾਂ ਖੜਾਂਗੇ ਸਿੰਘਾਂ ਨਾਲ ਜਥੇਦਾਰ ਸਾਹਿਬ ਜੀ ਤੁਸੀਂ ਵੀ ਕੋਈ ਚੰਗੀ ਗੱਲ ਨਹੀਂ ਕੀਤਾ ਕਿ ਚੱਕ ਕੇ ਉਹਨਾਂ ਰਾਗਵ ਚੜ੍ਹੇ ਦੇ ਵਿਆਹ ਤੇ ਜਾ ਕੇ ਤੇ ਫੋਟੋਆਂ ਖਿੱਚਦੇ ਫਿਰਦੇ ਹੋ ਕੋਈ ਚੰਗੀ ਗੱਲ ਨਹੀਂ ਹੈ ਕਿ ਆਪਾਂ ਜਿਸ ਧਰਮ ਜੇ ਤੁਹਾਨੂੰ ਤੁਹਾਨੂੰ ਕੋਈ ਕੌਮ ਨੇ ਅੱਗੇ ਲਾਇਆ ਸੀ ਸੋਚਿਆ ਸੀ ਕਿ ਚਲੋ ਸਾਡਾ ਜਥੇਦਾਰ ਹੁਣ ਸਾਡੀ ਗੱਲ ਕਰੇਗਾ ਕਿ ਭਗਵੰਤ ਮਾਨ ਦੇ ਖਿਲਾਫ ਹੋ ਗਿਆ ਜਥੇਦਾਰ ਕਿ ਭਗਵੰਤ ਮਾਨ ਨੇ ਕੰਮ ਗਲਤ ਕੀਤਾ ਜਥੇਦਾਰ ਆਪਣੇ ਸਟੈਂਡ ਤੇ ਖੜਿਆ ਪਹਿਲੀ ਵਾਰ ਲੱਗਾ ਜਥੇਦਾਰ ਆਪਣੇ ਸਟੈਂਡ ਤੇ ਖੜਿਆ ਪਰ ਮਹੀਨਾ ਕੀ ਖੜੇ ਜਥੇਦਾਰ ਸਾਹਿਬ ਜਥੇਦਾਰ ਸਾਹਿਬ ਹੀ ਉਹ ਦਿਨ ਵਿਆਹ ਤੇ ਚਲੇ ਗਏ ਆਹੋ ਆ ਜਥੇਦਾਰ ਵਿਆਹ ਤੇ ਮੈਂ ਮੈਂ ਨਾ ਸੋਚ ਜਥੇਦਾਰ ਵਿਆਹ ਤੇ ਗਿਆ ਕਿਉਂ ਹੈ ਜਥੇਦਾਰ ਨੂੰ ਦਰਸ਼ਕਾਂ ਅਸ ਹੀ ਰਾਗ ਵਿੱਚ ਛੱਡਾ ਪਤਾ ਨਹੀਂ ਭਾਈ ਉਹ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਨੇ ਸੱਦੇ ਆਉਣਾ ਜਾਂ ਖੇਡ ਨੇ ਜਾਂ ਸਰਕਾਰੀ ਦਰਬਾਰੇ ਜਾਣਾ ਪੈਂਦਾ ਫਿਰ ਇਹ ਗੱਲਾਂ ਫਿਰ ਆਪਾਂ ਤਾਂ ਵੈਸੇ ਭਾਈ ਇੱਕ ਸਿੱਖਾਂ ਦੀ ਸਭ ਤੋਂ ਉੱਚੀ ਜਗ੍ਹਾ ਦੇ ਆਪਾਂ ਮੇਨ ਆਪ ਹੈਗੇ ਹਣਾ ਮੇਨ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਸਭ ਤੋਂ ਉੱਚੀ ਐ ਸਿੱਖਾਂ ਲਈ ਸਾਰੇ ਸਿੱਖਾਂ ਲਈ ਉਹ ਚੀਜ਼ ਸਭ ਤੋਂ ਉੱਤੇ ਹੁੰਦੀ ਹੈ ਕੋਈ ਸਰਕਾਰਾਂ ਦਰਬਾਰੇ ਸਰਕਾਰੇ ਕਿਸੇ ਤੋਂ ਵੀ ਉੱਤੇ ਹੈਣਾ ਔਰ ਜਥੇਦਾਰ ਤੇ ਜਨਤਾ ਨੂੰ ਉਮੀਦ ਹੋਈ ਸੀ ਕਿ ਸਾਡਾ ਜਥੇਦਾਰ ਪਹਿਲੀ ਵਾਰ ਸਿੱਖਾਂ ਦੇ ਅੱਖ ਚ ਬੋਲਿਆ ਪਰ ਜਥੇਦਾਰ ਜੀ ਫਿਰ ਉਹਨਾਂ ਦੇ ਵਿਆਹਾਂ ਤੇ ਜਾਂਦੇ ਫਿਰਦੇ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਸਿੰਘਾਂ ਨੇ ਇਦਾਂ ਕੀਤਾ ਬਿਨਾਂ ਕਸੂਰ ਦੇ ਸਿੰਘ ਅੰਦਰ ਪਾਏ ਨੇ ਚਲੋ ਕਸੂਰ ਵਾਲੇ ਤਾਂ ਮੰਨਦੇ ਆ ਪਰ ਬਿਨਾਂ ਕਸੂਰ ਵਾਲੇ ਚੱਕ ਚੱਕੇ ਅੰਦਰ ਪਾਏ ਨੇ ਭਾਜੀ ਆਹ ਪ੍ਰਧਾਨ ਮੰਤਰੀ ਬਾਜੇ ਕੇ ਵਿਚਾਰ ਉਹਦੇ ਤੋਂ ਕੀ ਖਤਰਾ ਆ ਸਕਦਾ ਫਰਜੀ ਭਾਜੀ ਉਹਨੂੰ ਅੱਛਾ ਮੈਂ ਗੱਲ ਇਹ ਕਰ ਲੱਗਾ ਫਰਜੀ ਭਾਜੀ ਕਿ ਜਥੇਦਾਰ ਚਲੋ ਜੇਤੇ ਰਿਸ਼ਤੇਦਾਰ ਹੈ ਕੋਈ ਹਨਾ ਰਾਗੇ ਬਚੱਡੇ ਦਾ ਕੋਈ ਰਿਸ਼ਤੇਦਾਰ ਹੈ ਉਰੇ ਉਪਰ ਫਿਰ ਤੇ ਮੈਂ ਕਹਿੰਨਾ ਜਥੇਦਾਰ ਤੇ ਜਾਣਾ ਪੈਂਦਾ ਕਿਉਂਕਿ ਰਿਸ਼ਤੇਦਾਰੀ ਚ ਫਰਜ ਪਈ ਜਾਣਾ ਪੈਂਦਾ ਪਰ ਅਗਰ ਜਥੇਦਾਰ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ ਰਾਗੇ ਬਚੱਡਾ ਨਾਲ ਸਿਰਫ ਉਹ ਇਸੇ ਕਰਕੇ ਗਿਆ ਕਿ ਇਹਨਾਂ ਦੀ ਸਰਕਾਰ ਹੈ ਤੇ ਫਿਰ ਤੇ ਜਥੇਦਾਰ ਦੀ ਬਹੁਤ ਵੱਡੀ ਗਲਤੀ ਹੈ ਬਹੁਤ ਹੀ ਜ਼ਿਆਦਾ ਵੱਡੀ ਗਲਤੀ ਬਿਲਕੁਲ ਭਜੀ ਨਹੀਂ ਜਾਣਾ ਚਾਹੀਦਾ ਫਿਰ ਤੇ ਇਹਨਾਂ ਨੂੰ ਹਰ ਇੱਕ ਸਿੱਖ ਦੇ ਜੇ ਇਹ ਇਹ ਇਹਦੇ ਵਿਆਹ ਤੇ ਗਿਆ ਵੇ ਰਗਵ ਚੱਡੇ ਦੀ ਮੰਗਣੀ ਤੇ ਗਿਆ ਵੇ ਤੇ ਫਿਰ ਤੇ ਬਾਬਾ ਜੀ ਨੂੰ ਜਿਹੜਾ ਕੋਈ ਆਮ ਸਿੱਖ ਦੀ ਮੰਗਣੀ ਹੁੰਦੀ ਜਾਂ ਸ਼ਾਦੀ ਹੁੰਦੀ ਉਹਦੇ ਤੇ ਵੀ ਫਿਰ ਜਾਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਨਾਲੇ ਆਪਣਾ ਸ਼ਾਇਦ ਹੋ ਸਕਦਾ ਪਰਿੰਦੀ ਚੋਪੜਾ ਬਾਬਾ ਜੀ ਦੀ ਕੋਈ ਰਿਸ਼ਤੇਦਾਰੀ ਹੋਵੇ ਰਗਵ ਚੱਡੇ ਵਾਲਾ ਨਾ ਹੋਵੇ ਉਧਰ ਵੀ ਹੋ ਸਕਦਾ ਆਪਾਂ ਕਿਉਂ ਕਹਿਣਾ ਮੁੰਡੇ ਵਾਲੋ ਰਿਸ਼ਤੇਦਾਰੀ ਹੈ ਕੁੜੀਆ ਵਾਲੋ ਵੀ ਹੋ ਸਕਦੀ ਹੈ ਕਿਸ ਆ ਹੋ ਪਰ ਮੇਰੇ ਕਹਿੰਦਾ ਮਤਲਬ ਕਿ ਜੇ ਰਿਸ਼ਤੇਦਾਰੀ ਆ ਫਿਰ ਫਿਰ ਨਹੀਂ ਕਿਸੇ ਨੂੰ ਬੋਲਣ ਦਾ ਹੱਕ ਵੀ ਤੁਸੀਂ ਕਿਉਂ ਗਏ ਹੋ ਕਿਉਂਕਿ ਉਹਦੀ ਰਿਸ਼ਤੇਦਾਰੀ ਹੈ ਹੈਨਾ ਪਰ ਜੇ ਰਿਸ਼ਤੇਦਾਰੀ ਨਹੀਂ ਹੈ ਉਹਨਾਂ ਦੀ ਕਿਸੇ ਨਾਲ ਨਹੀਂ ਸਿਰਫ ਉਸ ਇਸ ਕਰਕੇ ਗਏ ਨੇ ਕਿ ਇਹ ਇਸਟੇਮ ਸਰਕਾਰ ਚ ਨੇ ਤਾਂ ਉਹ ਗਏ ਨੇ ਫਿਰ ਤੇ ਬਹੁਤ ਮਾੜੀ ਗੱਲ ਜਥੇਦਾਰ ਵਾਸਤੇ ਬਿਲਕੁਲ ਫਿਰ ਤੇ ਸਮਝ ਹੀ ਜਾਓ ਫਿਰ ਚਮਚਾਗਰੀ ਕਰ ਰਹੇ ਨੇ ਜਥੇਦਾਰ ਸਾਹਿਬ ਹੋਰ ਕੀ ਬਈ ਇਹਨੂੰ ਹੀ ਚੀਜ਼ ਕਹਿ ਸਕਦੇ ਆ ਹਾਂ ਅੱਛਾ ਫਰੈਸ਼ ਭਾਜੀ ਸੱਚ ਮੈਨੂੰ ਨਾ ਗੱਲ ਖਬਰ ਜਿਆਦਾ ਗਈ ਫਰੈਸ਼ ਭਾਜੀ ਮੈਂ ਤੈਨੂੰ ਦੱਸ ਹੀ ਦਵਾਂ ਫਿਰ ਨਾ ਅਗਲਾ ਟੌਪਿਕ ਸ਼ੁਰੂ ਕਰਨਾ ਹੈ ਤੇ ਮੈਂ ਤੈਨੂੰ ਦੱਸਦਾ ਡਾਕਟਰ ਨੇ ਮਨਾਕਿਆ ਡਿਲੀਵਰੀ ਕੋ ਹਾ ਬੜਾ ਮਾੜਾ ਰਜੀ ਭਾਜੀ ਪਾਇਲ ਦੀ ਡਿਲੀਵਰੀ ਹੈ ਨਾ ਤੇ ਡਾਕਟਰ ਨੇ ਮਨਾ ਕਰਤਾ ਓਏ ਯਾਰ ਮੈਂ 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 ਕੀ ਯਾਰ ਸੀਰੀਅਸ ਕੋਈ ਨਿਊਜ਼ ਆ ਗਈ ਕਦੇ ਇੰਡੀਆ ਚ ਮੈਂ ਉਸ ਵੇਲੇ ਚੁੱਪ ਕੇ ਬਹਿ ਗਿਆ ਓਏ ਇਹਨਾਂ ਦੇ ਤਾਂ ਰੋਜ਼ ਕੋਈ ਨਾ ਕੋਈ ਰਫੜ ਪੈਂਦੇ ਨੇ ਇਹਨਾਂ ਦੇ ਥੰਬਨੇਲ ਰੋਜ਼ ਹੀ ਕੋਈ ਰਫੜ ਵਾਲੇ ਉਹਨੂੰ ਵਿਊ ਲੈਣ ਦਾ ਪਤਾ ਭਾਜੀ ਇੱਕ ਦਿਨ ਚ ਇੱਕ ਇੱਕ ਮਿਲੀਅਨ ਵਿਊ ਕਿੱਦਾਂ ਲੈਣੇ ਨੇ ਉਹਨੂੰ ਪਤਾ ਹੈ ਉਹਨੂੰ ਪਤਾ ਹੈ ਹੁਣ ਚੀਕੂ ਦੀ ਪ੍ਰਾਪਰਟੀਆਂ ਦੇ ਚਾਰ ਹਿੱਸੇ ਹੋ ਗਏ ਨੇ ਤੇ ਸਾਰਿਆਂ ਨੂੰ ਕੀ ਕੁਝ ਦੇਣਾ ਹੈ ਬਾਅਦ ਅੱਗੇ ਜਾ ਕੇ ਉਸ ਦਾ ਆਪਣਾ ਵੀਡੀਓ ਬਣਾਉਂਦਾ ਓ ਉਹ ਚੀਕੂ ਦੀ ਮੈਜਰ ਕੀ ਕਵਾਂ ਬੱਚਾ ਵਿਚਾਰਾ ਚੀਕੂ ਦਾ ਗਾਣਾ ਹੈ ਨਾ ਮम्मा ਮੈਂ ਸਕੂਲ ਨਹੀਂ ਜਾਣਾ ਜੋ ਮਰਜੀ ਹੋ ਗਈ ਹਾਂ ਨੱਚਦਾ ਜਿਹੜੇ ਸਕੂਲ ਨਹੀਂ ਜਾਣਾ ਮੈਂ ਆ ਉੱਪਰ ਉਹਨਾਂ ਨੇ ਜਿੱਦਾਂ ਦਾ ਗਾਣਾ ਹੈ ਨਾ ਫ੍ਰੈਸ਼ੀ ਭਾਜੀ ਉਹਨਾਂ ਨੇ ਹਰ ਇੱਕ ਦੂਜੀ ਵੀਡੀਓ ਯਾਰ ਹਰ ਦੂਜੀ ਵੀਡੀਓ ਉਸ ਗਾਣੇ ਤੇ ਵੇ ਹਰ ਦੂਜੀ ਵੀਡੀਓ ਸਕੂਲ ਨਹੀਂ ਜਾਣਾ ਮੰਮੀ ਮੈਂ ਸਕੂਲ ਨਹੀਂ ਜਾਣਾ ਮੰਮੀ ਮੈਂ ਕਦੀ ਉਹ ਕ੍ਰਿਤਿਕਾ ਨੂੰ ਖੜੀ ਕਰ ਲੈਂਦਾ ਇੱਥੇ ਸਕੂਲ ਨਹੀਂ ਜਾਣਾ ਮੰਮੀ ਮੈਂ ਕਦੀ ਉਹ ਪਾਇਲ ਨੂੰ ਖੜੀ ਕਰ ਲੈਂਦਾ ਸਕੂਲ ਨਹੀਂ ਜਾਣਾ ਮੰਮੀ ਮੈਂ ਤੇ ਕਦੀ ਉਹ ਨਿਸ਼ਾ ਨਹੀਂ ਹੈ ਉਹਨੂੰ ਖਰੀਦ ਕਰ ਲੇਗਾ ਹਾਂ ਤੀਸਰੀ ਮੰਮੀ ਆ ਉਹਨੂੰ ਖਰੀਦ ਲੈ ਮੈਂ ਕਹਿੰਦਾ ਭਾਈ ਹਜੇ ਤਾਂ ਚੀਜ਼ਾਂ ਬਹੁਤ ਸੋਖੇ ਲੱਗ ਰਹੀਆਂ ਨੇ ਇਹਨਾਂ ਨੂੰ ਹਜੇ ਬੱਚੇ ਛੋਟੇ ਨੇ ਠੀਕ ਆ ਹਜ਼ਰ ਮਾਨ ਮਾਲਿਕ ਨੂੰ ਚੀਜ਼ਾਂ ਬਹੁਤ ਛੋਟੀਆਂ ਲੱਗ ਰਹੀਆਂ ਨੇ ਕਿ ਚਲੋ ਦੋ ਦੋ ਮੰਮੀ ਆ ਜਦੋਂ ਨਿਆਣੇ ਸਕੂਲੇ ਜਾਣਗੇ ਠੀਕ ਆ ਜਦੋਂ ਨਿਆਣੇ ਵੱਡੇ ਹੋਣਗੇ ਨਿਆਣਿਆਂ ਦਾ ਜਿਹੜਾ ਸਕੂਲ 'ਚ ਮਜ਼ਾਕ ਬੰਨਣਾ ਉਹ ਤਾਂ ਵੱਖਰਾ ਵੱਖਰਾ ਹੈ ਜਿਹੜਾ ਨਿਆਣਿਆਂ ਨੂੰ ਬਾਅਦ 'ਚ ਬਾਅਦ ਵੱਡੇ ਹੋ ਕੇ ਨਿਆਣੇ ਨੇ ਇਹਨਾਂ ਤੇ ਉੱਤੇ ਕੇਸ ਕਰਨੇ ਨੇ ਉਹ ਗੱਲ ਵੱਖਰੀ ਹੈ ਉਹ ਵੱਖਰੀ ਹੈ ਕਿ ਤੁਸੀਂ ਕਿਸੇ ਨਾ ਕਿਸੇ ਨੂੰ ਇਤਰਾਜ਼ ਤੇ ਹੋਊਗਾ ਸਾਰਿਆਂ ਦੀ ਸੋਚ ਰਮਨ ਮਲਿਕਾ ਲਈ ਨਹੀਂ ਹੋ ਸਕਦੀ ਹਾਂ ਹਾਂ ਅੱਛਾ ਉਹ ਜੜੀ ਨਾ ਜੜੀ ਨੀਸ਼ਾ ਇਹਨਾਂ ਦੀ ਤੀਜੀ ਤੀਜੀ ਮੰਮੀ ਆਹ ਵਾਹ ਹੁਣ ਲੋਕੀ ਸਾਰੇ ਕਹਿੰਦੇ ਪੈਨੇ ਨਾ ਤੀਜੀ ਵਾਈਫ ਉਹਦੀ ਤੀਜੀ ਵਾਈਫ ਤੀਜੀ ਵਾਈਫ ਬਿਲਕੁਲ ਜਦਨਾਰ ਰਮਨ ਮਲਿਕ ਨੂੰ ਗੁੱਸਾ ਜਿਆੜਾ ਗਿਆ ਨਾ ਲੋਕਾਂ ਤੋਂ ਵੀ ਮੈਨੂੰ ਤੀਜੀ ਵਾਈਫ ਕਹੀ ਜਾਂਦੇ ਬਿੜ ਤੀਜੀ ਵਾਈਫ ਹੈ ਨਾ ਉਹ ਦਿਨ ਆ ਕੇ ਨਾ ਇਹਨਾਂ ਨੇ ਕਹਿਣਾ ਆਪ ਲੋਕੋ ਕੀ ਕਿਤਨੀ ਗੰਦੀ ਸੋਚ ਹੈ ਜੇ ਮੇਰੀ ਇੱਕ ਦੋਸਤ ਹੈ ہم ایسے دوست رہتے ہیں اپ لوگوں کی کتنی گندی سوچ ہے میں نے آج تک اس کو ایسی نظر سے نہیں دیکھا کتنی صفائیاں دے رہی ہیں نڑے پر لوگوں کا دماغ پہلے ہی یہ اپ یار جے تے ਤੁਸੀਂ ادھا دے حرکتیں نہ کرو تو لوگوں دا نہیں جانا اس حوالے پاسے دھیان نہ ہن حرکتیں وی بلاؤ ہاں ہن ریلہ کدوں نہیں بلاگ کدوں بناندے ہیں فرش پا جی نشا نے کاٹا ارماں کے لیے ہاتھ ਦੇ ਲੋਕਾਂ ਨੂੰ ਕੀ ਲੱਗਦਾ ਕਿ ਉਹ ਹੱਥ ਕੱਟਦੀ ਵੀ ਹੈ ਕੋਈ ਭੈਣ ਅਜੇ ਤੱਕ ਆਪਣੇ ਭਰਾ ਵਾਸਤੇ ਹੱਥ ਕੱਟਦੀ ਹੈ ਜਾਂ ਕੋਈ ਕਜ਼ਨ ਕਿਸੇ ਵਾਸਤੇ ਹੱਥ ਕੱਟਦੀ ਨਾ ਕੱਟਦੀ ਇੱਕ ਗਰਲਫ੍ਰੈਂਡ ਬాయਫ੍ਰੈਂਡ ਇਦਾਂ ਦੇ ਰਕਤਾ ਕਰਦੇ ਨੇ ਨਾ ਤੇ ਲੋਕੀ ਤੂੰ ਕੀ ਸੋਚਣ ਤੇ ਬਾਅਦ ਚ ਸੱਚੇ ਗਾਣੇ ਵੀ ਗਾਣੇ ਵੀ ਉਹ ਜੀ ਰੀਲਾਂ ਰੀਲਾਂ ਤੇ ਗਾਣੇ ਵੀ ਉਹ ਜੀ ਲਾ ਲਾ ਕੇ ਪਰ ਰੀਲਾਂ ਬਣਾਉਣੀਆਂ ਨੇ ਤੇ ਫਿਰ ਆਪਾਂ ਜਨਤਾ ਨੂੰ ਵਾਜ ਕੀ ਸਵਾਇਆਂ ਦਵਾਂਗੇ ਕਿ ਮੇਰੀ ਭੈਣ ਲੱਗਦੀ ਸੀ ਮੈਂ ਤਾਂ ਹੈ ਨਾ ਇਦਾਂ ਰੀਲਾ ਬਣਾਉਂਦਾ ਸੀ ਤੇ ਪਾਜੀ ਹੁਣ ਆਪਾਂ ਆਜੀ ਦੀ ਸਟੋਰੀ ਵੱਧਈਏ ਆਪਾਂ ਫਿਊਚਰ ਦੀਆਂ ਗੱਲਾਂ ਕਰ ਲੀਆਂ ਇਤਿਹਾਸ ਦੀ ਥੋੜੀ ਹਾ ਕਰੋ ਕਰੋ ਫਿਰ ਜੀ ਪਾਜੀ ਇਤਿਹਾਸ ਦੀ ਗੱਲ ਕਰੋ ਜਰੂਰ ਤੇ ਅੱਜ ਆਪਾਂ ਸਟੋਰੀ ਤਿਆਰ ਕੀਤੀ ਐ ਜਿਦਾ ਆਪਾਂ ਲਾਸਟ ਸਟੋਰੀ ਕੀਤੀ ਸੀ ਮਹਾਰਾਜ ਰਣਜੀਤ ਸਿੰਘ ਦਾ ਸਿੱਖ ਰਾਜ ਕਿਵੇਂ ਖਤਮ ਹੋਇਆ ਹਨਾ ਪਾਜੀ ਸਿੱਖ ਰਾਜ ਦੇ ਆਪਾਂ ਖਾਤਮੇ ਤੱਕ ਦੀ ਸਟੋਰੀ ਦੱਸਤੀ ਕਿ ਕਿੱਦਾਂ ਸਿੱਖ ਰਾਜ ਖਤਮ ਹੋਇਆ ਕਿੱਦਾਂ ਕਿੰਨੇ ਨੇ ਗਦਾਰੀਆਂ ਕੀਤੀਆਂ ਤੇ ਐਂਡ ਤੇ ਮਹਾਰਾਣੀ ਜਿੰਦਾ ਨੂੰ ਦੇਸ਼ ਨਿਕਾਲਾ ਮਿਲ ਗਿਆ ਤੇ ਮਹਾਰਾਜਾ ਰਣਜੀਤ ਸੋਰੀ ਮਹਾਰਾਜਾ ਦਲੀਪ ਸਿੰਘ ਜਿਹੜਾ ਮਹਾਰਾਜ ਰਣਜੀਤ ਸਿੰਘ ਦਾ ਆਖਰੀ ਮੁੰਡਾ ਸੀਗਾ ਉਹਨੂੰ ਗੋਰਿਆਂ ਨੇ ਆਪਣੇ ਕਬਜ਼ੇ ਚ ਲੈ ਲਿਆ ਹੁਣ ਇਹ ਚੀਜ਼ ਲੋਕਾਂ ਨੂੰ ਬੜੀ ਆਮ ਲੱਗਦੀ ਹੈ ਬੜੀ ਛੋਟੀ ਚੀਜ਼ ਹੈ ਕਿ ਕਬੀਲੇ ਚ ਲੈ ਲਿਆ ਪਹਿਲਾਂ ਭਾਜੀ ਉਹ ਛੋਟੇ ਜਿਹੇ ਬੱਚੇ ਨੂੰ ਫਤੇਗੜ ਸਾਹਿਬ ਲੈ ਕੇ ਜਾਇਆ ਜਾਂਦਾ ਹੈ ਫਤੇਗੜ ਜਾ ਕੇ ਉਹਦੀ ਉੱਥੇ ਉਹਦਾ ਧਰਮ ਪਰਵਤਨ ਕੀਤਾ ਜਾਂਦਾ ਫਤੇਗੜ ਹਨਾ ਉਹਨੂੰ ਕਹਿੰਦੇ ਉਹਦੇ ਉੱਥੇ ਧਰਮ ਪਰਵਤਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਭਾਜੀ ਉਹਨੂੰ 1853 ਚ ਬ੍ਰਿਟਿਸ਼ ਜਿਹੜੀ ਆਰਮੀ ਹੁੰਦੀ ਹੈ ਬ੍ਰਿਟਿਸ਼ ਇੰਡੀਆ ਫੋਰਸ ਜਿਹੜੀ ਹੁੰਦੀ ਹੈ ਉਹਦੇ ਵੱਲੋਂ ਉਹਨੂੰ ਭੇਜ ਦਿੱਤਾ ਜਾਂਦਾ ਹੈ ਇੰਗਲੈਂਡ ਇੰਗਲੈਂਡ ਇੱਕ ਛੋਟੇ ਬੱਚੇ ਨੂੰ ਭੇਜ ਜਾਂਦਾ ਜਿਸ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਸੇਖਿਆ ਮੇਰੇ ਜ ਮਹਾਰਾਜਾ ਰਣਜੀਤ ਸਿੰਘ ਦਾ ਖੂਨ ਹੈ ਤੇ ਉਹ ਬੰਦੇ ਬੱਚੇ ਨੂੰ ਕਵੀਨ ਵਿਕਟੋਰੀਆ ਸੀ ਉਦੋਂ ਇੰਗਲੈਂਡ ਦੀ ਮਹਾਰਾਣੀ ਉਹਨੂੰ ਇੰਗਲੈਂਡ 'ਚ ਰੱਖਿਆ ਜਾਂਦਾ ਤੇ ਭਾਜੀ ਛੋਟੇ ਹੁੰਦਿਆਂ ਤੋਂ ਇਹਨਾਂ ਉਹ ਬੰਦਾ ਮਗੀ ਤੁਨ ਦਾ ਖੂਨ ਜਦੋਂ ਜਿਹੜੇ ਬੰਦ ਦਾ ਖੂਨ ਹੋਵੇ ਆਪਣੀ ਉਹੋ ਜਿਹੀ ਚੀਜ਼ਾਂ ਆਪਣੇ 'ਚ ਨਿਕਲਦੀਆਂ ਨੇ ਹਨਾ ਉਹਨੂੰ ਘੋੜ ਸਵਾਰੀ ਨਿਸ਼ਾਨੇਬਾਜ਼ੀ ਉਹਦਾ ਬਹੁਤ ਸ਼ੌਂਕ ਸੀ ਭਾਜੀ ਤੇ ਦੇਸ਼ ਦੇ ਟੌਪ ਸ਼ੂਟਰਾਂ 'ਚ ਹੁੰਦਾ ਸੀ ਬੰਦਾ ਮਤਲਬ ਜੇ ਤੁਨ ਗੰਨਾਂ ਦੀ ਸ਼ੂਟਿੰਗ 'ਚ ਰੇਂਜ 'ਚ ਟੌਪ ਸ਼ੂਟਰਾਂ 'ਚ ਦੇਸ਼ ਦੇ ਉਸ ਟਾਈਮ ਬ੍ਰਿਟਿਸ਼ ਬ੍ਰਿਟਿਸ਼ ਜਿਹੜੀ ਇੰਗਲੈਂਡ ਹੁੰਦਾ ਪਰ ਪਾਜੀ ਉਹਨੂੰ ਪੈਨਸ਼ਨ ਵੀ ਲਾਈ ਸੀ ਛੋਟੇ ਬੱਚੇ ਨੂੰ ਸਿੱਖ ਰਾਜ ਦਾ ਆਖਰੀ ਮਹਾਰਾਜਾ ਨੂੰ ਕਹਿੰਦੇ ਉਹਨੂੰ ਪੈਨਸ਼ਨ ਵੀ ਲਾਈ ਸੀ ਤੇ ਪੈਨਸ਼ਨ ਦੇ ਨਾਲ ਉਹਨੂੰ ਪੂਰੀ ਐਸ਼ੋ ਆਰਾਮ ਦਿੱਤੀ ਜਾਂਦੀ ਸੀ ਜਿੱਥੇ ਉਹ ਰਹਿੰਦਾ ਸੀ ਕਿਉਂਕਿ ਉਹਦੇ ਉਹਦੇ ਲਈ ਤਾਂ ਉਹ ਇੱਕ 크ਰਿਸਚੀਅਨ ਹੀ ਸੀਗਾ ਕਿਉਂਕਿ ਛੋਟੇ ਬੱਚੇ ਨੂੰ ਪਤਾ ਹੀ ਨਹੀਂਗਾ ਹੁਣ ਭਈ ਉਹਨੂੰ ਪੂਰੀ ਐਸ਼ੋ ਆਰਾਮ ਕੁੜੀਆਂ ਨਾਲ ਉਹਨੇ ਘੁੰਮਣਾ ਪਾਰਟੀਆਂ ਕਰਨੀਆਂ दारू ਪੀਣੀ ਠੀਕ ਹੈ ਪਰ ਜਦੋਂ ਉਹਨੂੰ ਪਤਾ ਲੱਗਦਾ ਸੀ ਕਿ ਮੈਂ ਇਹਨਾਂ ਨੇ ਮੈਨੂੰ ਲੈ ਕੇ ਆਂਦਾ ਮੇਰਾ ਪਸ਼ੋਕੜ ਕੋਈ ਹੋਰ ਹੈ ਮੇਰਾ ਪਸ਼ੋਕੜ ਉਹਨੂੰ ਨਹੀਂ ਸੀ ਪਤਾ ਮਹਾਰਾਜਿੰਦਰ ਸਿੰਘ ਦਾ ਪਸ਼ੋਕੜ ਮੇਰਾ ਪਸ਼ੋਕੜ ਕੋਈ ਹੋਰ ਹੈ ਉਹਨੂੰ ਤਾਂ ਗੁੱਠਣੀ ਉਹਨੇ ਬਾਰ-ਬਾਰ ਜਿਹੜੇ ਉਹਦੀ ਰਾਖੀ ਕਰਨ ਬ੍ਰਿਟਿਸ਼ ਬ੍ਰਿਟਿਸ਼ ਗਵਰਨਮੈਂਟ ਦੇ ਬੰਦੇ ਰੱਖੇ ਸੀ ਉਹਨੇ ਪੁੱਛਿਆ ਕਰਨਾ ਮਹਾਰਾਜਿੰਦਲੀਪ ਸਿੰਘ ਨੇ ਕਿ ਮੇਰਾ ਮਾਪਿਓ ਕੌਣ ਹੈ ਤੇ ਮੈਨੂੰ ਤੁਸੀਂ ਲੈ ਕੇ ਕੱਤੋਂ ਆਏ ਤੇ ਮੇਰੀ ਕੀ ਹਿਸਟਰੀ ਹੈ ਭਜੀ ਇੱਥੇ ਉਹਨਾਂ ਨੇ ਨਹੀਂ ਦੱਸਿਆ ਕਰਨਾ ਹਨਾ ਤੇ ਪਰ ਕਿਉਂਕਿ ਸਰਕਾਰ ਵੱਲੋਂ ਉਹਨਾਂ ਨੂੰ ਆਰਡਰ ਸੀ ਕਿ ਆਪਾਂ ਰਾਜੇ ਨੂੰ ਇਹ ਕਦੇ ਅਹਿਸਾਸ ਨਹੀਂ ਕਰਾਉਂ ਦੇਣਾ ਕਿ ਤੇਰਾ ਵੀ ਕੋਈ ਰਾਜ ਸੀਗਾ ਤੇਗਰਾ ਵੀ ਕੋਈ ਰਾਜ ਹੈਗਾ ਅੱਜ ਦੀ ਡੇਟ 'ਚ ਜਿਹੜਾ ਆਪਾਂ ੱੱੱਕੇ ਨਾਲ ਅੰਡਰ ਕੀਤਾ ਹੁਣ ਭਾਈ ਜੀ ਕਈ ਲੋਕੀ ਨਾ ਇਹ ਤਰਕ ਦਿੰਦੇ ਇੰਟਰਨੈਟ ਤੇ ਕਿ ਰਾਜ ਬੜੇ ਦੁਨੀਆ ਦੇ ਰਾਜ ਆਏ ਨੇ ਮਰਾਠਿਆਂ ਦਾ ਰਾਜ ਆਇਆ ਹੈ ਗੋਰਖਿਆਂ ਦਾ ਰਾਜ ਆਇਆ ਹੈ ਪਤਾ ਨਹੀਂ ਹੋਰ ਕਿਹੜੀ ਕਿਹੜੀ ਕਿੰਗਡਮਸ ਦੁਨੀਆ ਤੇ ਆਈਆਂ ਨੇ ਮੰਗੋਲੀਅਨ ਐਮਪਾਇਰ ਆਇਆ ਹੈ ਪਤਾ ਨਹੀਂ ਕਿੰਨੇ ਕਨੇ ਰਾਜੇ ਹਨ ਹੁਣ ਭਾਈ ਰਾਜ ਜਿੱਤੇ ਜਾਂਦੇ ਨੇ ਜੰਗਾਂ 'ਚ ਲੜ ਕੇ ਰਾਜ ਜਿੱਤੇ ਜਾਂਦੇ ਨੇ ਜੰਗਾਂ 'ਚ ਲੜ ਕੇ ਤੇ ਜਿੱਥੇ ਜਮੰਦੋ ਜੰਗਾਂ 'ਚ ਰਾਜ ਹਾਰਿਆ ਹੋਵੇ ਤੇ ਬੰਦਾ ਮੰਨੇ ਕਿ ਹਾਂ ਰਾਜ ਆਪਾਂ ਹਾਰ ਗਏ ਆ ਸਾਡਾ ਉਹ ਰਾਜ ਤੇ ਕੋਈ ਅਧਿਕਾਰ ਨਹੀਂ ਰਿਹਾ ਕਿਉਂਕਿ ਦੂਜਾ ਰਾਜਾ ਆਇਆ ਉਹਨੇ ਸਾਨੂੰ ਹਰਾਇਆ ਉਹਦੀ ਫੋਰਸ ਜ਼ਿਆਦੀ ਸੀ ਸਾਡਾ ਰਾਜ ਗਿਆ ਪਰ ਇੱਥੇ ਇੱਕ ਛੋਟੇ ਬੱਚੇ ਨੂੰ ਧੱਕੇ ਨਾਲ ਉਹਦੇ ਕੋਲ ਰਾਜ ਖੋਇਆ ਜਾਂਦਾ ਹੈ ਇਹ ਕਹਿੰਦੇ ਜੀ ਕਿ ਹਜੇ ਉਹ ਕੈਪੇਬਲ ਨਹੀਂ ਹੈ ਰਾਜ ਚਲਾਉਣ ਦੇ ਜਦੋਂ ਵੱਡਾ ਹੋਊਗਾ ਉਦੋਂ ਇਹਦਾ ਰਾਜ ਨੂੰ ਵਾਪਸ ਮਿਲ ਜਾਊਗਾ ਉਹਦੇ ਚੱਕਰ ਚ ਉਹਨੂੰ ਲੈ ਕੇ ਉਹਨੂੰ ਧਰਮ ਦਾ ਪਰਵਤਨ ਕੀਤਾ ਜਾਂਦਾ ਹੈ ਮੇਨ ਪ੍ਰੋਬਲਮ ਸਿੱਖ ਰਾਜ ਦੀ ਇੱਥੋਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਾਡੇ ਨਾਲ ਧੱਕਾ ਹੋਇਆ ਹੁਣ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਦਲੀਪ ਸਿੰਘ ਵੱਡਾ ਹੁੰਦਾ ਭਾਜੀ ਹੌਲੀ ਹੌਲੀ ਉਹਨੂੰ ਦਾਂਗ ਛਿੜਦੀ ਹੈ ਕਿ ਆਪਣੇ ਮਾਂ ਬਾਰੇ ਜਾਣਾ ਉਹਦਾ ਇੱਕ ਯਾਰ ਦੋਸਤ ਹੁੰਦਾ ਜੋ ਕਿ ਜੰਮਿਆ ਬ੍ਰਿਟਿਸ਼ ਚ ਹੁੰਦਾ ਪਰ ਹੁੰਦਾ ਸਿੱਖ ਹੈ ਉਹਨੂੰ ਹੌਲੀ ਹੌਲੀ ਦੱਸਣਾ ਸ਼ੁਰੂ ਕਰਦਾ ਹੈ ਕਿ ਉਹਦਾ ਨਾਮ ਰੂਤ ਸਿੰਘ ਹੈ ਰੂਤ ਸਿੰਘ ਹਾਂ ਰੂਤ ਸਿੰਘ ਸੀ ਨਾ ਉਹਦਾ ਕਿ ਮਹਾਰਾਜਾ ਜੀ ਤੁਹਾਡਾ ਰਾਜ ਸੀਗਾ ਤੇ ਤੁਹਾਡੇ ਮਾਤਾ ਜੀ ਮਾਤਾ ਜਿੰਦਕੌਰ ਨੇ ਮਹਾਰਾਣੀ ਜਿੰਦਕੌਰ ਨੇ ਤੇ ਉਹ ਇਸ ਟਾਈਮ ਨੇਪਾਲ ਚ ਨੇ ਮੈਂ ਤੁਹਾਨੂੰ ਇੱਥੇ ਇਹ ਗੱਲ ਦੱਸਣਾ ਕਿ ਭਾਜੀ ਜਦੋਂ ਮਹਾਰਾਣੀ ਦਾ ਦੇਸ਼ ਨਿਕਾਲਾ ਹੁੰਦਾ ਹੈ ਤੇ ਮਹਾਰਾਣੀ ਜਾਂਦੀ ਆ ਨੇਪਾਲ ਦੇ ਰਾਜੇ ਰਾਜਾ ਜੰਗਬਹਾਦਰ ਕੋਲ ਨੇਪਾਲ ਭੱਜ ਜਾਂਦੀ ਆ ਜਿਹਦਾ ਪਿੱਛੇ ਸਿਮਰਜੀਤ ਸਿੰਘ ਮਾਨ ਨੇ ਨਹੀਂ ਬਿਆਨ ਦਿੱਤਾ ਸੀ ਕਿ ਨੇਪਾਲ ਭੱਜ ਜਾਂਦਾ ਅਮਰਤਪਾਲ ਕਿਉਂਕਿ ਨੇਪਾਲ ਦੇ ਤਾਂ ਬੜੇ ਵਧੀਆ ਰਿਲੇਸ਼ਨ ਨੇ ਕਿ ਮਹਾਰਾਜ ਜੰਗਬਹਾਦਰ ਦੇ ਭਾਈ ਮਹਾਰਾਜ ਰਣਜੀਤ ਸਿੰਘ ਨਾਲ ਬਹੁਤ ਵਧੀਆ ਰਿਲੇਸ਼ਨ ਸੀਗੇ ਨੇਪਾਲ ਇੱਕ ਐਹੋਜੀ ਕੰਟਰੀ ਆ ਜਿੱਤੇ ਕਦੇ ਵੀ ਗੋਰਿਆਂ ਨੇ ਰਾਜ ਨਹੀਂ ਕੀਤਾ ਤੇ ਨਾ ਹੀ ਉਹਦੇ ਵਾਲ ਦੇਖਿਆ ਰਾਜ ਕਰਨ ਨਾਲ ਉਹਦੇ ਪਿੱਛੇ ਮੇਨ ਰੀਜ਼ਨ ਜਿਹੜਾ ਸੀ ਗੋਰਿਆਂ ਨੂੰ ਉਹਦੇ 'ਚ ਕੋਈ ਚੰਗਿਆਈ ਦਿਖੀ ਨਹੀਂ ਕੋਈ ਆਪਣਾ ਫਾਇਦਾ ਦੇਖਿਆ ਨਹੀਂ ਕਿ ਆਪਾਂ ਇੱਥੇ ਰਾਜ ਕਰਕੇ ਕੀ ਕਰਨਾ ਕਿਉਂਕਿ ਤੁਹਾਨੂੰ ਪਤਾ ਨੇਪਾਲ ਪਹਾੜੀ ਇ ਮਹਾਰਾਜ ਜੰਗ ਸਿੰਘ ਨੇ ਮਹਾਰਾਣੀ ਨੂੰ ਆਪਣੇ ਕੋਲ ਪੂਰੀ ਇੱਜ਼ਤ ਨਾਲ ਰੱਖਿਆ ਸਿਰਫ ਦੋਸਤ ਹੋਣ ਦੇ ਨਾਤੇ ਉਹਨਾਂ ਦੀ ਪੈਨਸ਼ਨ ਹੀ ਵਿਲਾਈ ਤੇ ਪੂਰੀ ਰਾਣੀਆਂ ਵਾਲੀ ਸਹੂਲਤਾਂ ਉਹਨੂੰ ਦਿੱਤੀ ਮਤਲਬ ਕਿ ਚਲੋ ਪੂਰੀ ਰਾਣੀਆਂ ਵਾਲੀ ਤੇ ਨਹੀਂ ਮਤਲਬ ਕਿ ਜਿੰਨਾਕ ਬੰਦੇ ਦਾ ਖਰਚਾ ਚੱਲ ਸਕੇ ਤੇ ਵਧੀਆ ਬੰਦੇ ਜਿੰਦਗੀ ਜੀ ਸਕੇ ਹੁਣ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਪਤਾ ਲੱਗਦਾ ਕਿ ਮੇਰੀ ਮਾਂ ਨੇਪਾਲ ਦੇ ਵਿੱਚ ਹੈ ਤੇ ਮੈਂ ਉਹਨੂੰ ਮਿਲਣਾ ਚਾਹੁੰਨਾ ਆਪਣੀ ਮਾਂ ਨੂੰ ਇੱਕ ਵਾਰ ਮਿਲਣਾ ਚਾਹੁੰਨਾ ਜਾ ਕੇ ਹਰ ਇੱਕ ਬੱਚੇ ਦੇ ਦਿਮਾਗ ਚ ਆਊਗਾ ਜਦੋਂ ਉਹਨੂੰ ਪਤਾ ਲੱਗੇ ਮੇਰਾ ਮਾਪਿਓ ਕੌਣ ਹੈ ਉਹ ਰਿਕੁਐਸਟ ਕਰਦਾ ਹੈ ਕਵੀਨ ਵਿਕਟੋਰੀਆ ਨੂੰ ਕਿ ਮੈਨੂੰ ਪਲੀਜ਼ ਇੱਕ ਵਾਰ ਇੰਡੀਆ ਜਾਣਤਾ ਜਾਵੇ ਕਿ ਮੈਂ ਹੋਰ ਕੁਝ ਨਹੀਂ ਕਰੂੰਗਾ ਮੈਂ ਆਪਣੀ ਮਾਂ ਨੂੰ ਮਿਲ ਕੇ ਆਜੂਗਾ ਤੇ ਪਹਿਲਾਂ ਤਾਂ ਗੋਰੇ ਭਾਈ ਬਹੁਤ ਡਿਨਾਈ ਕਰਦੇ ਰਹੇ ਕਿ ਨਹੀਂ ਨਹੀਂ ਜੀ ਅਸੀਂ ਨਹੀਂ ਮਿਲ ਦੇ ਸਕਦੇ ਕਿਉਂਕਿ ਉਹਨਾਂ ਨੂੰ ਸੀਗਾ ਕਿ ਮਹਾਰਾਜਾ ਰਣਜੀਤ ਦਲੀਪ ਸਿੰਘ ਨੂੰ ਫੇਰ ਸਿੱਖ ਰਾਜ ਜਾਗਨਾ ਅਜੇ ਫੇਰ ਬਗਾਵਤ ਸ਼ੁਰੂ ਨਾ ਕਰ ਦੇ ਪਰ ਕੁਝ ਅਫੀਸ਼ੀਅਲ ਦ ਕਹਿੰਦੇ ਕਿ ਨਹੀਂ ਜੀ ਹੁਣ ਸਿੱਖ ਰਾਜ ਆਲਮੋਸਟ ਖਤਮ ਹੋ ਗਿਆ ਤੇ ਆਲਮੋਸਟ ਸਭ ਕੁਝ ਚੱਲ ਗਿਆ ਉਹਨਾਂ ਦਾ ਤੇ ਹੁਣ ਕੋਈ ਖਤਰਾ ਨਹੀਂ ਹੈ ਹਜੇ ਕੀ ਪਤਾ ਹੈ ਬ੍ਰਿਟਿਸ਼ ਗਵਰਨਮੈਂਟ ਨੂੰ ਕਿ ਕੋਈ ਖਤਰਾ ਨਹੀਂ ਹੈ ਪੂਰਾ ਬ੍ਰਿਟਿਸ਼ ਸਾਡੇ ਅੰਡਰ ਹੈ ਫਿਰ ਵੀ ਇਹ ਬਿਆਨ ਦਿੱਤਾ ਜਾਂਦਾ ਹੈ ਇਹ ਜਵਾਬ ਦਿੱਤਾ ਜਾਂਦਾ ਕਿ ਮਹਾਰਾਜਾ ਮਾਂ ਨੂੰ ਮਿਲਣਾ ਚਾਹੁੰਦੇ ਨੇ ਜਾ ਸਕਦੇ ਨੇ ਪਰ ਉਹ ਪੰਜਾਬ ਨਹੀਂ ਜਾਣਗੇ ਉਹ ਕਲਕੱਤੇ ਜਾਣਗੇ ਜਿੱਥੇ ਉਸ ਟਾਈਮ ਰਾਜਧਾਨੀ ਸੀ ਬ੍ਰਿਟਿਸ਼ ਇੰਡੀਆ ਆਪਣੀ ਇੰਡੀਆ ਦੀ ਬ੍ਰਿਟਿਸ਼ ਇੰਡੀਆ ਦੀ ਰਾਜਧਾਨੀ ਪਹਿਲਾਂ ਕਲਕੱਤਾ ਸੀ 1911 ਚ ਦਿੱਲੀ ਮੂਵ ਹੋਈ ਹੈ ਨਾ ਤੇ ਜਾਂਦਾ ਹੈ ਰਾਜਾ ਆਪਣੀ ਮਾਂ ਨੂੰ ਮਿਲਦਾ ਹੈ 17 ਆਪਣੀ ਮਾਂ ਨੂੰ ਮਿਲਦਾ ਹੈ 13 ਸਾਲਾਂ ਬਾਅਦ 13 ਸਾਲਾਂ ਬਾਅਦ ਆਪਣੀ ਮਾਂ ਨੂੰ ਮਿਲਦਾ ਹੈ ਉਦੋਂ ਉਹਦੀ ਉਮਰ 17 ਸਾਲ ਹੁੰਦੀ ਹੈ ਕਟਿੰਗ ਉਹਦੀ ਮਾਂ ਉਹਦੀ ਮਾਂ ਦੀ ਉਦੋਂ ਮਹਾਰਾਜ ਜਿੰਦਕੁਰਦੀ ਉਦੋਂ ਥੋੜੀ ਬਿਧੀ ਨਿਗਾ ਵੀ ਜਾ ਚੁੱਕੀ ਹੁੰਦੀ ਹੈ ਹੱਥਾਂ ਨਾਲ ਅਹਿਸਾਸ ਕਰਦੀ ਹੈ ਕਿ ਉਹਦੇ ਪੁੱਤ ਨੇ ਵਾਲ ਕਟਾਲੇ ਨੇ ਤੇ ਮਹਾਰਾਜ ਜੀ ਸਿੰਘ ਦਾ ਕੋਣ ਉਹਦੇ ਸਾਹਮਣੇ ਕਿਸੇ ਹੋਰ ਹੀ ਰੂਪ 'ਚ ਖੜਾ ਹੈ ਜਿਹੜਾ ਰੂਪ ਹਨਾ ਤੁਸੀਂ ਦੇਖੋਗੇ ਕਿ ਇੱਕ ਸਿੱਖ ਰਾਜ ਦਾ ਰਾਜਾ ਅੱਜ ਕਟਿੰਗ ਕਰਾ ਕੇ 크ਿਸਚੀਅਨ ਬਣ ਕੇ ਸਾਹਮਣੇ ਖੜਾ ਹੈ ਤੇ ਉਹ ਮਾਂ ਕਹਿੰਦੀ ਹੈ ਕਿ ਤੂੰ ਆ ਕੀ ਕਰ ਲਿਆ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਉਹਦੀ ਮਾਂ ਨੇ ਉਹਨੂੰ ਛੱਡਿਆ ਹੈ ਕਿਉਂਕਿ ਗੋਰਿਆਂ ਨੇ ਇਹ ਭਰਿਆ ਸੀ ਕਿ ਤੇਰੀ ਮਾਂ ਤੈਨੂੰ ਪਾਲਣ ਦੇ ਕੈਪੇਬਲ ਨਹੀਂ ਸੀ ਆਪਾਂ ਤਾਂ ਤੈਨੂੰ ਐਸ਼ਵਰਾਮ ਦੀ ਜ਼ਿੰਦਗੀ ਦਿੱਤੀ ਹੈ ਉਹ ਅੱਗੇ ਮਹਾਰਾਣੀ ਜਿੰਦਕੌਰ ਨਾਲ ਲੜਦਾ ਮਹਾਰਾਜ ਦਲੀਪ ਸਿੰਘ ਉੱਥੇ ਆ ਕੇ ਕਹਿੰਦਾ ਕਿ ਮੈਂ ਇੱਕ ਛੋਟਾ ਬੱਚਾ ਸੀਗਾ ਮੈਨੂੰ ਮਾਂ ਦੀ ਲੋੜ ਸੀ ਤੁਸੀਂ ਮੈਨੂੰ ਛੱਡ ਕੇ ਪ੍ਰਦੇਸ਼ ਨਿਕਾਲਾ ਕਰਕੇ ਆਗੇ ਉਹਨੂੰ ਇਹ ਸੱਚਾਈ ਦਾ ਨਹੀਂ ਸੀ ਪਤਾ ਕਿ ਕੀ ਕੀ ਵਾਪਰਿਆ ਫਿਰ ਹੌਲੀ ਹੌਲੀ ਭਾਜੀ ਉਹ ਆਪਣੀ ਮਾਂ ਨੂੰ ਲੈ ਕੇ ਇੰਗਲੈਂਡ ਆਉਂਦਾ ਕਹਿੰਦਾ ਕਿ ਚਲੋ ਆਖਰੀ ਪਲ ਨੇ ਗੋਰੇ ਰੇਡ ਕਿਵਿਨ ਵਿਕਟੋਰੀਆ ਵੀ ਮੰਨ ਜਾਂਦੀ ਆ ਕਿ ਤੁਸੀਂ ਇੰਗਲੈਂਡ ਆ ਜਾਓ ਆਪਣੀ ਮਾਂ ਨੂੰ ਲੈ ਕੇ ਇੱਥੇ ਆ ਕੇ ਰੋ ਹੁਣ ਭਾਜੀ ਮਹਾਰਾਜ ਦਲੀਪ ਸਿੰਘ ਨੂੰ ਜਦੋਂ ਆਪਣੀ ਮਾਂ ਨਾਲ ਰਹਿਣ ਦਾ ਟਾਈਮ ਮਿਲਦਾ ਹੌਲੀ ਹੌਲੀ ਉਹਨੂੰ ਦੱਸਦੀ ਕਿ ਤੁਹਾਡਾ ਕੀ ਰਾਜ ਸੀਗਾ ਸਾਡੇ ਕੋਲ ਇੱਕ ਕੋਹੀਨੂਰ ਹੁੰਦਾ ਸੀਗਾ ਗੋਰਿਆਂ ਨੇ ਤੁਹਾਨੂੰ ਕਿਦਾਂ ਲੁੱਟਿਆ ਤੇ ਉਹਨੂੰ ਆਪਣੇ ਮਹਾਰਾਜ ਦਮਜੀਤ ਸਿੰਘ ਦੀ ਤਲਵਾਰ ਦਿੰਦੀ ਹੈ ਤਲਵਾਰ ਦਿੰਦੀ ਹੈ ਕਿ ਆ ਤੇਰੇ ਪਿਓ ਦੀ ਤਲਵਾਰ ਸੀ ਤੇ ਉਹਦੀ ਮਹਾਰਾਜ ਜਿੰਦਗੁਰ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਭਈ ਉਹਨੂੰ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ ਮਹਾਰਾਜਾ ਦਲੀਪ ਸਿੰਘ ਨੂੰ ਕਿ ਮੈਂ ਯਾਰ ਜੇ ਇੰਨਾ ਕਹਿ ਰਹੇ ਨੇ ਇੰਨੇ ਲੋਕ ਕੀ ਕਹਿ ਰਹੇ ਨੇ ਜਦੋਂ ਮੈਂ ਕਲਕੱਤੇ ਵੀ ਗਿਆ ਉੱਥੇ ਵੀ ਮੈਨੂੰ ਸਿੱਖ ਮਿਲਣ ਆਏ ਕਿ ਮੈਂ ਪਤਾ ਕਰਾਂ ਮੇਰਾ ਰਾਜ ਹੈ ਕੀ ਸੀ ਹੌਲੀ ਹੌਲੀ ਭਈ ਉਹ ਜਿਦਾਂ ਤੁਹਾਨੂੰ ਪਤਾ ਰੁਚੀ ਬੰਦੇ ਦੀ ਵਧਦੀ ਜਾਂਦੀ ਹੈ ਉਧਰ ਨੂੰ ਆਪਣੀ ਰੁਚੀ ਕਰਦਾ ਤੇ ਉਸ ਟਾਈਮ 'ਚ ਭਈ ਉਹਦੀ ਵਿਆਹ ਵੀ ਹੋ ਗਿਆ ਹੁੰਦਾ ਹੈ ਮਹਾਰਾਜਾ ਦਲੀਪ ਸਿੰਘ ਦਾ ਤੇ ਉਹਦੀ ਘਰ ਵਾਲੀ 크ਰਿਸਚੀਅਨ ਹੁੰਦੀ ਹੈ ਤੇ ਮਹਾਰਾ ਦਲੀਪ ਸਿੰਘ ਕਹਿੰਦਾ ਕਿ ਮੈਨੂੰ ਆਪਣਾ ਅਹਿਸਾਸ ਹੋ ਗਿਆ ਕਿ ਮੈਂ ਸਿੱਖ ਪਰਿਵਾਰ ਦੇ ਨਾਲ ਬਿਲੋਂਗ ਕਰਦਾ ਹਾਂ ਤੇ ਮੈਂ ਆਪਣਾ ਰਾਜ ਵਾਪਸ ਲੈਣਾ ਹੈ ਜਾਕੀ ਜਿੰਦਾ ਮਰਜੀ ਲਵਾਂ ਤੇ ਉਹਦੀ ਮਹਾਰਾਣੀ ਜੋ ਉਹਦੀ ਜਿਹੜੀ ਜਿਹੜੀ ਉਹਦੀ ਘਰ ਵਾਲੀ ਹੁੰਦੀ ਰੋਕਦੀ ਹੈ ਕਿ ਨਹੀਂ ਜੀ ਬ੍ਰਿਟਿਸ਼ਰਾਂ ਨੇ ਸਾਨੂੰ ਕਿੰਨਾ ਉਸ ਦਿੱਤਾ ਦੇਖੋ ਇੰਨਾ ਵੱਡਾ ਮਹਿਲ ਦਿੱਤਾ ਹੈ ਹਣਾ ਤਾਂ ਸਾਨੂੰ ਇੰਨੀ ਵੱਡੀ ਪੈਨਸ਼ਨ ਮਿਲਦੀ ਹੈ ਤੇ ਪਲੀਜ਼ ਤੁਸੀਂ ਇਹ ਕੰਮ ਨਾ ਕਰੋ ਨਹੀਂ ਤੇ ਸਾਡੇ ਬੱਚਿਆਂ ਦਾ ਵੀ ਅੱਗੇ ਆ ਕੇ ਔਖਾ ਹੋ ਜਾਊਗਾ ਪਰ ਇਹ ਦਲੀਪ ਸੋਰੀ ਇਹ ਦਲੀਪ ਸਿੰਘ ਦੀ ਘਰ ਵਾਲੀ ਕਹਿ ਰਹੀ ਉਹਨੂੰ ਦਲੀਪ ਸਿੰਘ ਨੂੰ ਹਾਂ ਦਲੀਪ ਸਿੰਘ ਦੀ ਘਰ ਵਾਲੀ ਕਹਿੰਦੀ ਉਹਨੂੰ ਕਿ ਤੁਸੀਂ ਇਹ ਕੰਮ ਨਾ ਕਰੋ ਕਿਉਂਕਿ ਉਹ 크ਿਸਚਨ ਹੈ ਦਲੀਪ ਸਿੰਘ ਦੀ ਘਰ ਵਾਲੀ ਉਹਦੀ ਚ ਆਪਣੇ ਦਲੀਪ ਸਿੰਘ ਦੀ ਘਰ ਵਾਲੀ 크ਰਿਸਚੀਅਨ ਹੈ ਭਾਜੀ ਉਹਨੂੰ ਕੁਝ ਨਹੀਂ ਹੈਗਾ ਕਿ ਕੌਣ ਸਿੱਖ ਰਾਜ ਹੈ ਕਿਹਦਾ ਰਾਜ ਸੀਗਾ ਕਿ ਤੁਹਾਨੂੰ ਪਤਾ ਜਿੱਦ ਤੱਕ ਤੁਹਾਡੇ ਨਾਲ ਆਪਣੀ ਨਾਲ ਜੁੜੀ ਚੀਜ਼ ਨਹੀਂ ਹੋਵੇ ਹੁਣ ਗਵਾਂਡੀਆਂ ਦੀ ਪਿਆਲੀ ਦੱਬੀ ਜਾਵੇ ਤੇ ਸਾਨੂੰ ਕਹਿਣਾ ਕੋਈ ਗੱਲ ਨਹੀਂ ਚੱਲ ਗਵਾਂਡੀਆਂ ਦੇ ਅਫਸੋਸ ਕਰ ਲਾਂਗੇ ਬਾਤਾਂ ਉਹ ਹੋਰ ਕੀ ਹੋਊਗਾ ਪਰ ਜਦੋਂ ਆਪਣੀ ਦੱਬੀ ਜਾਂਦੀ ਜ਼ਮੀਨ ਉਦੋਂ ਆਪਾਂ ਕਹਿੰਨੇ ਆ ਉਦੋਂ ਆਪਾਂ ਹੱਥ ਪੈਰ ਮਾਰਦੇ ਆ ਤੇ ਦਲੀਪ ਸਿੰਘ ਨੂੰ ਉਦੋਂ ਅਹਿਸਾਸ ਹੋ ਗਿਆ ਸੀਗਾ ਕਿ ਮੈਂ ਆਪਣਾ ਰਾਜ ਵਾਪਸ ਲੈਣਾ ਭਾਜੀ ਪਰ ਦਲੀਪ ਸਿੰਘ ਉਸ ਟਾਈਮ ਦਾ ਸੀਗਾ ਰਾਜਾ ਠਾਕੁਰ ਸਾਹਿਬ ਉਹ ਸੀਗੇ ਡਾਇਨਸਟੀ ਮੈਨੂੰ ਨਾਮ ਭੁੱਲ ਗਿਆ ਸੰਧਾ ਵਾਲੀ ਹੈ ਡਾਇਨਸਟੀ ਠੀਕ ਆ ਅੱਛਾ ਠਾਕੁਰ ਸਿੰਘ ਤੇ ਉਹਦੀ ਮਾਂ ਜਿੰਦਕੌਰ ਨੇ ਕਿਹਾ ਸੀ ਕਿਸੇ ਹੋਰ ਤੇ ਯਕੀਨਾ ਕਰੀ ਬਸ ਠਾਕੁਰ ਸਿੰਘ ਤੇ ਯਕੀਨ ਕਰੀ ਉਹ ਤੁਹਾਨੂੰ ਆਪਣਾ ਸਿੱਖ ਰਾਜ ਵਾਪਸ ਦਿਵਾ ਸਕਦਾ ਹੁਣ ਠਾਕੁਰ ਸਿੰਘ ਨਾਲ ਉਹ ਗੱਲਬਾਤ ਕਰਦਾ ਹੈ ਸ਼ੁਰੂ ਹੁੰਦੀ ਗੱਲਬਾਤ ਪੇਪਰ ਪੁੱਪਰ ਕੱਢਦਾ ਹੈ ਮਹਾਰਾਜਾ ਦਲੀਪ ਸਿੰਘ ਕੇਸ ਠੋਕਦਾ ਹੈ ਕਵੀਨ ਵਿਕਟੋਰੀਆ ਤੇ ਕੇਸ ਠੋਕਦਾ ਹੈ ਤੇ ਨਾਲੇ ਆਪਣੇ ਉਹਨੂੰ ਮਹਾਰਾਜਾ ਕਹਿਣਾ ਸ਼ੁਰੂ ਕਰ ਦਿੰਦਾ ਪਹਿਲਾਂ ਉਹਨੂੰ ਪ੍ਰਿੰਸ ਕਹਿੰਦੇ ਸੀ ਗੋਰੀ ਨੇ ਉਹਦਾ ਨਾਮ ਪਾਇਆ ਸੀ ਬਲੈਕ ਪ੍ਰਿੰਸ ਜਿਹਦੇ ਸਰਤਾਜ ਨੇ ਇੱਕ ਫਿਲਮ ਵੀ ਬਣਾਈ ਆ ਉਹ ਪ੍ਰਿੰਸ ਨਹੀਂ ਕਹਿੰਦਾ ਹੁਣ ਮੈਂ ਮਹਾਰਾਜਾ ਆਂ ਸਾਰਿਆਂ ਨੂੰ ਮਹਾਰਾਜਾ ਕਹਿਣ ਲੱਗ ਪੈਂਦੇ ਨੇ ਜਿਹੜੇ ਮਰਗੀ ਸਿੱਖ ਰਾਜ ਨੂੰ ਜਿਹੜੇ ਚਾਹੁੰਦੇ ਵਾਪਸ ਆਉਣਾ ਉਹ ਕੇਸ ਠੋਕਦਾ ਤਾਂ ਬਈ ਕੇਸ ਦੇ ਬਦਲੇ ਚ ਨਾ ਸਰਕਾਰ ਬ੍ਰਿਟਿਸ਼ ਕੀ ਕਹਿੰਦੀ ਏ ਕਹਿੰਦੀ ਕਿ ਤੁਹਾਨੂੰ ਅੱਪ ਤੁਹਾਡੀ ਪੈਨਸ਼ਨ ਵਧਾ ਦਿੰਨੇ ਹਾਂ ਮਹਾਰਾਜਾ ਜੀ ਤੁਹਾਡੀ ਪੈਨਸ਼ਨ ਵਧਾ ਦਿੰਨੇ ਆ ਜਿੰਨੇ ਕੋ ਉੰਨੀ ਵਧਾ ਦਿੰਨੇ ਪਰ ਤੁਸੀਂ ਆਹ ਕੰਮ ਦੁਬਾਰਾ ਨਾ ਕਰੋ ਪਰ ਜਿੱਦਾਂ ਕਹਿੰਦੇ ਕਿ ਬਈ ਜੋਧਾ ਦਿਲ ਕਰਦਾ ਕਿ ਮਹਾਰਾਜਾ ਆਪਣਾ ਵਾਪਸ ਲੈਣਾ ਹੈ ਅਗਲਾ ਤੁਰ ਪੈਂਦਾ ਆਪਣੇ ਬੀਜ ਬੱਚੇ ਲੈ ਕੇ ਕਿ ਸੰਧਾ ਵਾਲੀ ਨਾਲ ਗੱਲ ਹੋ ਜਾਂਦੀ ਏ ਕਿ ਤੁਸੀਂ ਕੱਲ ਇੱਥ ਤੇ ਮੈਂ ਆ ਤੁਹਾਡਾ ਮਹਾਰਾਜਾ ਵਾਪਸ ਆ ਰਿਹਾ ਪੰਜਾਬ ਨੂੰ ਹੁਣ ਭਾਜੀ ਦੇਖੋ ਪੰਜਾਬ ਦੀ ਧਰਤੀ ਦਾ ਮਹਾਰਾਜਾ ਆਪਣੇ ਧਰਤੀ ਤੇ ਵਾਪਸ ਜਾਣਾ ਚਾਹੁੰਦਾ ਤੇ ਉਸ ਟਾਈਮ ਜਦੋਂ ਬ੍ਰਿਟਿਸ਼ ਇੰਡੀਆ ਨਾ ਬ੍ਰਿਟਿਸ਼ ਨੂੰ ਇਹ ਪਤਾ ਲੱਗਦਾ ਹੈ ਬ੍ਰਿਟਿਸ਼ ਇੰਡੀਆ ਨੂੰ ਤੇ ਬ੍ਰਿਟਿਸ਼ ਬ੍ਰਿਟਿਸ਼ਰੀ ਇੰਗਲੈਂਡ ਵਾਲੇ ਨੂੰ ਪਤਾ ਲੱਗਦਾ ਹੈ ਕਿ ਸਾਡਾ ਮਹ ਇਹ ਜਿਹੜਾ ਮਹਾਰੰਜੀਤ ਸਿੰਘ ਹੈ ਦਲੀਪ ਸਿੰਘ ਹੈ ਵਾਪਸ ਜਾ ਰਿਹਾ ਆਪਣੀ ਧਰਤੀ ਵੱਲ ਨੂੰ ਭਾਜੀ ਅੱਜ ਦੀ ਡੇਟ ਚ ਉਹ ਦੇਸ਼ ਹੈਗਾ ਜਿਮਨ ਉਸ ਟਾਈਮ ਨੂੰ ਐਡਲ ਕਹਿੰਦੇ ਸੀ ਅੱਜ ਦੀ ਦੇਸ਼ ਅੱਜ ਦੀ ਤਰੀਕ ਚ ਉਹਦਾ ਨਾ ਹੈਗਾ ਜਿਮਨ ਉੱਥੇ ਮਹਾਰਾਜ ਦਾ ਜਿਹੜਾ ਸਮੁੰਦਰੀ ਚ ਆਜੇ ਸਮੁੰਦਰੀ ਆ ਚ ਟ੍ਰੈਵਲ ਕਰਨਗੇ ਉਸ ਟਾਈਮ ਜਾਜ ਉਸ ਤਾਂ ਹੈ ਨਹੀਂ ਸੀ ਉਹ ਰੋਕ ਲਿੱਤਾ ਜਾਂਦਾ ਹੈ ਬ੍ਰਿਟਿਸ਼ ਇੰਡੀਅਨ ਜਿਹ ਬ੍ਰਿਟਿਸ਼ਾਂ ਵੱਲੋਂ ਉਹ ਉਸ ਧਰਤੀ ਤੇ ਵੀ ਬ੍ਰਿਟਿਸ਼ ਦਾ ਰਾਜ ਸੀਗਾ ਤੇ ਮਹਾਰਾਜੇ ਨੂੰ ਕਰ ਦਿੱਤਾ ਜਾਂਦਾ ਨਜ਼ਰਬੰਦ ਉੱਥੇ ਮਹਾਰਾਜ ਦੇ ਨਾਲ ਉਹਨਾਂ ਦੇ ਤਿੰਨ ਬੱਚੇ ਹੁੰਦੇ ਨੇ ਤੇ ਨਾਲ ਉਹਨਾਂ ਦੀ ਘਰ ਵਾਲੀ ਹੁੰਦੀ ਹੈ ਉਹਨਾਂ ਨੂੰ ਉੱਥੇ ਨਜ਼ਰਬੰਦ ਕਰ ਲਿਆ ਜਾਂਦਾ ਤੇ ਕਹਿੰਦੇ ਨੇ ਕਿ ਤੁਸੀਂ ਇੱਥੋਂ ਵਾਪਸ ਚਲ ਜਿਓ ਤੁਹਾਨੂੰ ਸਾਰੀਆਂ ਸੁੱਖ ਸੂਲ ਤਾਂ ਤੁਹਾਡੀਆਂ ਵਾਪਸ ਦੇ ਦਾਂਗੇ ਜੋ ਤੁਹਾਨੂੰ ਮਿਲੀਆਂ ਸੀ ਬਸ ਤੁਸੀਂ ਰਿਟਰਨ ਚ ਮਾਫੀ ਮੰਗ ਲਓ ਕਿ ਆਪਾਂ ਗਲਤੀ ਕੀਤੀ ਬ੍ਰਿਟਿ ਆਪਾਂ ਤੁਹਾਨੂੰ ਛੱਡ ਦਾਂਗੇ ਠੀਕ ਆ ਹੁਣ ਉੱਥੇ ਭਾਈ ਜਮਣ ਚ ਮਹਾਰਾਜ ਕਹਿੰਦਾ ਆਪਣੀ ਘਰ ਵਾਲੀ ਤੇ ਬੱਚਿਆਂ ਨੂੰ ਕਿ ਤੁਸੀਂ ਵਾਪਸ ਚਲ ਜਓ ਕਿ ਮੈਂ ਹੁਣ ਮੈਂ ਵਾਪਸ ਨਹੀਂ ਜਾਣਾ ਮੈਂ ਤਾਂ ਆਪਣਾ ਰਾਜ ਲੈ ਕੇ ਜਾਊਂਗਾ ਜਿੱਦਾਂ ਮਰਜ਼ੀ ਕਰਕੇ ਜਾਵਾਂ ਠੀਕ ਆ ਹੁਣ ਭਾਜੀ ਉੱਥੇ ਵੈਸੇ ਅੰਗਰੇਜ਼ ਇਹ ਗੱਲ ਕਦੇ ਮੰਨਦੇ ਨਹੀਂ ਪੇਪਰਾਂ ਚ ਬਟ ਕਹਿੰਦੇ ਨੇ ਕਿ ਜਮਣ ਦੇ ਵਿੱਚ ਕੋਈ ਜਿਦਾਂ ਤੁਹਾਨੂੰ ਪਤਾ ਹੀ ਦਿਹਾੜੀ ਦਿਉਣੀ ਲਾਉਣ ਉਸ ਟ੍ਰੇਮੀ ਲੋਕ ਹੀ ਜਾਂਦੇ ਸੀ مشواره ਜਾਂਦੇ ਸੀ ਜਦ ਪੰਜਾਬ ਦੇ ਸਿੱਖ ਸੁਖ ਜਾਂਦੇ ਸੀਗੇ ਕਹਿੰਦੇ ਨੇ ਕਿ ਉੱਥੇ ਕੋਈ ਬੋਰਡ ਬੋਟ ਚਾਲਕਾਂ ਵੱਲੋਂ ਮੱਕੀ ਸ਼ਿਪ ਚਾਲਕਾਂ ਵੱਲੋਂ ਸੂਮੰਦਰੀ ਜਾਇ ਚਾਲਕਾ ਵੱਲੋਂ ਪੰਜ ਸਿੰਘਾਂ ਵੱਲੋਂ ਮਹਾਰਾਜ ਜੀ ਦਲੀਪ ਸਿੰਘ ਨੇ ਦੁਬਾਰਾ ਅੰਮ੍ਰਿਤ ਛਕ ਲਿਆ ਸੀ ਠੀਕ ਆ ਕਿਉਂਕਿ ਪੰਜ ਸਿੰਘ ਚਾਹੀਦੇ ਹੁੰਦੇ ਨੇ ਅੰਮ੍ਰਿਤ ਛਕਾਉਣ ਲਈ ਤੇ ਕਹਿੰਦੇ ਨੇ ਕਿ ਉੱਥੇ ਅੰਮ੍ਰਿਤ ਛਕ ਲਿਆ ਸੀ ਤੇ ਦੁਬਾਰਾ ਸਿੱਖੀਜ਼ਮ ਚ ਉਹ ਆਗੇ ਸੀ ਸਿੱਖੀ ਸਰੂਪ ਚ ਪਰ ਗੋਰੇ ਭਾਜੀ ਇਹ ਚੀਜ਼ ਨੂੰ ਕਦੇ ਨਹੀਂ ਮੰਨਦੇ ਗੋਰਿਆਂ ਨੇ ਹਜੇ ਤੱਕ ਪੇਪਰ 'ਚ ਜੀ ਲਿਖੀ ਹੈ ਕਿ ਉਹ 크੍ਰਿਸਚੀਅਨ ਹੀ ਡਾਈਡ ਹੋ ਯੋ ਉਹਨਾਂ ਦੀ ਉਹਨਾਂ ਦੇ ਸਿੱਖ ਧਰਮ ਦੇ ਵਿੱਚ ਡੈਥ ਨਹੀਂ ਹੋਈ ਸਿੱਖੀ ਸਿਧਾਂਤ ਅਨੁਸਾਰ ਉਹਨਾਂ ਦੀ ਡੈਥ ਨਹੀਂ ਹੋਈ ਉਹ 크੍ਰਿਸਚੀਅਨ ਹੀ ਮਰੇ ਨੇ ਉੱਥੋਂ ਭਾਜੀ ਕਿਸ ਤਰੀਕੇ ਨਾਲ ਫਿਰ ਰਸ਼ੀਆ ਰਾਹੀਂ ਆਉਣ ਦੀ ਕੋਸ਼ਿਸ਼ ਕਰਦੇ ਨੇ ਰਸ਼ੀਆ ਦੇ ਬੰਦੇ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਨੇ ਤੇ ਭਾਜੀ ਇੱਕ ਹਾਲਾ ਉੱਥੇ ਮਲਗੀ ਰਸ਼ੀਆ ਦੇ ਬਾਅਦ ਚੋਂ ਨਿਕਲਦੇ ਨੇ ਰਸ਼ੀਆ ਟਾਈਮ ਰਸ਼ੀਆ ਦੇ ਵਿੱਚ ਜਦੋਂ ਮਹਾਰਾਜਾ ਹੁੰਦਾ ਮਹਾਰਾਜ ਨੂੰ ਇੱਕ ਕਿਸੇ ਹੋਰ ਕੁੜੀ ਨਾਲ ਪਿਆਰ ਹੁੰਦਾ ਤੇ ਮਹਾਰਾਜਾ ਉੱਥੇ ਵੀ ਮਹਾਰਾਜ ਦੇ ਬੱਚੇ ਹੁੰਦੇ ਨੇ ਰਸ਼ੀਆ ਦੇ ਵਿੱਚ ਵੀ ਠੀਕ ਆ ਹੁਣ ਕਰਦੇ ਕਰਾਉਂਦੇ ਬ੍ਰਿਟਿਸ਼ ਇੰਡੀਆ ਨੂੰ ਪਤਾ ਲੱਗ ਬ੍ਰਿਟਿਸ਼ ਆਰਮੀ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਕਿਹੜੇ ਇੱਥੇ ਠਾਕੁਰ ਸਿੰਘ ਜਾਂ ਕਿਹੜੇ ਕਿਹੜੇ ਲੋਕ ਮਹਾਰਾਜ ਦੀ ਹੈਲਪ ਕਰ ਰਹੇ ਨੇ ਕਿ ਇੱਥੋਂ ਵੀ ਸਿੱਖ ਫੌਜਾਂ ਤਿਆਰ ਨੇ ਲੜਨ ਸ਼ਾਸ਼ਾਂ ਕਰ ਕਰਕੇ ਭਾਜੀ ਉਹਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਤੇ ਰਹਿ ਜਾਂਦਾ ਮਹਾਰਾਜਾ ਇਕੱਲਾ ਬਾਦੂਸਾਲ ਰਸ਼ੀਆ ਚ ਵੇਟ ਕਰਨ ਤੋਂ ਬਾਅਦ ਕੀ ਇੱਥੋਂ ਰਸ਼ੀਆ ਮੈਨੂੰ ਕੋਈ ਹੈਲਪ ਕਰੇਗਾ ਆਪਣੀ ਫੌਜ ਲੈ ਕੇ ਮੈਂ ਆਪਣਾ ਰਾਜ ਵਾਪਸ ਲਵਾਵਾਂਗਾ ਮਹਾਰਾਜਾ ਵਾਪਸ ਆ ਜਾਂਦਾ ਹੈ ਪੈਰਿਸ ਇਸ ਟਾਈਮ ਤੇ ਅਗਰ ਮਹਾਰਾਜਾ ਦੇ ਭਾਜੀ ਪੰਜ ਕੁੜੀਆਂ ਤੇ ਤਿੰਨ ਮੁੰਡੇ ਸੀ ਠੀਕ ਆ ਦੋ ਘਰ ਵਾਲੀਆਂ ਤੋਂ ਪੰਜ ਕੁੜੀਆਂ ਤਿੰਨ ਮੁੰਡੇ ਪਹਿਲੇ ਮੱਕੀ 6 ਬੱਚੇ ਘਰ ਵਾਲੀ ਤੋਂ ਦੋ ਬੱਚੇ ਇੱਕ ਘਰ ਵਾਲੀ ਤੋਂ ਠੀਕ ਆ ਹੁਣ ਮਹਾਰਾਜਾ ਭਾਜੀ ਇਸ ਇੱਕ ਐਡਾ ਵੱਡਾ ਰਾਜ ਜਿਹਦੇ ਸੋਨੇ ਜਿਹਨਾਂ ਜਿਹੜੇ ਰਾਜ ਨੇ 골ਡਨ ਟੈਂਪਲ ਤੇ ਸੋਨਾ ਚੜਾਇਆ ਠੀਕ ਹੈ ਇੱਕ ਹੋਰ ਮੰਦਰ ਹੈ ਮੇਨੂੰ ਨਾਮ ਭੁੱਲ ਗਿਆ ਮੰਦਰ ਦਾ ਉਸ ਮੰਦਰ ਤੇ ਵੀ ਸੋਨਾ ਚੜਾਇਆ ਐ ਐਡਾ ਅਮੀਰ ਸੋਨੇ ਦੀ ਚਿੜੀ ਰਾਜ ਕਹਿੰਦੇ ਸੀ ਜਿੰਨੂੰ ਹਨਾ ਉਸ ਮਹਾਦੇਸ਼ ਦੇ ਉਸ ਰਾਜ ਦੇ ਮਹਾਰਾਜੇ ਕੋ ਭਾਜੀ ਅੰਤਲੇ ਸਮੇਂ ਚ ਆਪਣੀ ਦਵਾਈ दारू ਦੀ ਵੀ ਪੈਸੇ ਨਹੀਂ ਹੁੰਦੇ ਆਪਣੀ ਦਵਾਈਆਂ ਤੇ ਲੋਨ ਅਸਤੀ ਵੀ ਪੈਸੇ ਨਹੀਂ ਹੁੰਦੇ ਕਰਦਾ ਸਾਰਾ ਸਮਾਨ ਜੋ ਜੋ ਬਚਿਆ ਹੈ ਮਾਲੂ ਰਾਜਾ ਕੋ ਹੀਰੇ ਜਵਾਹਰਾਤ ਹੁੰਦੇ ਨੇ ਉਹ ਸਾਰੇ ਵੇਚ ਕੇ ਪੈरिस ਤੋਂ ਦੋਸਟ ਮਹਾਰਾਜਾ ਫਰਾਂਸ ਦੇ ਪੈरिस ਸ਼ਹਿਰ ਦੇ ਵਿੱਚ ਸੀਗਾ ਬਿਰਦਾਸਤਾ ਚ ਪਿਆ ਹੁੰਦਾ ਬਿਰਦ ਵੀ ਨਹੀਂ 55 55 ਸਾਲ ਦੀ ਉਮਰ ਹੁੰਦੀ ਹੈ ਕੁਝ ਵੀ ਨਹੀਂ ਸੀ ਪਿਆ ਹੁੰਦਾ ਹਾਂ ਤੇ ਭਾਜੀ ਮਹਾਰਾਜਾ ਆਪਣੇ ਆਖਰੀ ਸਾਹਾਂ ਵਿੱਚ ਸੋਚਦਾ ਕਿ ਮੈਂ ਕੀ ਕੀ ਕਰਨ ਦੇ ਸੀ ਤੇ ਕੀ ਹੋ ਗਿਆ ਹਨਾ ਤੇ ਉਹ ਭਾਜੀ ਆਪਣੇ ਆਖਰੀ ਸਾਲ ਲਿੰਦਾ ਹੈ ਪੈਰਿਸ ਦੇ ਵਿੱਚ ਇੰਨੀ ਗਰੀਬੀ ਦੇ ਵਿੱਚ ਭਾਜੀ ਪਰਿਵਾਰ ਚਲਾ ਗਿਆ ਸੀ ਉਹਨਾਂ ਦਾ ਉਹਨਾਂ ਦੇ ਬੱਚੇ ਆ ਕੇ ਉਹਨਾਂ ਨੂੰ ਕਿ ਬੱਚੇ ਤਾਂ 크੍ਰਿਸਚੀਅਨ ਜੰਮੇ ਸੀਗੇ ਆ ਕੇ ਕਹਿੰਦੇ ਸੀ ਕਿ ਦਲੀਪ ਸਿੰਘ ਜੀ ਪੁਲਿਸ ਮਾਫੀ ਮੰਗ ਲਓ ਪੁਲਿਸ ਮਾਫੀ ਮੰਗ ਲਓ ਕਿ ਸ਼ਾਇਦ ਸਾਨੂੰ ਸਾਡੇ ਪੈਨਸ਼ਨ ਵਾਪਸ ਮਿਲ ਜੇ ਤੇ ਸਾਡਾ ਆਪਾਂ ਸੋਖੇ ਹੋ ਜਾਾਂਗੇ ਪਰ ਜਿੱਦਾਂ ਕਹਿੰਦਾ ਨਾ ਖੂਨ ਕਹਿੰਦਾ ਤੁਹਾਨੂੰ ਪਤਾ ਹੈ ਮੇਰੇ ਅੰਦਰ ਕਿਹਦਾ ਖੂਨ ਹੈ ਮੇਰੇ ਅੰਦਰ ਮਹਾਰਾਜ ਜੀਤ ਸਿੰਘ ਦਾ ਖੂਨ ਹੈ ਜਿਹੜਾ ਕਦੇ ਨਹੀਂ ਝੁਗਿਆ ਤੇ ਨਾ ਮੈਂ ਝੁਕਣਾ ਠੀਕ ਹੈ ਹੁਣ ਭਾਜੀ ਇੱਕ ਹਾਂ ਜੀ ਦਲੀਪ ਸਿੰਘ ਦੀ ਨੋਟਬੁੱਕ ਬੁੱਕ ਬੁੱਕ ਹੁੰਦੀ ਹੈ ਇੱਕ ਕਿਤਾਬ ਆ ਉਹਦੇ ਚ ਚੀਜ਼ ਲਿਖੀ ਦਲੀਪ ਸਿੰਘ ਨੇ ਖਾਣਾ ਕਿ ਜਿਹੜੀ ਵਿਕਟੋਰੀਆ ਰਾਣੀ ਸੀ ਜਦੋਂ ਮੈਂ ਆਖਰੀ ਸਥਿਤੀ ਚ ਸੀਗਾ ਮੈਂ ਮਰਨ ਵਾਲਾ ਸੀ ਰਾਣੀ ਵਿਕਟੋਰੀਆ ਮੇਰੇ ਕੋਲ ਆਈ ਸੀਗੀ ਤੇ ਉਹ ਕਹਿੰਦੀ ਸੀ ਕਿ ਆਪਾਂ ਤਾਂ ਇੱਕ ਬੱਚੇ ਦਾ ਪਿਆਰ ਚਾਹੁੰਦੇ ਸੀਗੇ ਜਦੋਂ ਤੈਨੂੰ ਆਪਾਂ ਛੋਟਾ ਲੈ ਗਏ ਆਂ ਆਪਾਂ ਇਹ ਕੁਛ ਨਹੀਂ ਚਾਹੁੰਦੇ ਸੀ ਜੋ ਕੁਛ ਆਪਣੇ ਵਿੱਚ ਹੋਇਆ ਤੇ ਹੁਣ ਮੈਂ ਤੈਨੂੰ ਕੁਛ ਵਾਪਸ ਦੇ ਨਹੀਂ ਨੂੰ ਕੁਛ ਨਹੀਂ ਕਰ ਸਕਦੀ ਬਸ ਮੇਰੇ ਕੋਲ ਤੈਨੂੰ ਦੇਣ ਲਈ ਇੱਕ ਮਾਫੀ ਆ ਮੈਂ ਤੇਰ ਕੋ ਮਾਫੀ ਮੰਗਣਾ ਚਾਹੁੰਨੀ ਆ ਠੀਕ ਆ ਗੋਰੀ ਆਪਣੇ ਕਿਸੇ ਵੀ ਚੀਜ਼ 'ਤੇ ਨਹੀਂ ਮੰਨਦੇ ਨਾ ਕਿਤੇ ਲਿਟਰੇਚਰ 'ਚ ਮੰਨਦੇ ਨਹੀਂ ਕਿਤਾ ਹੋਇਆ ਪਰ ਦਲੀਪ ਸਿੰਘ ਦੇ ਲਿਟਰੇਚਰ ਦੇ ਮੁਤਾਬਕ ਇਹ ਚੀਜ਼ ਹੋਈ ਹੈ ਕਿ ਕਵੀਨ ਵਿਕਟੋਰੀਆ ਉਹਦੇ ਕੋ ਆ ਕੇ ਮਾਫੀ ਮੰਗ ਕੇ ਗਈ ਆਖਰੀ ਸਾਵਾਂ ਦੇ ਵਿੱਚ ਪੈਰਿਸ ਦੇ ਵਿੱਚ ਬਾਈ ਮੈਂ ਤਰੀਕ ਲਿਖੀ ਪਈ ਸੀਗੀ ਮਹਾਰਾਜੇ ਦੀ ਮੌਤ ਦੀ 22 ਅਕਤੂਬਰ 1893 22 ਅਕਤੂਬਰ 1893 ਨੂੰ ਪੈਰਿਸ ਦੇ ਵਿੱਚ ਮਹਾਰਾਜਾ ਜਾਣ ਦੇ ਦਿੰਦਾ ਆਪਣੀ ਆਖਰੀ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਭਾਜੀ ਕਿਰਾਏ ਤੇ ਕਮਰਾ ਹੁੰਦਾ ਉਹ ਵੀ ਉਹਦਾ ਵੀ ਕਿਰਾਇਆ ਕਹਿੰਦੇ ਸੀ ਕਿ ਆਖਰੀ ਸਮੇਂ 'ਚ ਦਿੱਤਾ ਹੀ ਨਹੀਂ ਸੀ ਜਾਂਦਾ ਉਹਦਾ ਵੀ ਡੱਕ ਕਰਾਇਆ ਸੀਗਾ ਤੇ ਉਹ ਮਹਾਰਾਜਾ ਉੱਥੇ ਸਾਹ ਛੱਡਦਾ ਤੇ ਉਸ ਤੋਂ ਬਾਅਦ ਮਹਾਰਾਜੇ ਦੇ ਭਾਈ ਇੱਕ ਹੋਰ ਹਨਾਨੀ ਜਣਨ ਵਾਲੀ ਗੱਲ ਹੁਣ ਮਹਾਰਾਜੇ ਦੇ ਅੱਗੇ ਭਾਈ 8 ਬੱਚੇ ਸੀਗੇ ਉਹਨਾਂ ਦਾ ਕਿ ਕੋਈ ਨਾ ਕੋਈ ਖੂਨ ਦਾ ਮਤਲਬ ਮਹਾਰਾਜ ਜੀ ਸਿੰਘ ਦਾ ਕੋਈ ਦਾ ਵੰਸ਼ ਰਿਹਾ ਹੋਊਗਾ ਖੂਨ ਦਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਭਾਈ ਉਹਨਾਂ ਦੇ 8 ਬੱਚਿਆਂ ਚੋਂ ਅੱਗੇ ਇੱਕ ਵੀ ਬੱਚੇ ਦੇ ਬੱਚਾ ਨਹੀਂ ਹੁੰਦਾ ਕੁੜੀਆਂ ਦੇ ਨਾ ਮੁੰਡਿਆਂ ਦੇ ਬਲਕਿ ਉਹਨਾਂ ਦਾ ਵੰਸ਼ ਹਾਂ ਏ ਪ੍ਰਸ਼ਾਪਾਜੀ ਦੱਸੋ ਕਿ ਉਹਨੇ ਬੱਚਾ ਹੁੰਦਾ ਮੈਂ ਦੱਸ ਦੇ ਤੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦੇ। ਇਹ ਭਾਜੀ ਇਹ ਭਾਜੀ ਇਹ ਕਿਸੇ ਕਿਤੇ ਰਿਟਰਨ ਨਹੀਂ ਹੈਗਾ। ਬਸ ਗੱਲ ਹੈ ਕਿ ਗੱਲ ਕੀਤੀ ਜਾਂਦੀ ਕਿ ਉਹਨਾਂ ਦੀ ਅੱਠ ਭਾਵੇਂ ਕੁੜੀ ਹੋਵੇ ਮੈਂ ਮੁੰਡਾ ਹੋਵੇ ਅੱਗੇ ਕੋਈ ਵੀ ਬੱਚਾ ਨਹੀਂ ਹੈਗਾ। ਉਹਨਾਂ ਦੀ ਆਖਰੀ ਕੁੜੀ ਸੀਗੀ ਜਿਹੜੀ ਮੈਨੂੰ ਜਿਹੜੀ ਲਾਹੌਰ 'ਚ ਹਾਂ ਜਿਹੜੀ ਆਪਣੀ ਲਾਹੌਰ 'ਚ ਹਾਂ ਲਾਹੌਰ ਪੰਜਾਬ 'ਚ 10 ਮਾਰਚ 1957 'ਚ ਉਹਨਾਂ ਦੀ ਆਖਰੀ ਕੁੜੀ ਨੇ ਸਾਹ ਲਏ ਸੀਗੇ ਬੰਬਾਂ ਨਾਲ ਸੀ ਉਹਨਾਂ ਦਾ। ਤੇ ਉਹਦਾਂ ਵੀ ਹਨਾ ਬਾਕੀ ਜਿਹੜੀਆਂ ਉਹਨਾਂ ਦੀ ਕੁੜੀਆਂ ਸੀ ਜਾਂ ਮੁੰਡੇ ਸੀਗੇ ਉਹਨਾਂ ਨੂੰ ਆਖਰੀ ਪ੍ਰਿੰਸ ਆਫ ਪੰਜਾਬ ਦੇ ਤੱਕ ਵਿਕੀਪੀਡੀਆ ਦੇ ਗੂਗਲ ਤੇ ਲਿਖਿਆ ਜਾਂਦਾ ਪਰ ਉਹ ਪ੍ਰਿੰਸਪਰਿੰਸ ਨਹੀਂ ਸੀ ਵਿਚਾਰੇ ਆਮ ਜ਼ਿੰਦਗੀ ਉਹਨਾਂ ਨੇ ਜੀਆ ਸਾਰੇ ਆਣੇ ਤੇ ਤੁਸੀਂ ਦੇਖੋ ਕਿ ਪਾਜੀ ਉਹਨਾਂ ਉਹਨਾਂ ਨਾਲ ਫ੍ਰਿਚੀ ਪਾਜੀ ਹਾਂ ਸਾਜ਼ਿਸ਼ ਇਹ ਹੋਈ ਸੀ ਕਿ ਉਹਨਾਂ ਨੂੰ ਨਾ ਦਵਾਈ ਦਿੱਤੀ ਜਾਂਦੀ ਸੀ ਵੀ ਇਹਨਾਂ ਦੇ ਨਾ ਵੰਸ਼ ਵੰਸ਼ਾ ਵਧ ਸਕੇ ਅੱਗੇ ਨਾ ਨਹੀਂ ਇਹ ਇਹ ਚਾ ਰਿਟਨ ਜੀ ਤੁਹਾਨੂੰ ਪਤਾ ਰਿਟਨ ਜੀ ਤਾਂ ਕੋਈ ਚੀਜ਼ ਲਿਖ ਦਾਣੀ ਹੈ ਜੀ ਹਨਾ ਜਬ ਬ੍ਰਿਟਿਸ਼ ਆਰਮੀ ਨੇ ਕਿਹਾ ਰਿਟਨ ਜੀ ਚ ਲਿਖੀ ਨਹੀਂ ਪਰ ਤੁਸੀਂ ਆਪ ਪਰਾਂ ਡਿਜ਼ਾਇਨ ਕਾਲੀ ਗੱਲ ਸੋਚੋ ਕਿ 8 ਚੋਂ ਇੱਕ ਅੱਧੇ ਵੀ ਬੱਚਾ ਨਹੀਂ ਹੋਣਾ ਕੁੜੀ ਦੇ ਜਾਂ ਮੁੰਡੇ ਦੇ ਇੱਕ ਢੀਕ ਗੱਲ ਹੈ ਕਿ ਕਿੱਡੀ ਹੈਰਾਨੀ ਜਨ ਗੱਲ ਹੈ ਜਾਂ ਤਾਂ ਇੱਕ ਦੋ ਬੱਚੇ ਹੋਣ ਦਾ ਪਗਾਈ ਜਾਂ ਦੋ ਬੱਚਿਆਂ ਨੂੰ ਨਹੀਂ ਬੱਚਾ ਹੋਇਆ ਯਾਰ ਹੋ ਸਾਦਾ ਕੋਈ ਹਨਾ ਹੋਊਗੀ ਪਰ ਅੱਠਾਂ ਦੇ ਵਿੱਚੋਂ ਇੱਕ ਵੀ ਨਹੀਂ ਹੋਣਾ ਇਹ ਭਾਜੀ ਮੰਨਣ ਜੋ ਗੱਲ ਨਹੀਂ ਹੈ ਤੇ ਜਿਹੜੀ ਜਿਹੜੀ ਤੂੰ ਕੁੜੀ ਦਾ ਨਾਮ लास्ट ਤੇ ਨਹੀਂ ਤਾਂ ਸਾਡੇ ਹੈ ਜਿਹੜੀ 1957 ਚ ਜਿਹੜੇ ਪੂਰੇ ਹੋਏ ਨੇ ਬੰਬ ਬੰਬਾ ਕੀ ਉਹਦਾ ਨਾਮ ਸੀ ਹਨਾ ਉਹ ਵੇਖਲਾ ਉਹ ਲਾਹੌਰ ਚ ਜਾ ਕੇ ਉਹਨੇ ਨਾ ਉਦੋਂ ਪਾਕਿਸਤਾਨ ਬਣ ਗਿਆ ਸੀ 47 ਤੋਂ ਬਾਅਦ ਜਦੋਂ ਪਾਕਿਸਤਾਨ ਬਣ ਗਿਆ ਉਹਨਾਂ ਨੂੰ ਪੁੱਛਿਆ ਵੀ ਤੂੰ ਕਿੱਥੇ ਰਹਿਣਾ ਚਾਹਨੀ ਹੈ ਪੰਜਾਬ ਚ ਇੰਡੀਆ ਵਾਲੇ ਕੋ ਉਥੇ ਉਹ ਕਹਿੰਦੀ ਨਹੀਂ ਜਿੱਥੇ ਮੇਰੇ ਪਿਤਾ ਨੇ ਮੇਰੇ ਦਾਦੇ ਨੇ ਦਾਦੇ ਲਗਾ ਹੀ ਨਾ ਹੁੰਦਾ ਜਿੱਥੇ ਮੇਰੇ ਦਾਦੇ ਨੇ ਕਹਿੰਦੀ ਤਖਤ ਦਾ ਆਨੰਦ ਮਾਣਿਆ ਸੀ ਮੈਂ ਉਥੇ ਆਪਣੇ ਘਰ ਹੀ ਰਹਿਣਾ ਹੈ ਲਾਹੌਰ ਚ ਉਹ ਉਹਨਾਂ ਨੇ ਸਾਹ ਪੂਰੇ ਕੀਤੇ ਸੀ 1957 ਨੂੰ ਅੱਜ ਵੀ ਉਹਨਾਂ ਦੀ ਸਮਾਦ ਹੈ ਵੇ ਤੇ ਹੁਣ ਪਿਛਲੇ ਸਾਲ ਉਹਨਾਂ ਦੀ ਸਮਾਦ ਨਾ ਕਾਫੀ ਪੱਕੀ ਕਰਾ ਕੇ ਨਾ ਉੱਚੀ ਕੀਤੀ ਹੁਣ ਨਾ ਪਹਿਲਾਂ ਨੋਰਮਲ ਸਮਾਦਾਂ ਵਾਂਗੂ ਸੀ ਜਿੱਦਾਂ ਆਮ ਕਬਰਿਸਤਾਨ ਨਹੀਂ ਹੁੰਦਾ ਕੋਈ ਆਮ ਕਬਰਿਸਤਾਨ ਸੀ ਉਹਨਾਂ ਨੇ ਉਹਨਾਂ ਦੀ ਕਬਰਿਸਤਾਨ ਨਾ ਵਧੀਆ ਤਰੀਕੇ ਨਾਲ ਜਾਨੀ ਕਿ ਬਣਾਇਆ ਤੇ ਬੜੀ ਖੁਸ਼ੀ ਹੁੰਦੀ ਪਰ ਬੜਾ ਯਾਰ ਉਹਨਾਂ ਦਾ ਮੈਂ ਐਵੇਂ ਨਹੀਂ ਲਿਖਿਆ ਫਿਰਦਾ ਸਾਡਾ ਹੀਰੋ ਅਸਲ 'ਚ ਸਾਡੇ ਹੀਰੋ ਇਹ ਨੇ ਭਾਜੀ ਇਹ ਦੇਖੋ ਉਹ ਗੋਰਿਆਂ ਨੇ ਕਦੇ ਨਹੀਂ ਮੰਨਿਆ ਕਿ ਉਹਨਾਂ ਨੇ ਸਿੱਖ ਧਰਮ ਚ ਦੁਬਾਰਾ ਹਨਾ ਪੈਰ ਰੱਖਿਆ ਜਾਂ ਕੁਝ ਵੀ ਤੇ ਤਾਂ ਹੀ ਉਹਨਾਂ ਦੀ ਜਿਹੜੀ ਬਾਅਦ ਚ ਕਬਰ ਬਣਾਈ ਗਈ ਮਰਨ ਤੋਂ ਬਾਅਦ 크ਿਸਚੀਅਨ ਚ ਉਹਨਾਂ ਦੀ ਪੈਰਾਇਸ ਚ ਕਬਰ ਹੈਗੀ ਐ ਜਿਹੜੇ ਗੋਰ ਕ੍ਰਿਸਚੀਅਨ ਨਹੀਂ ਕਰਦੇ ਨਾ ਕਬਰ ਹੀ ਬਣਾਉਂਦੇ ਨੇ ਸ਼ਰਕੀਸਚਨ ਹਾਂ ਕਬਰ ਕਬਰ ਹਾਂ ਤੇ ਉਹਦੀ ਕਬਰ ਹੈਗੀ ਉੱਥੇ ਲੋਕੀ ਜਾਂਦੇ ਨੇ ਫੁੱਲ ਫੁੱਲ ਰੱਖਣ ਤੇ ਅੱਜ ਵੀ ਕੇਸ ਚੱਲ ਰਿਹਾ ਕਿ ਕਿੱਦਾਂ 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 ਕਰਕੇ ਮਹਾਰਾਜ ਦੇ ਜਿਹੜੇ ਅਸ਼ਤ ਹੋਣਗੇ ਥੋੜੇ ਬਦ ਕਬਰ ਚ ਉਹਨਾਂ ਨੂੰ ਪੰਜਾਬ ਲਿਆ ਕੇ ਇੰਡੀਆ ਲੈ ਕੇ ਉਹਨਾਂ ਦਾ ਸੰਸਕਾਰ ਕਰ ਲਿਤਾ ਜਾਵੇ ਪਰ ਉਹ ਕੇਸ ਚੱਲਦੇ ਰਹੇ ਨੇ ਤੁਹਾਨੂੰ ਪਤਾ ਕੋਹੀ ਨੂਰ ਦਾ ਕੇਸ ਕਰਨ ਤੇ ਚੱਲ ਰਿਹਾ ਭਾਜੀ ਇਹ ਸਾਰੀ ਸਟੋਰੀ ਸੀਗੀ ਉਸ ਮਹਾਨ ਰਾਜ ਦੀ ਜਿਹੜਾ ਆਪਾਂ ਕਹਿੰਨੇ ਸਿੱਖ ਰਾਜ ਹੋਣੇ ਤੇ ਬਈ ਬੜੀਆਂ ਚੀਜ਼ਾਂ ਗੱਲਾਂ ਛੇੜਨ ਵਾਲੀਆਂ ਨੇ ਹਨਾ ਬਹੁਤ ਜ਼ਿਆਦਾ ਇਹਦੇ ਚ ਤਾੜੇ ਸਵਾਲ ਨਿਕਲਦੇ ਨੇ ਇਸ ਵਿੱਚ ਭਾਜੀ ਤਹਾਡੇ ਕੋਈ ਖਰਾਜ ਸੀਗਾ ਜਿੱਥੇ ਤੁਹਾਡਾ ਪਰਦਾਦਾ ਰਾਜ ਕਰਦਾ ਸੀ ساری ਜ਼ਿੰਦਗੀ ਤੁਹਾਨੂੰ ਭਾਜੀ ਉੱਥੇ ਪੈਰ ਨਹੀਂ ਰੱਖਣ ਦਿੱਤਾ ਜਾਂਦਾ ਆਪਣੀ ਮਰਜ਼ੀ ਨਾਲ ਤੁਹਾਨੂੰ ਇੱਕ ਸ਼ਾਹੀ ਗੁਲਾਮ ਸ਼ਾਹੀ ਗੁਲਾਮ ਮਤਲਬ ਕਿ ਤੁਹਾਨੂੰ ਸਾਰੇ ਸੁੱਖ ਸਹੂਲਤਾਂ ਮਿਲ ਰਹੀਆਂ ਨੇ ਪਰ ਤੁਹਾਨੂੰ ਫਿਰ ਵੀ ਇੱਕ ਹੁੰਦਾ ਹੈ ਕਿ ਯਾਰ ਹੁਣ ਮਹਾਰਾਜ ਦਲੀਪ ਸਿੰਘ ਨੂੰ ਕੀ ਲੋੜ ਸੀਗੀ ਮਹਾਰਾਜ ਦਲੀਪ ਸਿੰਘ ਜ਼ਿੰਦਗੀ ਜੀ ਰਿਹਾ ਸੀ ਅੰਤਾਂ ਦੇ ਪੈਸੇ ਸੀ ਉਹਦੇ ਕੋਲ ਉਹਨੂੰ ਵਧੀਆ ਮਹਿਲ ਦਿੱਤਾ ਹੋਇਆ ਸੀ ਕੁੜੀਆਂ ਜਿੰਨੇ ਮਰਜ਼ੀ ਤੇ ਹੱਥ ਰੱਖਦਾ ਸੀ ਤੁਹਾਨੂੰ ਪਤਾ ਫਿਰ ਵੀ ਪ੍ਰਿੰਸ ਹੀ ਅਗਲਾ ਬਿਲਕੁਲ ਹੁਣ ਸਾਰੀ ਸੂਲ ਤਾਂ ਫਿਰ ਵੀ ਉਹਦੇ ਅੰਦਰ ਇੱਕ ਚੀਜ਼ ਜਾਗਦੀ ਹੈ ਕਿ ਨਹੀਂ ਯਾਰ ਮੈਰਾ ਰਾਜ ਸੀਗਾ ਮੈਂ ਆਪਣਾ ਰਾਜ ਲੈਣਾ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਮਾਰਾ ਜੀ ਦਲੀਪ ਸਿੰਘ ਪੂਰਾ ਸਿੱਖ ਸੀਗਾ ਜਾਂ ਉਹਨੇ ਜਿੰਦਗੀ ਚ ਦਾਰੂ ਨਹੀਂ ਪੀਤੀ ਜਾਂ ਕੁਛ ਨਹੀਂ ਜਿਹਦਾ ਕਈ ਲੋਕ ਕਹਿੰਦੇ ਨੇ ਕਿ ਯਾਰ ਦਾਰੂ ਪੀਣ ਵਾਲਾ ਬੰਦੇ ਤੁਸੀਂ ਯਾਰ ਕਟਿੰਗ ਕਰਾਈ ਪਈ ਐ ਤੁਸੀਂ ਧਰਮਾਂ ਦੀ ਗੱਲਾਂ ਕਾਹਤੋਂ ਕਰਦੇ ਹੋ ਪਰ ਇਹ ਗੱਲਾਂ ਭਾਈ ਜੀ ਇਹ ਜਿਹੜਾ ਕਹਿੰਦੇ ਕਿ ਬੰਦੇ ਨੂੰ ਦਿਲੋਂ ਅੰਦਰੋਂ ਚੀਜ਼ਾਂ ਹੁੰਦੀਆਂ ਨੇ ਕਿ ਬੰਦਾ ਕਿਸ ਚੀਜ਼ ਨੂੰ ਕਿਸ ਤਰ੍ਹਾਂ ਸੋਚਦਾ ਮਾਰਾ ਜੀ ਨੂੰ ਕਦੇ ਧਰਤੀ ਤੇ ਵਾਪਸ ਨਹੀਂ ਆਂਦਾ ਗਿਆ ਜਿਹੜਾ ਵਿਚਾਰਾ ਨੂੰ ਬਚਪਨ ਚ ਇਹ ਨਹੀਂ ਪਤਾ ਕਿ ਮੇਰਾ ਧਰਮ ਕਿਹੜਾ ਹੈ ਹੁਣ ਤੁਸੀਂ ਦੇਖੋ ਕਿ ਉਹ ਬੰਦੇ ਨੇ ਕਿੱਥੇ ਤੱਕ ਕੋਸ਼ਿਸ਼ ਕੀਤੀ ਕਿ ਮੈਂ ਆਪਣਾ ਰਾਜ ਵਾਪਸ ਲੈ ਲਾਂ ਇੱਕ ਬੰਦੇ ਨੇ ਕਿੰਨੀ ਕੋਸ਼ਿਸ਼ ਕੀਤੀ ਤੇ ਉਹਨੂੰ ਵੀ ਪਈ ਕਿ ਲੋਕੀ ਹੱਜਕੱਲਹਾਂ ਗਲਤ ਕਹਿ ਦਿੰਦੇ ਨੇ ਇੰਟਰਨੈਟ ਤੇ ਕਿ ਉਹ ਕ੍ਰਿਸਚੀਅਨ ਸੀਗਾ ਮੈਂ ਦੇਖਿਆ ਕਿ ਇੱਕ ਬੰਦੇ ਨੇ ਕਿਸ ਨੇ ਨਾ ਪਿੱਛੇ ਟਿਕਟੋਕ ਤੇ ਵੀਡੀਓ ਪਾਈ ਸੀਗੀ ਥੋੜੇ ਚਿਰ ਪਹਿਲਾਂ ਕਿ ਮਹਾਰਾ ਦਲੀਪ ਸਿੰਘ ਨੇ ਕਿੰਨਾ ਕੁਸ਼ ਕੀਤਾ ਸਾਡੇ ਰਾਜ ਦੀ ਤਾਂ ਆਪਾਂ ਨੂੰ ਇਹ ਸਾਡੇ ਹੀਰੋਨ ਮੰਨਣਾ ਚਾਹੀਦਾ ਥੱਲੇ ਲੋਕਾਂ ਨੇ ਹੀ ਕਮੈਂਟ ਕੀਤੇ ਸੀਗੇ ਕਿ ਤੁਹਾਨੂੰ ਪਤਾ ਹੈ ਕੁੜੀਆਂ ਚੜੀਆਂ ਕਿ ਦੋ ਵਿਆਹ ਵਾ ਦੋ ਦੋ ਵਿਆਹ ਕਰਾਏ ਸੀ ਨੇ ਇਨੀ ਧਾਰੂ ਪੀਂਦਾ ਸੀ ਇਹ ਕਰਦਾ ਸੀਗਾ ਹੁਣ ਯਾਰ ਉਹ ਤਾਂ ਮਲਕਿ ਤੁਸੀਂ ਕਿਸੇ ਨੂੰ ਵੀ ਕਿਸੇ ਜੀਨ ਦੇ ਦਿੰਦੇ ਬੰਦੇ ਨੂੰ ਨਾ ਜਿਹੜੇ ਬੰਦਾ ਅੱਜ ਦੁਨੀਆ 'ਚ ਨਹੀਂ ਹੈਗਾ ਤੁਸੀਂ ਉਹਦੇ ਬਾਰੇ ਵਿੱਚ ਇਹਿ ਚ ਜਾ ਬੋਲ ਦਿਓ ਨਹੀਂ ਨਹੀਂ ਰੇਸ਼ੀ ਭਾਜੀ ਜਿਹੜੀਆਂ ਇਹ ਨੇ ਚੀਜ਼ਾਂ ਚਲੋ ਮਾਇਨੇ ਰੱਖਦੀਆਂ ਨੇ ਇੱਕ ਤੁਸੀਂ ਦੇਸ਼ ਦੇ ਰਾਜੇ ਹੁੰਦੇ ਹੋ ਤੁਸੀਂ ਰਿਪਰੈਜ਼ੈਂਟ ਕਰਦੇ ਹੁੰਦੇ ਹੋ ਚਲੋ ਦਾਰੂ ਦੂਰੂ ਪੀਣੀਆਂ ਮਾੜੀਆਂ ਗੱਲਾਂ ਨੇ ਪਰ ਵੈਸੇ ਮੈਂ ਨਹੀਂ ਭਾਜੀ ਮੈਂ ਨਹੀਂ ਉਹਨੂੰ ਪ੍ਰਮੋਟ ਕਰ ਰਿਆ ਪਰ ਮੈਂ ਇੱਕ ਗੱਲ ਕਹਿ ਰਿਹਾ ਵੀ ਦਾਰੂ ਜਿਹੜਾ ਬੰਦਾ ਪੀਂਦਾ ਹੋਵੇ ਨਾ ਕੋ ਜਿੱਦਾਂ ਮਹਾਰਾਜ ਰਣਜੀਤ ਸਿੰਘ ਹਲਕਾ ਜਿਹਾ ਪੈਗ ਲਾ ਲੈਂਦੇ ਸੀ ਕਿਤੇ ਕਿਤੇ ਹੈਨਾ ਮਾਰੇ ਰੰਜੀਤ ਅਗੂਣਾ ਤੇ ਵੰਚੀ ਸੀ ਨਾ ਹੋ ਸਕਦਾ ਕਿ ਤੇ ਮਾੜਾ ਮੋਟਾ ਲਾ ਲੰਦੇ ਹੁਣ ਚਲ ਜੇ ਬੋਦੀ ਵੀ ਪੀਂਦੇ ਹੁਣ ਪਰ ਇਹ ਚੀਜ਼ਾਂ ਨਹੀਂ ਡਿਸਾਈਡ ਕਰਦੀਆਂ ਖਾਣ ਪੀਣ ਨਹੀਂ ਡਿਸਾਈਡ ਕਰਦਾ ਕਿ ਇਹ ਬੰਦਾ ਗਦਾਰ ਏ ਜਾਂ ਇਹਦੇ ਦਿਲ ਚ ਸਿੱਖਾਂ ਪ੍ਰਤੀ ਕੋਈ ਦਰਦ ਨਹੀਂ ਹੈ ਇਹ ਚੀਜ਼ਾਂ ਨਹੀਂ ਡਿਸਾਈਡ ਡਿਸਾਈਡ ਕਰਦਾ ਬੰਦੇ ਦੇ ਕੰਮ ਜਿੱਦਾ ਹੁਣ ਕੇਜਰੀਵਾਲ ਲਾ ਲੋ ਭਗਵੰਤ ਮਾਨ ਲਾ ਲੋ ਹੁਣ ਉਹ ਵੀ ਤੇ ਸਿੱਖ ਹੀ ਹੈ ਨਾ ਬਾਦਲੋ ਰ ਵੀ ਸਿੱਖੀ ਸੀ ਪਰ ਸੁਖਬੀਰ ਬਾਦਲ ਵੀ ਸਿੱਖ ਹੀ ਹੈ ਹੈਨਾ ਦਾੜਾ ਵੇ ਪ੍ਰਕਾਸ਼ ਕੀਤਾ ਨੇ ਸਵਾਲ ਰੱਖੇ ਨੇ ਪਰ ਕੰਮ ਵੇਖ ਲੋ ਇਹ ਕੰਮਾਂ ਤੋਂ ਪਛਾਣੇ ਜਾਂਦੇ ਨੇ ਬੰਦੇ ਹੈਨਾ ਪਰ ਹਾਂ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਹਨ ਕਿਰਪਾਨ ਕੇਸ ਕੰਗਾ ਸਿੱਖੀ ਸਰੂਪ ਛੋੜਾ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਨਹੀਂ ਜਦੋਂ ਪਹਿਲਾਂ ਸਿੱਖੀ ਸਰੂਪ ਚ ਆ ਗਿਆ ਸੀ ਮਹਾਰਾਜ ਦਲੀਪ ਸਿੰਘ ਉਦੋਂ ਉਹਨੇ ਸਭ ਕੁਝ ਛੱਡਤਾ ਸੀ ਜੋ ਕਹਿੰਦੇ ਸਿੱਖੀ ਸਰੂਪ 'ਚ ਆ ਗਿਆ ਸੀ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਕਿ ਪਹਿਲਾਂ ਤੁਹਾਨੂੰ ਪਤਾ ਜਦੋਂ ਅਗਲੇ ਰੱਖਿਆ ਉਹਨੂੰ ਉਸ ਹਿਸਾਬ ਨਾਲ ਜਦੋਂ ਰੱਖਿਆ ਪ੍ਰਿੰਸ ਬਣਾ ਕੇ ਆ ਉਹਨੂੰ ਕੋਈ ਜ਼ਿੰਮੇਵਾਰੀ ਨਹੀਂ ਕੋਈ ਗੱਲਬਾਤ ਨਹੀਂ ਪਤਾ ਕਿ ਮੇਰਾ ਖੂਨ ਕਿਹੜਾ ਹੈ ਤੇ ਫਿਰ ਭਾਜੀ ਉਹ ਬੰਦਾ ਜਿਸ ਦਾ ਆਪਣਾ ਪਾਲਿਆ ਪੁੱਛਿਆ ਉਸ ਹਿਸਾਬ ਨਾਲ ਹੀ ਉਹ ਕਰੂਗਾ ਪਰ ਫਿਰ ਵੀ ਜਦੋਂ ਕਹਿੰਦਾ ਮੈਂ ਤੁਹਾਨੂੰ ਗੱਲ ਕੇ ਸਟਾਰਟਿੰਗ ਤੋਂ ਸਮਝਾਈ ਕਿ ਖੂਨ ਦਾ ਫਰਕ ਪੈਂਦਾ ਕਿ ਮਾਰ ਆਇਆ ਜੈ ਇਹਨੂੰ ਪਤਾ ਵੀ ਨਹੀਂ ਸੀ ਕਿ ਮੈਂ ਕਿਹੜੇ ਖੂਨ ਚੋਂ ਆ ਫਿਰ ਵੀ ਉਹ ਘੋੜਸਵਾਰੀ ਕਰਦਾ ਸੀ ਬਹੁਤ ਵਧੀਆ ਘੋੜਸਵਾਰ ਸੀ ਆਪਣੇ ਟਾਈਮ ਦਾ ਤੇ ਬਹੁਤ ਵਧੀਆ ਨਿਸ਼ਾਨਚੀ ਸੀਗਾ ਮਰਕੀ ਟੌਪ 'ਚ ਹੁੰਦਾ ਸੀ ਉਸ ਟਾਈਮ ਦਾ ਤੇ ਭਾਜੀ ਮੈਂ ਕਿਹਾ ਸਟੋਰੀ ਇੱਥੇ ਪੋਡਕਾਸਟ ਆਪਣਾ ਲੰਬਾ ਹੋ ਗਿਆ ਤੇ ਆਪਾਂ ਇਹਦੇ ਪੋਡਕਾਸਟ ਦਾ ਖਤਮਾ ਕਰ ਖਤਮਾ ਕਰਦੇ ਆ ਤੇ ਇਹ ਸਟੋਰੀ ਸੀ ਭਾਜੀ ਸਾਰੇ ਰਾਜ ਦੀ ਆਪਣੇ ਦੀ ਤੇ ਅੱਗੇ ਵੀ ਤੁਹਾਨੂੰ ਅੱਗੇ ਆਪਾਂ ਹੋਰ ਸਟੋਰੀਆਂ ਜੇ ਤੁਹਾਨੂੰ ਪਿਛਲੀ ਸਟੋਰੀ ਪਸੰਦ ਆਈ ਅੱਗੇ ਆਪਾਂ ਹੋਰ ਸਟੋਰੀਆਂ ਦਾ ਲਿਆਉਂਦੇ ਰਾਵਾਂਗੇ ਤੇ ਭਾਈ ਚਲੋ ਭਲਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲੈਂਡਿਆ ਇਹ ਸੀ ਪਾਰਟ 2 ਤੇ ਜਿਨੇ ਨਹੀਂ ਵੇਖਿਆ ਪਾਰਟ 1 ਇਸ ਤੋਂ ਪਹਿਲਾਂ ਵੇਖ ਲਿਓ ਚਾਹੀਦ ਦੱਸਿਆ ਕਿ ਪੰਜਾਬ ਦੇ ਹੱਥੋਂ ਰਾਜ ਕਿੱਦ ਤੇ ਫਿਰ ਇਹ ਪਾਰਟ 2 ਸੀ ਵੀ ਫਿਰ ਕਿਦਾਂ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਕੇ ਅੱਛਾ ਪਹਿਲਾ ਪਾਰਟ ਵੀ ਦੇਖ ਲਿਓ ਇਹ ਹੋ ਗਿਆ ਦੂਜਾ ਪਾਰਟ ਤੇ ਤੀਜੀ ਗੱਲ ਇਹ ਵੇ ਕਿ ਇੱਕ ਥੋੜੇ ਕਿ ਦਿਨ ਪਹਿਲਾਂ ਖਾੜਕੂ ਸਿੰਘ ਇੱਕ ਸ਼ਹੀਦ ਕਰ ਦਿੱਤਾ ਗਿਆ ਲਾਹੌਰ ਦੇ ਵਿੱਚ ਉਹ ਪੂਰੀ ਤਰ੍ਹਾਂ ਦੱਸਾਂਗੇ ਹੁਣ ਟਾਈਮ ਹਨਾ ਬਹੁਤ ਹੋ ਗਿਆ ਪੂਰੀ ਤਰ੍ਹਾਂ ਅਗਲੇ ਪੋਡਕਾਸਟ 'ਚ ਦੱਸਾਂਗੇ ਵੀ ਉਹ ਖਾੜਕੂ ਸਿੰਘ ਕੌਣ ਸੀ ਜਿਸਨਾਂ 'ਚ ਲਾਹੌਰ ਦਾ ਲਾਹੌਰ 'ਚ ਉਹਨਾਂ ਦਾ ਕਤਲ ਹੋ ਗਿਆ ਸ਼ਹੀਦ ਕਰ ਦਿੱਤਾ ਗਿਆ ਅਗਲੇ ਪੋਡਕਾਸਟ 'ਚ ਸਰਾਣੀ ਤੇ ਮੈਂ ਇਸ ਪੋਡਕਾਸਟ 'ਚ ਜਿਹਾ ਪੜਾਇਆ ਚੋਰ ਕੋਈ ਨਹੀਂ ਨੈਕਸਟ ਪੋਡਕਾਸਟ 'ਚ ਸਾਰੇ ਨੂੰ ਪਿਆਰ ਭਰੀ ਸਤਸ ਸਤਿ ਸ੍ਰੀ ਅਕਾਲ